कबीर मरता मरता जग मुआ मर पे न जाने कोई। ऐसी मरनी जो मरे ऐसी मरनी जो मरे सत्कार दे नाल सरकारे कुल आलम हजूरे अनवर पातशाह बाणी गुरु शब्द गुरु गुरदा गद्दी उपर सभायमान सतगुरु धन धन गुरु ग्रंथ साहिब महाराज जी दी हाजर हजूरी विच पहुंच करके जुड़ बैठी और पहुंच रही गुरु का खास रूप गुरु खालसा साध संगत जीओ आओ सारे सावधानता चाहो एकाग्रता चाहो रौले रबे तो गल्लां बातां तो संकोच करके आपो अपने बच्चियां ते कंट्रोल करदे होए पूर्ण शांत चित एकाग्रता नाल गुरु चरणां च हाजरी लवाओ अदब नाल झुकाओ सी सतगुरु ग्रंथ साहिब सच्चे पातशाह नूं ते सारे मिलके गज के आखो जी वाहिगुरु जी का खालसा वाहिगुरु जी की फतह। आओ बड़ी रहमत कीती मेरे सतगुरु सच्चे पातशाह ने महमदपुर दियां संगतां इलाके दियां संगतां दे सहयोग नाल उदम ते उपराला करदिआं तीन रोजा गुरमत चेतना समागम धार्मिक दीवाना दा जो आयोजन कीता समां उलीकिआ ते समाप्ति दे दीवान विच आपां जुड़ बैठे सतगुरु ने रहमत कीती हम हमा के संगतां पहुंच रहीआं
ਸਮੇਂ ਅਨੁਸਾਰ ਆਪਾਂ ਕੁਝ ਪਹਿਲਾਂ ਲੱਗ ਗਏ ਹਾਂ, ਸੰਗਤਾਂ ਲੇਟ ਪਹੁੰਚਦੀਆਂ, ਪਰ ਆਓ ਸਾਰੇ ਲਓ ਲਾਹਾ ਲੰਗਰ ਪ੍ਰਸ਼ਾਦਾ ਪਾਣੀ ਹੁਣ ਸਮਾਪਤੀ ਤੋਂ ਬਾਅਦ ਛਕ ਲਿਓ। ਸਾਰੀ ਸੰਗਤ ਪੰਡਾਲ ਚ ਆ ਜਾਓ, ਸਤਿਗੁਰਾਂ ਦੇ ਦਰਸ਼ਨ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਪੰਡਾਲ ਚ ਪਿਛਲੇ ਪਾਸੇ ਜਾ ਕੇ ਬੈਠਣ ਦੀ ਕਿਰਪਾਲਤਾ ਕਰੋ ਤੇ ਲੰਗਰ ਦੇ ਬਾਅਦ ਵਿੱਚ ਵੀ ਛਕਿਆ ਜਾਊਗਾ। ਹੁਣ ਆ ਸਮਾਂ ਨਾ ਆਪਾਂ ਆਪਣਾ ਖਰਾਬ ਕਰੀਏ। ਸੇਵਾਦਾਰ ਵੀ ਕੰਟਰੋਲ ਕਰ ਲਓ ਥੋੜਾ, ਸਮਾਪਤੀ ਤੋਂ ਬਾਅਦ ਸਤਿਗੁਰਾਂ ਨੂੰ ਵਿਦਾਇਗੀ ਦੇ ਕੇ ਫਿਰ ਪ੍ਰਸ਼ਾਦ ਪ੍ਰਾਪਤ ਕਰਕੇ ਗੁਰੂ ਕਾ ਲੰਗਰ ਛਕਣਾ। ਕੜਾ ਪ੍ਰਸ਼ਾਦ ਲੈ ਕੇ ਸਾਰੀਆਂ ਸੰਗਤਾਂ ਪਿਆਰ ਦਾ ਸਬੂਤ ਦਿਓ, ਸਾਰੇ ਪੰਡਾਲ ਵਿੱਚ ਪਹੁੰਚੋ ਤੇ ਲਾਹਾ ਲਈਏ ਸਤਿਗੁਰ ਦੀ ਬਾਣੀ ਦਾ, ਗੁਰ ਇਤਿਹਾਸ ਦਾ, ਗੁਰਮਤ ਵਿਚਾਰਾਂ ਦਾ। ਜਵਾਬ ਸੰਗਤਾਂ ਨੇ ਤਨ ਮਨ ਧਨ ਦਾ ਸਹਿਯੋਗ ਦੇ ਕੇ ਉਪਰਾਲਾ ਕੀਤਾ। ਬੱਚੇ ਬਜ਼ੁਰਗਾਂ ਨੌਜਵਾਨਾਂ ਮਾਂਝਾਂ ਭਾਈਆਂ ਨੇ ਹੁਕਮ ਕੀਤਾ ਸੀ ਸੰਗਤਾਂ ਨੇ ਸਾਨੂੰ ਹਾਜ਼ਰੀ ਭਰਨ ਦਾ, ਤੋਂ ਆਪ ਸੰਗਤਾਂ ਦੇ ਦਰਸ਼ਨ ਦਿਦਾਰਿਆਂ ਲਈ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ। ਰਾਤ ਸਿਹਤ ਕੁਝ ਜ਼ਿਆਦਾ ਠੀਕ ਨਹੀਂ ਸੀ, ਥੋੜਾ ਸਮਾਂ ਹਾਜ਼ਰੀ ਭਰੀ ਕਥਾ ਦੁਆਰਾ ਕੀਰਤਨ ਦੀ ਹਾਜ਼ਰੀ ਸਿੰਘਾਂ ਨੇ, ਪਰ ਅੱਜ ਸਤਿਗੁਰ ਰਹਿਮਤ ਕਰਨ ਕੋਸ਼ਿਸ਼ ਕਰਦੇ ਹਾਂ ਆਪਾਂ। ਗੁਰੂ ਰਹਿਮਤ ਕਰੇ, ਆਸ਼ੀਰਵਾਦ ਬਖਸ਼ਣ ਸਤਿਗੁਰ ਤੇ ਸੰਗਤਾਂ ਕਿ ਆਪਾਂ ਕਥਾ ਕੀਰਤਨ ਦੀ ਸਾਂਝੀ ਹਾਜ਼ਰੀ ਸਾਰੇ ਰਲ ਮਿਲ ਕੇ ਗੁਰੂ ਚਰਨਾਂ ਵਿੱਚ ਭਰੀਏ, ਲਾਹਾ ਲਈਏ ਸਤਸੰਗ ਦੀਆਂ ਘੜੀਆਂ ਦਾ, ਗੁਰੂ ਚਰਨਾਂ ਵਿੱਚ ਜੁੜਨ ਦਾ, ਗੁਰਬਾਣੀ ਦਾ, ਗੁਰ ਇਤਿਹਾਸ ਦਾ। ਗੁਰਮੁਖ ਪਿਆਰਿਓ, ਮੈਂ ਰਾਤ ਵੀ ਬੇਨਤੀ ਕਰ ਰਿਹਾ ਸੀ, ਆ ਦਿਨ ਜਿਹੜੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ 1920 ਦੇ ਵਿੱਚ ਆਪਣਾ ਲੈ ਜਾਓ ਗੁਰਮੁਖ ਪਿਆਰਿਓ ਧਿਆਨ, ਤੇ ਆ 21, 22, 23 ਫਰਵਰੀ 21 ਨੂੰ ਸਾਕਾ ਵਰਤਿਆ, 23 ਨੂੰ ਪੰਥ ਇਕੱਠਾ, 22 ਨੂੰ ਪੰਥ ਇਕੱਠਾ ਹੋ ਗਿਆ ਤੇ 23 ਨੂੰ ਸ਼ਹੀਦਾਂ ਦਾ ਸੰਸਕਾਰ ਗੁਰਮਰਯਾਦਾ ਅਨੁਸਾਰ। ਅੱਜ ਦੇ ਦਿਨ ਉਹ ਨਨਕਾਣਾ ਸਾਹਿਬ ਦੀ ਧਰਤੀ ਅੱਜ ਵੀ ਦਰਸ਼ਨ ਦਿਦਾਰੇ ਕਰੋ। ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਆਪਾਂ ਦਰਸ਼ਨ ਖੁੱਲੇ ਕਰਦੇ ਰਹੇ, ਹੁਣ ਅਰਦਾਸ ਕਰਦੇ ਹਾਂ ਸਰਹੱਦਾਂ ਮਿਟ ਜਾਵਣ, ਖੁੱਲੇ ਦਰਸ਼ਨ ਦਿਦਾਰੇ ਸੰਗਤਾਂ ਨੂੰ ਸਤਿਗੁਰ ਦੇ ਨਨਕਾਣੇ ਦੇ ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੇ ਅਰਦਾਸ ਕਰਦੇ। ਪੰਥ ਨੇ ਅਰਦਾਸ ਵਿੱਚ ਇਹ ਲਫ਼ਜ਼ ਜੋੜੇ ਆ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦਿਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਦੁਨੀਆਂ ਦੇ ਕਿਸੇ ਕੋਨੇ 'ਚ ਅਰਦਾਸ ਹੁੰਦੀ ਹੈ, ਉਸ ਅਰਦਾਸ ਵਿੱਚ ਇਹ ਲਫ਼ਜ਼ ਨੇ, ਇਹ ਸ਼ਬਦ ਪੰਥ ਨੇ ਜੋੜੇ। ਅਰਦਾਸ ਨੌਵੇਂ ਪਾਤਸ਼ਾਹ ਤੱਕ ਤੇ ਸਤਿਗੁਰਾਂ ਦੀ ਬਾਣੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉਚਾਰੇ ਸ਼ਬਦ, ਚੰਡੀ ਦੀ ਵਾਰ ਦੀ ਪਹਿਲੀ ਪੌੜੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ, ਉਸ ਤੋਂ ਅਗਾਂਹ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਸ਼ਹੀਦਾਂ ਸਿੰਘਾਂ ਸਿੰਘਣੀਆਂ ਦਾ ਜ਼ਿਕਰ, ਤਖ਼ਤਾਂ ਦਾ, ਗੁਰਦੁਆਰਿਆਂ ਗੁਰਧਾਮਾਂ ਦਾ ਜ਼ਿਕਰ, ਇਹ ਸਾਰੀ ਪੰਥ ਨੇ ਬਣਾਈ ਅਰਦਾਸ, ਖਾਲਸਾ ਪੰਥ। ਤੇ ਉਸ ਅਰਦਾਸ ਦੇ ਵਿੱਚ ਇਹ ਲਫ਼ਜ਼ ਵੀ ਜੋੜੇ, ਖੁੱਲੇ ਦਰਸ਼ਨ ਦਿਦਾਰੇ। ਅੱਜ ਵੀ ਸੰਗਤਾਂ ਅਰਦਾਸ ਕਰਦੀਆਂ, ਹਰ ਮੱਸਿਆ ਦੇ ਸਮੇਂ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਜਿੱਥੋਂ ਸਾਹਮਣੇ ਦਰਸ਼ਨ ਹੁੰਦੇ ਆ ਗੁਰਮੁਖ ਪਿਆਰਿਓ, ਉਹ ਕੰਡਿਆਲੀ ਤਾਰ ਤੋਂ ਉੱਥੇ ਜਾ ਕੇ ਸੰਗਤਾਂ ਅਰਦਾਸ ਕਰਦੀਆਂ ਨੇ ਕਿ ਰਸਤਾ ਖੁੱਲਾ ਲਾਂਘਾ ਮਿਲ ਜਾਵੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰਿਆਂ ਦਾ। ਵੰਡਾਂ ਪੈ ਗਈਆਂ, ਭਾਰਤ ਪਾਕਿਸਤਾਨ ਬਣਿਆ, ਸਰਹੱਦਾਂ ਬਣ ਗਈਆਂ, ਪਰ ਮੈਂ ਬੇਨਤੀ ਕਰਾਂ, ਲੋਕ ਨਹੀਂ ਵੰਡੇ ਗਏ, ਸਿਆਸਤ ਨੇ ਵੰਡਿਆ, ਰਾਜਨੀਤੀ ਨੇ ਵੰਡਿਆ। ਅੱਜ ਵੀ ਸਿਆਸਤ ਹੋ ਰਹੀ ਹੈ ਭਾਰਤ ਪਾਕਿਸਤਾਨ ਦੇ ਮੁੱਦੇ ਤੇ, ਸਰਹੱਦਾਂ ਤੇ। ਆ ਜੋ ਗੋਲੀਬਾਰੀ ਹੁੰਦੀ ਆ, ਜੋ ਸ਼ਹੀਦ ਹੁੰਦੇ ਆ ਸਾਡੇ ਫੌਜੀ ਜਵਾਨ ਜਾਂ ਸਿਵਲੀਅਨ ਆਸੇ ਪਾਸੇ ਜਿਹੜੇ ਵੱਸਦੇ ਲੋਕ ਸਰਹੱਦਾਂ ਤੇ, ਸਭ ਰਾਜਨੀਤੀ ਦਾ ਸ਼ਿਕਾਰ ਹੋ ਰਹੇ। ਇਹ ਸਿਆਸਤ ਦੀ ਖੇਡ ਆ। ਕਾਰਗਿਲ ਦੀ ਜੰਗ, ਚਾਹੇ ਉਹ ਜੰਮੂ ਕਸ਼ਮੀਰ ਵਿੱਚ ਹੋਵੇ, ਚਾਹੇ ਪੰਜਾਬ ਦੇ ਬਾਰਡਰ, ਇਹ ਸਭ ਰਾਜਨੀਤੀ ਦਾ ਹਿੱਸਾ। ਰਾਜਨੀਤਿਕ ਲੋਕਾਂ ਨੇ ਵੰਡੀਆਂ, ਉਦੋਂ ਵੀ ਨਹਿਰੂ ਤੇ ਜਨਾਹ ਦੋ ਸੀ, ਪ੍ਰਧਾਨ ਮੰਤਰੀ ਦੀ ਕੁਰਸੀ ਇੱਕ ਸੀ, ਅੰਗਰੇਜ਼ ਛੱਡ ਕੇ ਚਲੇ ਜਾਂਦੇ, ਉਸੇ ਤਰ੍ਹਾਂ ਆਜ਼ਾਦ ਕਰ ਜਾਂਦੇ ਭਾਰਤ ਨੂੰ,
ते गुरमुख प्यारे एक कुर्सी सी प्रधान मंत्री दी दावेदार दो सी इस करके लकीर पै गई एक पासे जनाह ते एक पासे नेहरू वंडियां उस वेले भी राजनीति ने पाईयां पर कतले आम कहना होया ट्रेना भर भर इधरों गईयां ते ट्रेना भर भर उधरों आईयां लाशां दियां जेड़े 1947 दे वेले झंबे गए उन्हां नूं पुछो कि ते परिवारां दे परिवार उजड़े तबाह होए कतले आम होया पर सियासत दी खेड अज भी सियासत मैं पिछले दिन बेनती कर रहा सी के गुरमुख प्यारे जे सियासत नहीं ते होर की आ अज भी जाओ कि भारत वाले पाकिस्तान दे पाकिस्तान वाले भारत आउंदे आ वफद दर्शन करन जांदे आ आपां ਧਾ ਕੇ ਗਲ ਵਕੜੀਆਂ ਪਾ ਕੇ ਲੋਕ ਮਿਲਦੇ ਆ ਪਹਿਲਾਂ ਗਲ ਵਕੜੀ ਪਾਉਂਦੇ ਆ ਫਿਰ ਹੱਥ ਮਿਲਾਉਂਦੇ ਆ ਇਹ ਚੜ੍ਹਦੇ ਪੰਜਾਬ ਚੋਂ ਆਏ ਆ ਜੀ ਜਦੋਂ ਇੱਧਰ ਆਉਂਦੇ ਆਪਾਂ ਕਹਿੰਦੇ ਲਹਿੰਦੇ ਪੰਜਾਬ ਤੋਂ ਆਏ ਆ ਲੋਕ ਤਾਂ ਨਿਰਧ ਕੀਤੇ ਤੇ ਸਾਡੇ ਬੱਚਿਆਂ ਦਾ ਭਵਿੱਖ ਅੱਜ ਜਿਹੜਾ ਦੂਜਾ 12 ਵੰਡੇ ਗਏ ਸਰਹੱਦਾਂ ਵੰਡੀਆਂ ਗਈਆਂ ਤੇ ਉਸ ਵੇਲੇ ਗੁਰਮੁਖ ਪਿਆਰੇ ਉਦੋਂ ਵੀ ਸਾਰੀ ਸਿਆਸਤ ਨਨਕਾਣਾ ਸਾਹਿਬ ਤੇ ਨਰੈਣੂ ਮਹੰਤ ਦਾ ਕਬਜ਼ਾ ਅੰਗਰੇਜ਼ਾਂ ਦਾ ਸਾਥ ਜਿਵੇਂ ਅੱਜ ਸਾਡੇ ਇੱਥੇ ਗੁਰਦੁਆਰਿਆਂ ਤੇ ਸਿਆਸਤ ਦਾ ਹੀ ਸ਼ਿਕਾਰ ਆ ਸਾਰਾ ਕੁਝ ਸਿਆਸੀ ਲੋਕ ਕਾਬਜ਼ ਆ ਨਹੀਂ ਤੇ ਗੁਰਦੁਆਰਿਆਂ ਤੇ ਧਾਰਮਿਕ ਲੋਕ ਹੋਣੇ ਚਾਹੀਦੇ ਆ ਤਖਤਾਂ ਤੇ ਧਾਰਮਿਕ ਲੋਕ ਹੋਣੇ ਚਾਹੀਦੇ ਆ ਜਿਹੜੇ ਧਰਮ ਦੇ ਗੁਰਦੁਆਰੇ ਤੇ ਤਖਤ ਆ ਉੱਥੋਂ ਉਸ ਧਰਮ ਦੇ ਜਿਹੜਾ ਹੈ ਫਾਇਦੇ ਦੀ ਗੱਲ ਭਲੇ ਦੀ ਗੱਲ ਉਸ ਧਰਮ ਦੀ ਤਰੱਕੀ ਦੀ ਗੱਲ ਆਉਣੀ ਚਾਹੀਦੀ ਆ ਤੇ ਉਹ ਸਾਡੇ ਤਖਤਾਂ ਤੇ ਸਿਆਸਤ ਹੋ ਰਹੀ ਆ ਸਾਡੇ ਗੁਰਦੁਆਰਿਆਂ ਚ ਅੱਜ ਵੀ ਸਿਆਸੀ ਗੁਰਮੁਖ ਪਿਆਰੇ ਉਹ ਕੁੰਡਾ ਬਰਕਰਾਰ ਆ ਕਿ ਉੱਥੋਂ ਸਾਡੇ ਗੁਰਦੁਆਰਿਆਂ ਤੋਂ ਸਾਡੇ ਤਖਤਾਂ ਤੋਂ ਜਿੱਥੋਂ ਸਿੱਖ ਪੰਥ ਦੇ ਭਲੇ ਦੀ ਗੱਲ ਆਉਣੀ ਸੀ ਉੱਥੇ ਸੌਦਾ ਸਾਧ ਵਰਗਿਆਂ ਨੂੰ ਸਿੱਖ ਪੰਥ ਦੇ ਦੋਖੀਆਂ ਨੂੰ ਮਾਫ਼ੀਨਾਮੇ ਜਾਰੀ ਕੀਤੇ ਜਾਂਦੇ ਵੋਟਾਂ ਦੀ ਖਾਤਰ ਵੀ ਵੋਟਾਂ ਲੈਣੀਆਂ ਉਹਨਾਂ ਨੂੰ ਮਾਫ਼ੀਨਾਮੇ ਸਿਆਸਤ ਨਹੀਂ ਤੇ ਹੋਰ ਕੀ ਆ ਸਾਰਾ ਕੁਝ ਸਿਆਸਤ ਸਿਆਸਤ ਹੀ ਆ ਪਹਿਲਾਂ ਇੱਥੋਂ ਦਾ ਮੁੱਖ ਮੰਤਰੀ ਕਹਿੰਦਾ ਇਹ ਖਾਲਿਸਤਾਨੀ ਸਵਾਗਤ ਨਹੀਂ ਕਰਨਾ ਅਸੀਂ ਤੇ ਜਦੋਂ ਹੁਣ ਪ੍ਰਧਾਨ ਮੰਤਰੀ ਆ ਗਿਆ ਤੇ ਨਾਲ ਉਹਨੂੰ ਹੱਥ ਮਿਲਾਉਣ ਵਾਸਤੇ ਬਤਾਬ ਖੜੇ ਇੱਥੇ ਦੇ ਮੰਤਰੀ ਮੁੱਖ ਮੰਤਰੀ ਸਾਰੇ ਸਵਾਗਤ ਲਈ ਪੱਬਾਂ ਭਾਰ ਪੰਜਾਬ ਵਿੱਚ ਮੈਂ ਪੰਜਾਬ ਦੀ ਗੱਲ ਕਰਾਂ ਗੁਰਮੁਖ ਪਰ ਸਾਰਾ ਕੁਝ ਸਿਆਸਤ ਹੋ ਰਹੀ ਅੱਜ ਵੀ ਟਰੂਡੋ ਵੀ ਉਹੀ ਆ ਤੇ ਸੱਜਣ ਵੀ ਉਹੀ ਆ ਕੋਈ ਫਰਕ ਥੋੜੀ ਆ ਦੇਸ਼ ਦੀ ਉੱਥੇ ਦਾ ਜਿਹੜਾ ਦੇਸ਼ ਦੀ ਪੋਲਿਟਿਕਸ ਉਹ ਵੀ ਉਹੀ ਆ ਜੋ ਦੇਸ਼ ਦਾ ਉੱਥੇ ਦਾ ਲਾ ਆ ਕਾਨੂੰਨ ਉਹ ਵੀ ਉਹੀ ਆ ਕੋਈ ਫਰਕ ਨਹੀਂ ਪਰ ਸਾਰਾ ਸਿਆਸਤ ਸਾਰਾ ਕੁਝ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਮੈਂ ਬੇਨਤੀ ਕਰ ਰਿਹਾ ਸਿਆਸਤ ਦਾ ਵਰਤਾਰਾ ਸਾਰਾ ਵਰਤਿਆ ਅੱਜ ਵੀ ਸਿਆਸੀ ਵਰਤਾਰੇ ਸਿਆਸੀ ਲੋਕਾਂ ਦੇ ਫਤਵੇ ਮਾਫ਼ੀਨਾਮਾ ਜਾਰੀ ਕਰਦੇ ਹੋ ਪੰਥ ਖੜਾ ਹੋ ਗਿਆ ਮਨਜ਼ੂਰ ਨਨਕਾਣਾ ਸਾਹਿਬ ਦੇ ਅੰਦਰ ਭਾਵੇਂ ਗੋਲੀਆਂ ਦੀਆਂ ਵਿਛਾੜਾਂ ਆਈਆਂ ਟਕੂਏ ਤਲਵਾਰਾਂ ਦੇ ਵਾਰ ਹੋਏ ਖਲਾਰਾ ਪਾ ਦਿੱਤਾ ਨਨਕਾਣਾ ਸਾਹਿਬ ਦੇ ਵਿਹੜੇ ਵਿੱਚ ਪਰ ਸ਼ਾਂਤਮਈ ਸ਼ਹਾਦਤ ਸਿੰਘਾਂ ਨੇ ਆਖਿਆ ਸੀ ਗੁਰਦੁਆਰੇ 'ਚ ਜਾ ਕੇ ਹਥਿਆਰ ਸ਼ਸਤਰ ਦੀ ਵਰਤੋਂ ਨਹੀਂ ਕਰਨੀ ਸ਼ਾਂਤਮਈ ਸ਼ਹਾਦਤਾਂ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਾਂਤਮਈ ਸ਼ਹਾਦਤ ਦਿੱਤੀ ਸੀ ਤਤੀ ਤਵੀ ਤੇ ਬੈਠ ਕੇ ਸਰਬ ਕਲਾ ਸਮਰੱਥ ਹੁੰਦਿਆਂ ਸਾਰੀ ਤਾਕਤ ਦੇ ਹੁੰਦਿਆਂ ਰਿਧੀਆਂ ਸਿੱਧੀਆਂ ਸਖਤੀਆਂ ਦੇ ਹੁੰਦੇ ਆ ਸਾਈ ਮੀਆਂ ਮੀਰ ਨੇ ਆਖਿਆ ਮਹਾਰਾਜ ਆ ਕੀ ਕਰ ਰਹੇ ਹੋ ਮੈਨੂੰ ਹੁਕਮ ਕਰੋ ਲਾਹੌਰ ਤੇ ਦਿੱਲੀ ਦਾ ਤਖਤ ਮੂਧਾ ਮਾਰਦਿਆਂ ਤੇ ਸਤਿਗੁਰ ਕਹਿੰਦੇ ਨਿਗਾਹ ਤੇ ਮਾਰ ਆਸੇ ਪਾਸੇ ਸਾਈ ਜੀ ਤੇ ਜਦੋਂ ਸਾਈ ਜੀ ਨੇ ਵੇਖਿਆ ਤਾਕਤਾਂ ਤੇ ਹੱਥ ਬੰਨੀ ਖੜੀਆਂ ਸੀ ਵੀ ਮਹਾਰਾਜ ਹੁਕਮ ਕਰੋ ਸਾਰਾ ਕੁਝ ਪਲਟਾ ਦੀਏ ਸਤਿਗੁਰ ਕਹਿੰਦੇ ਅਜਰ ਨੂੰ ਜਰਨਾ ਤਾਕਤ ਨੂੰ ਜਰਨਾ ਰਿਧੀਆਂ ਸਿੱਧੀਆਂ ਨੂੰ ਜਰਨਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਦੇਖੋ ਅਸੀਂ ਤੇ ਸ਼ਾਂਤਮਈ ਸ਼ਹਾਦਤ ਦੇਣੀ ਹੈ ਉਹਨਾਂ ਸਿੰਘਾਂ ਵੀ ਗੁਰੂ ਆਸੇ ਤੇ ਚੱਲਦਿਆਂ ਸ਼ਾਂਤਮਈ ਸ਼ਹਾਦਤ ਨਰੈਣੂ ਮਹੰਤ ਜਿਹੜਾ ਗੁਰਦੁਆਰੇ ਦੀ ਮਰਿਆਦਾ ਨੂੰ ਤਾਰ ਤਾਰ ਕਰ ਰਿਹਾ ਧੀਆਂ ਭੈਣਾਂ ਦੀ ਬੇਪਤੀ ਕਰਦਾ ਸੀ ਸ਼ਰਾਬ ਦੀਆਂ ਬੋਤਲਾਂ ਸਰੋਵਰ 'ਚ ਠੰਡੀਆਂ ਕਰਕੇ ਪੀਂਦੇ ਸਨ ਏਡੀ ਮਨਮਤ ਮਹੰਤ ਲਫ਼ਜ਼ ਬੜਾ ਸਤਿਕਾਰਯੋਗ ਜਿਵੇਂ ਮਸੰਦ ਲਫ਼ਜ਼ ਬੜਾ ਸਤਿਕਾਰਯੋਗ ਪਰ ਮਸੰਦਾਂ ਦੇ ਕਾਲੇ ਕਾਰਨਾਮਿਆਂ ਨੇ ਮਸੰਦ ਲਫ਼ਜ਼ ਜਿਹੜਾ ਸੀ ਉਹ ਘਿਰਨਾ ਯੋਗ ਬਣਾ ਦਿੱਤਾ ਮਹੰਤ ਲਫ਼ਜ਼ ਸਤਿਕਾਰਯੋਗ ਪਰ ਘਿਰਨਾ ਯੋਗ ਬਣਾ ਦਿੱਤਾ ਉਹਨਾਂ ਦੇ ਕਾਲੇ ਕਾਰਨਾਮਿਆਂ ਨੇ ਜਿਵੇਂ ਅੱਜ ਜਥੇਦਾਰ ਲਫ਼ਜ਼ ਕਿੰਨਾ ਸਤਿਕਾਰਯੋਗ ਪੰਥ ਦੇ ਅੰਦਰ ਜਥੇਦਾਰ ਤਖਤਾਂ ਦੇ ਜਥੇਦਾਰ ਵੈਸੇ ਅਸੀਂ ਜਥੇਦਾਰ ਤਿਆਰ ਬਰ ਤਿਆਰ ਸਿੰਘ ਹੋਏ ਤੇ ਉਹਨੂੰ ਜਥੇਦਾਰ ਕਹਿੰਦੇ ਆ ਸਤਿਕਾਰ ਵਜੋਂ
ਕਿੰਨਾ ਸਤਿਕਾਰ ਦਾ ਲਫ਼ਜ਼ ਆ, ਪਰ ਸੌਦਾ ਸਾਧ ਵਰਗਿਆਂ ਨੂੰ ਮਾਫ਼ੀਨਾਮੇ ਜਾਰੀ ਕਰਕੇ ਜਥੇਦਾਰ ਸ਼ਬਦ ਵੀ ਘਰਨਾ ਯੋਗ ਬਣਾ ਦਿੱਤਾ। ਪੰਥ ਚੋਂ ਆਵਾਜ਼ਾਂ ਉੱਠੀਆਂ, ਚਾਹੇ ਸੋਸ਼ਲ ਮੀਡੀਆ ਸੀ, ਅਖਬਾਰਾਂ ਸੀ, ਨੈੱਟ ਸੀ, ਚਾਹੇ ਵੈਸੇ ਗੁਰਮੁਖ ਪਿਆਰਿਓ, ਪੰਥ ਚੋਂ ਆਵਾਜ਼ਾਂ ਉੱਠੀਆਂ, ਜਥੇਦਾਰ ਸਾਨੂੰ ਪ੍ਰਵਾਨ ਨਹੀਂ, ਰੱਦ ਕਰ ਦਿੱਤੇ। ਪੰਥ ਨੇ ਘਰਨਾ ਯੋਗ ਲਫ਼ਜ਼ ਬਣਾ ਦਿੱਤਾ। ਜੇ ਇਸੇ ਤਰ੍ਹਾਂ ਆ 10 ਸਾਲਾਂ ਬਾਅਦ ਰਾਜ ਦਾ ਭੋਗ ਪੈ ਗਿਆ, ਦੁੱਖ ਨਾ ਮਨਾਇਓ। ਕਈ ਵਾਰ ਆਪਾਂ ਪਾਰਟੀ ਬਾਜੀ ਚ ਬੈਠੇ ਹੁੰਦੇ, ਪਰ ਨਹੀਂ, ਇੱਥੇ ਗੁਰੂ ਦੇ ਚਰਨਾਂ ਚ ਤੇ ਆਪਾਂ ਪਾਰਟੀ ਬਾਜੀ ਤੋਂ ਰਹਿਤ ਹੋ ਕੇ ਗੁਰੂ ਦੇ ਸਿੱਖ, ਭਾਵੇਂ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ, ਪਾਰਟੀਆਂ ਬਾਅਦ ਚ, ਗੁਰੂ ਦੇ ਸਿੱਖ ਆਪਾਂ ਪਹਿਲਾਂ। ਮੈਂ ਬੇਨਤੀ ਕਰਾਂ, ਇਹ 10 ਸਾਲਾਂ ਬਾਅਦ ਜਿਵੇਂ ਉਹ 25 ਸਾਲ ਕਹਿੰਦੇ ਰਾਜ ਕਰਨਾ, ਜੇ 5 ਕੁ ਸਾਲ ਕਿਤੇ ਹੋਰ ਰਹਿ ਜਾਂਦੇ ਨਾ, ਤੇ ਆ ਜਿਹੜਾ ਜਥੇਦਾਰ ਲਫ਼ਜ਼ ਸੀ ਨਾ, ਇਹ ਵੀ ਇੰਨਾ ਘਰਨਾ ਯੋਗ ਬਣਾ ਦੇਣਾ ਸੀ ਲੋਕਾਂ ਨੇ। ਜੇ ਕਿਸੇ ਨੂੰ ਕਹੀਏ ਸਤਿਕਾਰ ਨਾਲ ਕਿਸੇ ਕਹਿਣਾ ਸੀ ਜਥੇਦਾਰ, ਤੇ ਅੱਗੋਂ ਜਵਾਬ ਆਉਣਾ ਹੀ ਭਰਾਵਾ ਮਾਂ ਭੈਣ ਦੀਆਂ 5-7 ਗਾਲਾਂ ਭਾਵੇਂ ਕੱਢ ਲੈ, ਪਰ ਮੈਨੂੰ ਜਥੇਦਾਰ ਨਾ ਕਹਿ, ਗੱਜ ਕੇ ਆਖੋ ਸਤਨਾ। ਇੰਨਾ ਘਰਨਾ ਯੋਗ ਬਣਾ ਦੇਣਾ ਸੀ ਜੋ ਉਹਨਾਂ ਤੋਂ ਵਰਤਾਰੇ ਕਰਾਏ ਜਾ ਰਹੇ ਸੀਗੇ। ਜਥੇਦਾਰਾਂ ਦਾ ਹਾਲ ਕੀ ਕੀਤਾ ਸਿਆਸੀ ਲੋਕਾਂ ਨੇ, ਹਾਥੀ ਤੇ ਚੜਾ ਕੇ ਲਿਆਉਂਦੇ ਸੀ ਹਾਰ ਪਾ ਕੇ, ਤੇ ਗਧੇ ਤੇ ਚੜਾ ਕੇ ਤੋਰਦੇ। ਕਿੰਨੇ ਜਥੇਦਾਰਾਂ ਦਾ ਹਾਲ, ਇੱਕ ਜਥੇਦਾਰ ਤੇ ਵਿਚਾਰਾ ਬਾਥਰੂਮ ਚ ਨਾ ਇਸ਼ਨਾਨ ਕਰ ਰਿਹਾ ਸੀ, ਇਸ਼ਨਾਨ ਕਰਦੇ ਮੂੰਹ ਵਿੱਚ ਦਾਤਨ ਨੂੰ ਲੈ ਕੇ ਚਲੇ ਗਏ, ਕਹਿੰਦੇ ਇੱਥੇ ਦਸਖਤ ਕਰ ਅਸਤੀਫੇ ਤੇ, ਛੇਤੀ ਨਵਾਂ ਜਥੇਦਾਰ ਲਾਉਣਾ, ਪ੍ਰਧਾਨ ਸਾਹਿਬ ਦਾ ਹੁਕਮ ਆ ਗਿਆ। ਤੇ ਜਥੇਦਾਰ ਕਹਿੰਦਾ ਇਸ਼ਨਾਨ ਤੇ ਕਰ ਲੈਂਦੋ, ਕਹਿੰਦੇ ਨਹੀਂ, ਕਹਿੰਦਾ ਦਾਤਨ ਤੇ ਕਰ ਲੈਂਦੋ, ਕਹਿੰਦੇ ਦਾਤਨ ਵੀ ਬਾਅਦ ਚ ਕਰੀ, ਪਹਿਲਾਂ ਦਸਖਤ ਕਰ ਅਸਤੀਫੇ ਦੇ, ਦਸਖਤ ਕਰ। ਤੇ ਮੈਂ ਵੀ ਬੇਨਤੀ ਕਰਦਿਆਂ, ਜਿਹਨੂੰ ਹਟਾਇਆ ਗਿਆ ਤੇ ਜਿਹਨੂੰ ਲਾਇਆ ਗਿਆ, ਕੁੜਮਾਚਾਰੀ ਬਣ ਰਹੀ ਸੀ, ਬੱਚੇ ਬੱਚੀ ਦਾ ਮੰਗਣਾ ਹੋਇਆ ਸੀ, ਜਿਹੜਾ ਜਥੇਦਾਰ ਲੱਗਿਆ ਸੀ ਉਹਦੀ ਬੱਚੀ ਤੇ ਜਿਹਨੂੰ ਲਾਉਣ ਰਹੇ ਸੀ ਉਹਦਾ ਬੱਚਾ, ਦੋਨਾਂ ਦੀ ਅੰਗੇਜਮੈਂਟ ਹੋਈ ਸੀ। ਪਰ ਦੇਖੋ ਸਿਆਸਤ ਦੀਆਂ ਵੰਡੀਆਂ, ਜਿਹਨੂੰ ਹਟਾਇਆ ਗਿਆ ਗੁਰਮੁਖ ਪਿਆਰਿਓ, ਜਿਹਨੂੰ ਲਾਇਆ ਜਾ ਰਿਹਾ, ਉਹਨੇ ਇਹ ਨਹੀਂ ਆਖਿਆ ਵੀ ਮੇਰੇ ਕੁੜਮ ਨੂੰ ਹਟਾ ਕੇ ਮੈਨੂੰ ਲਾਉਂਦਿਓ, ਮੈਨੂੰ ਇਹ ਜਥੇਦਾਰੀ ਨਹੀਂ ਚਾਹੀਦੀ। ਗੁਰਮੁਖ ਪਿਆਰਿਓ ਜਥੇਦਾਰੀ, ਜਥੇਦਾਰ ਜਥੇਦਾਰੀ ਲੈਣੀ ਆ, ਤੇ ਜਥੇਦਾਰੀ ਲੈ ਲਈ, ਮੁੜ ਕੇ ਉਹਨਾਂ ਦਾ ਜਿਹੜਾ ਕੁੜਮਾਚਾਰੀ ਟੁੱਟ ਗਈ, ਅੰਗੇਜਮੈਂਟ ਟੁੱਟ ਗਈ, ਵਿਆਹ ਚ ਨਹੀਂ ਬਦਲੀ ਹੋਈ, ਜਿਹੜਾ ਜਥੇਦਾਰ ਹਟਾਇਆ ਗਿਆ ਤੇ ਜਿਹੜਾ ਲਾਇਆ ਗਿਆ, ਕੁੜਮਾਚਾਰੀ ਵੀ ਤੋੜ ਦਿੱਤੀ ਉਹਨਾਂ ਦੀ। ਗੁਰਮੁਖ ਪਿਆਰਿਓ ਸਿਆਸਤ ਨੇ ਦੇਖੋ ਹਾਲ ਕੀ ਕੀਤਾ ਪਿਆ ਸਾਡੇ ਤਖਤਾਂ ਦਾ। ਸਾਡੇ ਤਖਤਾਂ ਦਾ ਜਥੇਦਾਰ ਹੋਵੇ ਅਕਾਲੀ ਫੂਲਾ ਸਿੰਘ ਵਰਗਾ, ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਲਬ ਕਰਕੇ ਇਮਲੀ ਦੇ ਬੂਟੇ ਨਾ ਬੰਨ ਕੇ ਕੋੜਿਆਂ ਦੀ ਸਜ਼ਾ, ਜੇ ਕੋਈ ਅੱਜ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਉਦੋਂ ਹੋਂਦ ਵਿੱਚ ਆਈ 1920 ਜਦੋਂ ਇਹ ਗੁਰਦੁਆਰੇ ਦਾ ਪ੍ਰਬੰਧ ਕਿਤੇ, ਉਦੋਂ ਦੇ ਅਕਾਲੀ 3.5 ਫੁੱਟੀ ਕਿਰਪਾਨਾਂ ਵਾਲੇ ਦੇਖੋ ਜਥੇਦਾਰ ਮੋਹਨ ਸਿੰਘ ਵਰਗੇ ਗੁਰਮੁਖ ਪਿਆਰੇ ਉਸ ਵੇਲੇ ਦੇ ਜਥੇਦਾਰ, ਉਸ ਵੇਲੇ ਦੇ ਦੇਖੋ ਰਹਿਤ ਮਰਜ਼ਾਦਾ ਦੇ ਧਾਰਨੀ, ਮੋਰਚੇ ਲਾਉਣ ਵਾਲੇ, 5 ਕਕਾਰਾਂ ਦੇ ਧਾਰਨੀ। ਅੱਜ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਆ ਉਹਨੂੰ ਖੜਾ ਲੋ, ਤੇ ਖੜਾ ਕੇ ਉਹਨੂੰ ਕੋ 5 ਕਕਾਰ ਹੀ ਦੇ ਦੇ ਗੁਰਮੁਖ ਪਿਆਰਿਓ, 5 ਕਕਾਰ ਨੀ ਹੋਣੇ ਅੱਜ ਦੇ ਅਕਾਲੀ ਦਲ ਦੇ ਪ੍ਰਧਾਨ ਕੋਲੇ, ਕੇਸ ਖੋਲ ਲਿਓ, ਕੰਗਾ ਨੀ ਹੋਣਾ, ਪਜਾਮਾ ਲਾ ਲਿਓ ਹੇਠਾਂ ਕਸ਼ਹਿਰਾ ਨੀ ਹੋਣਾ, ਤੇ ਕਮੀਜ਼ ਲਾ ਲਿਓ ਹੇਠਾਂ ਕਿਰਪਾਨ ਨੀ ਹੋਣੀ, ਤੇ ਬਣਾਤਾ ਪੰਥ ਦਾ ਪ੍ਰਧਾਨ ਆ। ਪਿਛਲੇ ਦਿਨੀ ਦੇਖੀ ਆ ਜਲੂਸ ਕੱਢਿਆ ਹੋਲੀ ਦੇ ਸਮੇਂ ਦਿੱਲੀ ਦੇ ਵਿੱਚ, ਆਪਣੇ ਘਰ ਚ ਹੋਲੀ ਖੇਡਦੇ ਆ, ਦੱਸੋ ਹੋਵੇ ਪੰਥ ਦੀ ਪਾਰਟੀ ਦਾ ਪ੍ਰਧਾਨ ਤੇ ਖੇਡਦਾ ਹੋਵੇ ਹੋਲੀ, ਸਿਰ ਤੇ ਨਾ ਹੋਵੇ ਪੱਗ ਤੇ ਮੂੰਹ ਸਿਰ ਰੰਗ ਨਾਲ ਲਿਬੜਿਆ ਹੋਵੇ, ਦੱਸੋ ਕਿਹੜੇ ਪੰਥ ਦਾ ਪ੍ਰਧਾਨ ਹੈ। ਗੱਲਾਂ ਪਾਰਟੀ ਬਾਜੀ ਦੀਆਂ ਨਹੀਂ, ਗੱਲਾਂ ਸੱਚੀਆਂ ਤੁਹਾਡੇ ਚਰਨਾਂ ਚ ਮੈਂ ਬੇਨਤੀ ਕਰਾਂ, ਪਾਰਟੀ ਬਾਜੀ ਤੋਂ ਪਰੇ ਹੋ ਕੇ ਸੁਣਿਓ। ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ, ਅੱਜ ਦੇ ਦਿਨ ਉਹਨਾਂ ਦਾ ਸੰਸਕਾਰ ਹੋਇਆ ਸੀ ਅੱਜ ਦੇ ਦਿਨ। ਤੇ ਅੱਜ ਦੇਖੋ ਸਾਡੀਆਂ ਬੀਬੀਆਂ, ਮਾਤਾਵਾਂ, ਭੈਣਾਂ, ਮਾਈ ਭਾਗੋ ਦੀਆਂ ਵਾਰਸ, ਮਾਤਾ ਭਾਗੋ ਦੀਆਂ ਵਾਰਸ ਸਾਡੀਆਂ ਮਾਤਾਵਾਂ, ਬੀਬੀਆਂ, ਭੈਣਾਂ। ਪਰ ਦੇਖੋ ਜੇ ਇਹਨਾਂ ਦਾ ਇੱਕ ਇਸਤਰੀ ਅਕਾਲੀ ਦਲ ਬਣਾਇਆ ਤੇ ਉਹਦੀ ਪ੍ਰਧਾਨ ਉਹ ਬਣਾਈ ਜਿਹੜੀ ਕੁੜੀ ਮਾਰ, ਜਿਹਨੇ ਆਪਦੀ ਕੁੜੀ ਦਾ ਕਤਲ ਕੀਤਾ, ਕੁੜੀ ਮਾਰ, ਤੇ ਜਿਹਨੂੰ ਗੁਰਮੁਖ ਪਿਆਰਿਓ ਇਲਜ਼ਾਮ ਹੀ ਨਹੀਂ ਲੱਗਿਆ ਵੀ ਇਕੱਲਾ ਇਲਜ਼ਾਮ, ਕੋਰਟ ਨੇ 5 ਸਾਲ ਦੀ ਸਜ਼ਾ ਸੁਣਾਈ ਹੈ, ਕੈਦ 5 ਸਾਲ ਦੀ। ਮੇਰੇ ਤੇ ਨਾਲ ਹੀ ਰਹੀ ਉੱਥੇ ਗੁਰਮੁਖ ਪਿਆਰਿਓ,
कपूरथला जेल विच भाई राजोवाणे दी फांसी रद्द कराउण दा संघर्ष सी, तुसी भी सारे सड़कां ते ते असी भी आपां सारे ते जिन्ने आगू मूहरे लगे सरकार ने फड फड के अखौती पंथ दी सरकार ने जेलां च डके सी। ਮੈਨੂੰ ਵੀ ਕਪੂਰ ਮੈਂ ਉੱਥੇ ਜਲੰਧਰ ਕੀਰਤਨ ਤੇ ਗਿਆ ਉੱਥੋਂ ਹੀ ਗ੍ਰਿਫਤਾਰ ਕਰਕੇ ਸਾਥੀਆਂ ਸਮੇਤ ਕਪੂਰਥਲੇ ਜੇਲ ਚ ਭੇਜਤਾ ਤੇ ਮੈਨੂੰ ਅਜੇ ਜੇਲ ਚ ਭੇਜਿਆ। ਮੈਂ ਇੱਕ ਰਾਤ ਹੀ ਲੱਗੀ ਸਵੇਰੇ ਮੈਨੂੰ ਉਦੋਂ ਹੀ ਪਤਾ ਲੱਗਿਆ ਬੜਾ ਜੇਲ ਦੇ ਵਿੱਚ ਗਾਰਦਾ ਗੁਰਦਾ। ਮੈਂ ਕਿਹਾ ਕੀ ਹੋਰ ਲੱਗਾ ਬੜੀ ਫੋਰਸਾਂ ਫਾਰਸਾਂ। ਕਹਿੰਦੇ ਜਗੀਰ ਕੌਰ ਆ ਰਹੀ ਹੈ 5 ਸਾਲ ਦੀ ਸਜ਼ਾ ਹੋ ਗਈ ਹੈ। ਕਹਿੰਦੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਦੇਖੋ ਜਿਹੜੀ ਕੁੜੀ ਮਾਰ ਸਤਿਗੁਰ ਦੀ ਮਰਯਾਦਾ ਕਹਿੰਦੀ ਕੁੜੀ ਮਾਰ ਨੜੀ ਮਾਰ ਨਾ ਮੇਲ ਨੀ ਰੱਖਣਾ। ਇੱਥੇ ਜਿਹੜੇ ਕੁੜੀ ਮਾਰ ਗੁਰਮੁਖ ਪਿਆਰਿਓ ਪੰਥ ਦੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਦੇਖੋ ਪੰਥ ਦਾ ਬੇੜਾ ਗਰਗ ਨੀ ਕੀਤਾ ਤੇ ਹੋਰ ਕੀ ਆ। ਤੇ ਗੁਰਮੁਖ ਪਿਆਰਿਓ ਗਹਿਣੇ ਪਾ ਦਿੱਤਾ ਪੰਥ ਉਹਨਾਂ ਨੂੰ ਜਿਨ੍ਹਾਂ ਦਾ ਪੰਥ ਨਾਲ ਵਾਸਤਾ ਨੀ। ਆ ਟਰੂਡੋ ਆਇਆ ਤਰਲੇ ਲੈ ਕੇ ਮਰ ਗਏ ਵੀ ਸਾਨੂੰ ਦਰਬਾਰ ਸਾਹਿਬ ਚ ਉਹਦੇ ਸਵਾਗਤ ਲਈ ਵਿੱਚ ਨਾ ਪਾ ਦਿਓ। ਮੋਦੀ ਕਹਿੰਦਾ ਨਹੀਂ ਇੱਥੋਂ ਪੁਰੀ ਤੇ ਚਲੇ ਜਾਊਗਾ। ਦਿੱਲੀ ਚੋਂ ਆਪਣਾ ਮੰਤਰੀ ਭੇਜਤਾ ਪਰ ਜਿਨ੍ਹਾਂ ਨੇ ਪੰਥ ਗਹਿਣੇ ਪਾਇਆ ਉਹਨਾਂ ਦੀ ਨਹੁੰ ਨੂੰ ਨਾਲ ਗੁਰਮੁਖ ਪਿਆਰਿਓ ਮਹਿਮਾਨ ਨੀ ਬਣਾਇਆ ਉਹਨੇ ਵੀ। ਤੇ ਜਿਹੜਾ ਪੰਥ ਦਾ ਪ੍ਰਧਾਨ ਸੀ ਉਹ ਤੁਸੀਂ ਦੇਖਿਆ ਹੀ ਆ ਕਿਸੇ ਹੋਰ ਹੀ ਗੋਰੇ ਨੂੰ ਫੜ ਕੇ ਹੱਥ ਮਿਲਾ ਕੇ ਤੇ ਆਪਣੀ ਫੇਸਬੁੱਕ ਤੇ ਪਾਈ ਜਾਂਦਾ ਵੀ ਟਰੂਡੋ ਦਾ ਸਵਾਗਤ ਆ। ਉਹਨੇ ਕਿਸੇ ਹੋਰ ਹੀ ਗੋਰੇ ਨੂੰ ਟਰੂਡੋ ਬਣਾ ਤਾ ਤੇ ਬਿਨਾਂ ਬੁਲਾਏ ਮਹਿਮਾਨਾਂ ਨਾਲ ਆਹੀ ਕੁਝ ਹੁੰਦਾ ਨਾ ਪਰਕਰਮਾ ਚ ਜਾਣ ਦਿੱਤਾ। ਤੇ ਕਈ ਸਾਡੇ ਬਾਬੇ ਵੀ ਗੁਰਮੁਖ ਪਿਆਰੇ ਪੰਥ ਦੀ ਮਹਾਨ ਸੰਸਥਾ ਦਾ ਮੁਖੀ ਦਾ ਦਾਅਵੇਦਾਰ ਸਰੋਪਾ ਲੈ ਕੇ ਖੜਾ ਰਿਹਾ ਤੇ ਉੱਥੇ ਉਹਦੇ ਨਾਲ ਜਿਹੜਾ ਅਮਲਾ ਫੈਲਾ ਆਇਆ ਸੀ ਟਰੂਡੋ ਦੇ ਉਹਨਾਂ ਨੇ ਨੇੜੇ ਨੀ ਲੱਗਣਾ ਪਰੇ ਕਰ ਦਿੱਤਾ। ਦੱਸੋ ਬੇਅਦਬੀ ਨੀ ਪੰਥ ਦੀ ਜਦੋਂ ਤੇਰਾ ਨਾਂ ਨੀ ਭਲਿਆ ਤੂੰ ਕਾਹਤੋਂ ਸਰੋਪਾ ਲਈ ਬੈਠਾ। ਦੱਸ ਆਪੇ ਸਰੋਪਾ ਦਰਬਾਰ ਸਾਹਿਬ ਦਰਸ਼ਨ ਕਰਨ ਆਇਆ ਦਰਬਾਰ ਸਾਹਿਬ ਤੋਂ ਸਨਮਾਨ ਮਿਲ ਜਾਣਾ ਫਿਰ ਹੋਰ ਤੇ ਕਦੇ ਜ਼ੋਰ ਨੀ ਚੱਲਦਾ। ਸੂਚਨਾ ਕੇਂਦਰ ਚ ਵੜ ਗਏ ਸ਼੍ਰੋਮਣੀ ਕਮੇਟੀ ਜ਼ੋਰ ਲਾ ਕੇ ਮਰ ਗਈ ਕਿ ਸਾਡੇ ਆਹ ਬੰਦੇ ਨਾਲ ਉਹ ਕਹਿੰਦੇ ਨਹੀਂ ਸਾਡੀ ਆਪਣਾ ਜੋ ਪ੍ਰੋਟੋਕਾਲ ਸਾਡਾ ਜੋ ਸਾਡਾ ਅਸੀਂ ਨਮਾਣੇ ਸਿੱਖਾਂ ਵਾਂਗੂ ਦਰਸ਼ਨ ਕਰਨੇ ਅਸੀਂ ਕੋਈ ਰਾਜਨੀਤੀ ਨੀ ਨਾ ਕਿਸੇ ਨੂੰ ਰੋਟੀਆਂ ਸੇਕਣ ਦੇਣੀਆਂ ਤੇ ਰਹਿ ਗਏ ਵੱਡੇ ਵੱਡੇ ਦਾਅਵੇਦਾਰ ਪੰਥ ਦੇ ਘਾਉਣ ਵਾਲੇ ਤੇ ਏਡੀ ਮਾੜੀ ਗੱਲ ਸਭ ਤੋਂ ਘਟੀਆ ਗੱਲ ਕੀਤੀ ਸ਼੍ਰੋਮਣੀ ਕਮੇਟੀ ਨੇ। ਦੱਸਣ ਅਨੁਸਾਰ ਜੋ ਪਤਾ ਲੱਗਿਆ ਅੱਜ ਇੰਨੇ ਸਿੰਘਾਂ ਦੀ ਫੜੋ ਫੜੀ ਹੋਈ ਨਾ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਏਅਰਪੋਰਟ ਤੇ ਸੰਗਤਾਂ ਪਹੁੰਚ ਗਈਆਂ ਸਿੱਖ ਕਿਉਂ ਵੀ ਸਾਡੇ ਸਿੱਖਾਂ ਦਾ ਤੁਸੀਂ ਕੈਨੇਡਾ ਚ ਮਾਣ ਰੱਖਿਆ ਸਤਿਕਾਰ ਰੱਖਿਆ ਸਾਡਾ ਭਾਰਤ ਚ ਕਤਲੇ ਆਮ ਹੋਇਆ ਅੱਜ ਤੱਕ ਮੁਆਫੀ ਨੀ ਮੰਗੀ ਕਿਸੇ ਨੇ ਕਤਲੇ ਆਮ ਕਰਨ ਵਾਲਿਆਂ। ਤੁਸੀਂ ਕੈਨੇਡਾ ਦੀਆਂ ਪਾਰਲੀਮੈਂਟਾਂ ਦੇ ਅੰਦਰ ਵਿਧਾਨ ਸਭਾ ਚ ਮਤੇ ਪਾਸ ਕਰ ਦਿੱਤੇ ਉਹ 84 ਦੇ ਕਤਲੇ ਆਮ ਦੇ ਅਸੀਂ ਤੁਹਾਡਾ ਸਵਾਗਤ ਕਰਦੇ ਆ ਤੇ ਸੰਗਤਾਂ ਨੇ ਜਥੇਬੰਦੀਆਂ ਸਵਾਗਤ ਦੀ ਕਾਲ ਦੇ ਦਿੱਤੀ ਤੇ ਸ਼੍ਰੋਮਣੀ ਕਮੇਟੀ ਨੇ ਲੈਟਰ ਲਿਖ ਦਿੱਤਾ ਸਰਕਾਰ ਨੂੰ ਵੀ ਆਹ ਜਿਹੜੇ ਗਰਮ ਖਿਆਲੀ ਇਹਨਾਂ ਤੋਂ ਸਾਨੂੰ ਖਤਰਾ ਇਹ ਦਰਬਾਰ ਸਾਹਿਬ ਚ ਨਾ ਜ਼ਿਆਦਾ ਆਉਣ ਇਹਨਾਂ ਦੀ ਸਰਕਾਰ ਫੜੋ ਫੜੀ ਕਰ ਲੈ। ਉਹ ਆਪਣਾ ਬੈਨਰ ਏਕਤਾ ਦੀ ਗੱਲ ਕਰ ਲੋ ਕੋਈ ਨੇੜੇ ਆ ਕੇ ਰਾਜੀ ਨੀ ਕਹਿੰਦਾ ਏਕਤਾ ਤੇ ਕਰ ਲੂ ਪਰ ਪ੍ਰਧਾਨਗੀ ਮੇਰੀ ਹੋਵੇ ਪ੍ਰਧਾਨ ਮੈਂ ਹੋਵਾਂ। ਕਈ ਤੇ ਪ੍ਰਧਾਨ ਹੈਗੇ ਮੈਂਬਰ ਹੈ ਹੀ ਕੋਈ ਨਹੀਂ ਆ ਪ੍ਰਧਾਨ ਹੈਗੇ ਆ ਵੀ ਪ੍ਰਧਾਨ ਜੀ ਕਹਾਉਣਾ ਮੈਂਬਰ ਭਾਵੇਂ ਹੋਏ ਚਾਹੇ ਕੋਈ ਨਾ ਹੋਵੇ। ਜਿਵੇਂ ਕੋਈ ਦਫ਼ਤਰ ਖੋਲ ਕੇ ਅਕਾਲੀ ਦਲ ਫਲਾਣਾ ਸਾਂ ਅੰਦਰ ਬੈਠਾ ਸੀ ਕੋਈ ਤੇ ਕੋਈ ਰਾਹੀ ਲੰਘਿਆ ਉਹਨੇ ਵੇਖ ਕੇ ਬੋਰਡ ਅੰਦਰ ਚਲੇ ਗਿਆ ਕਹਿੰਦਾ ਜੀ ਅਕਾਲੀ ਦਾ ਕਹਿੰਦਾ ਨਵਾਂ ਬਣਿਆ ਕਹਿੰਦਾ ਪ੍ਰਧਾਨ ਕਹਿੰਦਾ ਆਪਾਂ ਹੀ ਆ ਤੇ ਕਹਿੰਦੇ ਮੈਂਬਰ ਕਹਿੰਦਾ ਉਡੀਕ ਕਰ ਰਿਹਾ ਆਓ ਮੈਂਬਰ ਬਣਾਉਂਦੇ ਆ ਕਹਿੰਦਾ ਉਡੀਕ ਕਰ ਰਿਹਾ ਜਿਹੜੇ ਆਉਣਗੇ ਮੈਂਬਰ ਬਣਾ ਦਿਆ ਪੰਥ ਇਕੱਠਾ ਕਰਨਾ ਪਿੱਛੇ ਜੇ ਗੁਰਮੁਖ ਪਿਆਰਿਓ ਕਹਿੰਦੇ ਉਪਰਾਲਾ ਹੋਇਆ 36 ਅਕਾਲੀ ਦਲ 36 ਤੇ ਕਹਿੰਦੇ ਇਕੱਠਾ ਕਰਕੇ ਇੱਕ ਬਣਾ ਦੇਣਾ ਤੇ ਸਾਰੇ ਪ੍ਰਧਾਨ ਕਹਿੰਦੇ ਜੀ ਬਣਾ ਦੋ ਕੋਈ ਇਤਰਾਜ਼ ਨਹੀਂ ਆ ਪਰ ਮੇਰਾ ਖਿਆਲ ਰੱਖਿਓ ਪ੍ਰਧਾਨ ਕਹੇ ਹਰੇਕ ਪ੍ਰਧਾਨ ਕਹੇ ਬਣਾ ਦਿਓ ਪਰ ਪ੍ਰਧਾਨ ਮੈਂ ਹੋਵਾਂ। 36 ਅਕਾਲੀ ਦਲ ਕਹਿੰਦੇ ਏਕਤਾ ਤੇ ਹੋਜੂ ਪਰ ਕਸਰ ਆ ਥੋੜੀ ਜੀ ਕਹਿੰਦੇ ਕਸਰ ਕਾਹਦੀ ਆ ਕਹਿੰਦੇ ਜਦੋਂ ਇੱਕ ਬਣਾ ਤਾ ਅਕਾਲੀ ਦਲ ਪ੍ਰਧਾਨ ਇੱਕ ਬਣਨਾ ਤੇ ਫਿਰ 35 ਪ੍ਰਧਾਨਾਂ ਦਾ ਕੀ ਬਣੂਗਾ ਜਿਹੜੇ ਛੱਜ ਬੰਨੀ ਫਿਰਦੇ ਪ੍ਰਧਾਨਗੀ ਦਾ।
ਕੁਲਹਾਂ ਦੇਂਦੇ ਬਾਬਲੇ ਲੈਂਦੇ ਵੱਡੇ ਨਲੱਜ ਗੁਰਬਾਣੀ ਦਾ ਬਚਨ ਕਿ ਚੂਹਾ ਖਾਡਣਾ ਮਾਵੀ ਤਿੱਕਲ ਬੰਨੇ ਸੱਜ ਕਹਿੰਦੇ ਖੱਡ ਚ ਤੇ ਆਪ ਨੀ ਵੜਿਆ ਜਾਂਦਾ ਤੇ ਕਹੇ ਲੱਕ ਨੂੰ ਛੱਜ ਬੰਨ ਕੇ ਖੱਡ ਚ ਵੜ ਜੂੰਗਾ ਉਹਦੇ ਕੋਲ ਕਿੱਥੇ ਖੱਡ ਚ ਵੜਿਆ ਜਾਣਾ ਭਾਵ ਨਾਲ ਕੋਈ ਹੈ ਨੀ ਪ੍ਰਧਾਨਗੀ ਦਾ ਛੱਜ ਬੰਨਿਆ ਪਾਰਟੀ ਦਾ ਛੱਜ ਬੰਨਿਆ ਦਸ ਬੰਦੇ ਦਸ ਨੀ ਇਕੱਠੇ ਹੁੰਦੇ ਤੇ ਏਕਤਾ ਦੀ ਗੱਲ ਮੈਂ ਤੇ ਬੇਨਤੀ ਕਰਾਂ ਗੁਰਮੁਖ ਪਿਆਰਿਓ ਜਿਹੜੇ ਲੋਕ ਕਾਬਜ ਆ ਉਹਨਾਂ ਨੂੰ ਕਬਜ਼ਾ ਕਰਾਉਣ ਚ ਵੱਡਾ ਯੋਗਦਾਨ ਸਾਡੇ ਉਹਨਾਂ ਭਰਾਵਾਂ ਦਾ ਜਿਹੜੇ ਅੱਜ ਹੈ ਤੇ ਚੰਗੇ ਆ ਤਿਆਰਵਰ ਤਿਆਰ ਆ ਪਰ ਇਕੱਠੇ ਨੀ ਹੁੰਦੇ ਏਕਤਾ ਨੀ ਕਰਦੇ ਤਾਂ ਹੀ ਪੰਥ ਦੇ ਪੰਜਾਬ ਦਾ ਭਲਾ ਨੀ ਹੁੰਦਾ ਜਵਾਬ ਦੇ ਹੋਵਾਂਗੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਗੁਰਦੁਆਰੇ ਆਜ਼ਾਦ ਕਰਾਏ ਸਿੱਖੀ ਲਈ ਜਾਨਾਂ ਵਾਰੀਆਂ ਨਨਕਾਣਾ ਸਾਹਿਬ ਕੌਣ ਗਏ ਸਿੱਖੀ ਨੂੰ ਪਿਆਰ ਕਰਨ ਵਾਲੇ ਗੁਰਮੁਖ ਪਿਆਰਿਓ ਆਓ ਧਾਰਨਾ ਪੜ੍ਹ ਵੀ ਲਿਓ ਪਿਆਰ ਵਿੱਚ ਸਾਰੇ ਕਿਹੜੇ ਹੋਏ ਕੁਰਬਾਨ ਕੌਣ ਗਏ ਨਨਕਾਣਾ ਸਾਹਿਬ ਮਹੰਤਾਂ ਤੋਂ ਆਜ਼ਾਦ ਕਰਾਉਣ ਲਈ ਇਹ ਗੁਰੂ ਗ੍ਰੰਥ ਪੰਥ ਦਾ ਪ੍ਰਚਾਰ ਹੋਵੇ ਗੁਰਦੁਆਰਿਆਂ ਚੋਂ ਸਿੱਖੀ ਦੀ ਲੋਕ ਭਲੇ ਦੀ ਗੱਲ ਹੋਵੇ ਇੱਥੇ ਜਿਹੜੇ ਕੁਕਰਮ ਹੋ ਰਹੇ ਆ ਇਹ ਕੁਕਰਮ ਬੰਦ ਹੋਣ ਕੌਣ ਗਏ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਇਹ ਗੁਰਮੁਖ ਪਿਆਰਿਓ ਦੀਵਾ ਤੇਲ ਪਾ ਕੇ ਸਾਰੇ ਬਾਲਦੇ ਨੇ ਪਰ ਸਿੱਖੀ ਦੀਪ ਜਲਾਉਣਾ ਬੜਾ ਔਖਾ ਥਾਂ ਘਿਓ ਦੀ ਪਾ ਕੇ ਖੂਨ ਚਰਬੀ ਸਿੱਖੀ ਦੀਪ ਜਲਾਉਣਾ ਬੜਾ ਔਖਾ ਮਨੀ ਸਿੰਘ ਦੇ ਵਾਂਗਰਾਂ ਖਾਲਸਾ ਜੀ ਬੰਦ ਬੰਦ ਕਟਾਉਣਾ ਬੜਾ ਔਖਾ ਗੱਲਾਂ ਕਰਨੀਆਂ ਸੰਗਤ ਜੀ ਸੁਖਾਲੀਆਂ ਨੇ ਪਰ ਸਿੱਖੀ ਸਿਦਕ ਨਿਭਾਉਣਾ ਬੜਾ ਔਖਾ ਗੱਲਾਂ ਕਰਨੀਆਂ ਸੌਖੀਆਂ ਨੇ ਕੁਰਬਾਨੀ ਦੀਆਂ ਗੱਲਾਂ ਪਰ ਜਿਨ੍ਹਾਂ ਨੇ ਕੁਰਬਾਨੀ ਕੀਤੀ ਆ ਉਹ ਗੁਰਮੁਖ ਪਿਆਰਿਓ ਕੀਤੀ ਕਿੰਨਾ ਜਿਨ੍ਹਾਂ ਸਿੱਖੀ ਨਾਲ ਪਿਆਰ ਸਾਰੇ ਰਸਨਾ ਸਫਲੀ ਕਰਿਓ ਜਿਨ੍ਹਾਂ ਸਿੱਖੀ ਨਾਲ ਕੀਤਾ ਹੈ ਪਿਆਰ ਸਿੱਖੀ ਦੇ ਤੋਂ ਜਾਨਾਂ ਵਾਰੀਆਂ ਸਿੱਖੀ ਨਾਲ ਕੀਤਾ ਹੈ ਪਿਆਰ ਸਿੱਖੀ ਦੇ ਤੋਂ ਜਾਨਾਂ ਵਾਰੀਆਂ ਸਿੱਖੀ ਨਾਲ ਕੀਤਾ ਹੈ ਪਿਆਰ ਸਿੱਖੀ ਦੇ ਤੋਂ ਜਾਨਾਂ ਵਾਰੀਆਂ ਜਿੰਨਾ ਸਿੱਖੀ ਨਾਲ ਕੀਤਾ ਹੈ ਪਿਆਰ ਸਿੱਖੀ ਦੇ ਤੋਂ ਜਾਨਾਂ ਵਾਰੀਆਂ ਜਿੰਨਾ ਸਿੱਖੀ ਨਾਲ ਤੋਂ ਜਾਨਾਂ ਸਿੱਖੀ ਨਾਲ ਕੀਤਾ ਹੈ ਪਿਆਰ ਸਿੱਖੀ ਦੇ ਤੋਂ ਜਾਨਾਂ ਵਾਰੀਆਂ ਸਿੱਖੀ ਨਾਲ ਕੀਤਾ ਪਿਆਰ ਸਿੱਖੀ ਦੇ ਤੋਂ ਜਾਨਾਂ ਵਾਰੀਆਂ ਸਿੱਖੀ ਨਾਲ ਕੀਤਾ ਹੈ ਪਿਆਰ ਸਿੱਖੀ ਦੇ ਮੇਰੇ ਪਿਆਰੇ ਸਿੱਖੀ ਦੇ ਉੱਤੋਂ ਜਾਨਾਂ ਵਾਰੀਆਂ ਸਿੱਖੀ ਦੇ ਉੱਤੋਂ ਜਾਨਾਂ ਵਾਰੀਆਂ ਮੇਰੇ ਪਿਆਰੇ ਸਿੱਖੀ ਦੇ ਉੱਤੋਂ ਜਾਨਾਂ ਵਾਰੀਆਂ ਸਿੱਖੀ ਦੇ ਉੱਤੋਂ ਜਾਨਾਂ ਵਾਰੀਆਂ ਮੇਰੇ ਪਿਆਰੇ ਸਿੱਖੀ ਦੇ ਉੱਤੋਂ ਜਾਨਾਂ ਵਾਰੀਆਂ ਸਿੱਖੀ ਦੇ
भाई लक्ष्मण सिंह धारूवाली नूं जंड तों लाया, जंड तों जंड नाल पुठा बन के अग ला दित्ती सी, अगण भेट कर दिता सिंह नूं जिउंदे सिंह भाई लक्ष्मण सिंह धारूवाल नूं नरैणू महंत। पर ननकाणा साहब की आजादी लई आपा वारिया गुरु के सिख ने अरदासा सोध के तुरे सी, ते अरदास दी लाज, अरदास बड़ी वड्डी महत्ता अरदास दी, अरदास जिन्हां ने इस गुरमुख प्यारे अरदासा सोध के बाबा दीप सिंह तुरिया सी तखत श्री दमदमा साहब तो के हरिमंदर नूं आजाद कराउणा, मुगलां तो सिर हरिमंदर दी भेटा करना, किन्नियां रुकावटां आईयां, सिर धड़ तों वखरा हो गया, पर धन बाबा दीप सिंह सिर तली ते रख के अरदासा पूरा करदे परकर्मा विच जा पहुंचे। सिख दा अरदासा, अरदास देखो सिख दी, कदे अरदासा संत फतेह सिंह संत चानण सिंह ने भी कीतियां, अकाल तख्त साहब ते हवन कुंड बना ले सी, सिखां दीआं मंगा मंगो नहीं ते असीं हवन कुंड दे विच अगण भेट हो जांगे, अरदासां तों भज के मुड़ के गुरमुख प्यारे नहीं खड़े, ताही पंथ च अज उन्हां दा माण नहीं। संत दे उन्हां नूं भी कहिंदे सी संत फतेह सिंह संत चानण सिंह ते संत संत जरनैल सिंह नूं भी कहिंदे आ, संत लौंगोवाल नूं भी कहिंदे, मोर्चा डिक्टेटर सी नाले गुरमुख प्यारिओ अकाली दल दा प्रधान सी, आम कपूरी दा मोर्चा लग्गिया ना, नहर पंजाब दा पानी हरियाणे च लजाण दा मोर्चा भी नहीं लजाण देना, मोर्चा फेल होण जा रहा सी, उधर संत जरनैल सिंह दे साथी बाबा अठारा सिंह भाई अमरीक सिंह नूं फड़ लिया, पुलिस ने बिना किसे कसूर तो संतां ने मोर्चा ला दिता भी जा इन्हां नूं छड्डो, नहीं ते धर्म जोत मोर्चा, ते संगतां ने वहीरां घत लईआं, इक सच्चे सुच्चे बंदे वल नूं अका पंथ वहीरां घत लैंदा, फिर वहीरां घत लईआं ते लौंगोवाल वर्गियां देखिया मोर्चा अपना फेल है, इत्थे बंदे आउंदे नहीं, सारे उधर नूं चल पए आ, उन्हां ने अपना मोर्चा चक्किया उत्थों गुरमुख प्यारे तलवंडी लौंगोवाल, ते उन्हां ने अपना मोर्चा जाके धर्म युद्ध मोर्चे दे विच ही कन्वर्ट गुरमुख प्यारे दे नाल मिल गए, उन्हां ने नाल ते जिहड़ा आनंदपुर दा मता इह किते संत जरनैल सिंह ने नहीं सी पाया, इह आनंदपुर दा मता जगदेव सिंह तलवंडी अकाली दल दा प्रधान अकाली दल पार्टी लैके गई सी भी आह आनंदपुर दा मता पास करवाउणा सरकार तां, ते संतां ने एक्सैप्ट कर लिया, कहिंदे पंथ दा मता असीं भी सहमत आ, ते मोर्चा चलिया, पर ख्याल करियो जिहड़ा सच्चा संत उहने शहादत दा जाम पीता ते रिहा झूठा बनी, थोड़े समय बाद ही सिंघां ने भोग पाता, सिंघां ने गुरमुख प्यारे
पर एक पासे ते सच्चा संत जिन्हें अरदास नभाई जो अरदासा कीता सी उते पहरा देता ते अज दुनिया नहीं सारी कौम ही नहीं गैर सिख भी कहंदे आ किते भारत छड्डो पाकिस्तान च जाके ना लै लो संत जरनैल सिंह दा अगले घुट के गल बकड़ी पाउंदे ते कहंदे रूह खुश कर दित्ती किसे मर्द दा ना लैके ਕਿਸੇ ਮਰਦ ਦਾ ਨਾਂ ਲੈ ਕੇ ਸੰਤ ਜਰਨੈਲ ਸਿੰਘ ਸਿੱਖ ਹੱਕਾਂ ਦੀ ਲੜਾਈ ਲੜੀ ਕਿਸੇ ਧਰਮ ਦੇ ਖਿਲਾਫ ਨਹੀਂ ਕਿਸੇ ਭਾਈਚਾਰੇ ਦੇ ਖਿਲਾਫ ਨਹੀਂ ਉਹਨਾਂ ਨੂੰ ਹਿੰਦੂ ਸਿੱਖ ਮੁਸਲਿਮ ਈਸਾਈ ਸਾਰੇ ਬਰਾਬਰ ਉਹ ਕਹਿੰਦੇ ਸੀ ਸਾਰਿਆਂ ਦੇ ਹੱਕ ਸਾਰਿਆਂ ਨੂੰ ਮਿਲਣ ਪਰ ਜਿਹੜਾ ਸਿੱਖਾਂ ਦਾ ਹੱਕ ਹੈ ਉਹ ਸਿੱਖਾਂ ਨੂੰ ਮਿਲੇ ਜੋ ਸਾਡਾ ਹੱਕ ਆ ਜੋ ਦੇਸ਼ ਦੀ ਆਜ਼ਾਦੀ ਦੀ ਸਾਡਾ ਯੋਗਦਾਨ ਆ ਉਸ ਹਿਸਾਬ ਨਾਲ ਸਾਡਾ ਸਨਮਾਨ ਵੀ ਹੋਵੇ ਦਰਬਾਰ ਮੰਗਾਂ ਕੀ ਸੀ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਉਦੋਂ ਰੇਡੀਓ ਸੀ ਰੇਡੀਓ ਟਰਾਂਸਮੀਟਰ ਲੱਗੇ ਸਾਰੀ ਦੁਨੀਆ ਸੁਣੇ ਮਾੜੀ ਗੱਲ ਸੀ ਦੱਸੋ ਕੀਰਤਨ ਸੁਣਨਾ ਸੰਤਾਂ ਨੇ ਇਹੀ ਆਖਿਆ ਸੀ ਕਿਆ ਟ੍ਰੇਨਾਂ ਚੱਲਦੀਆਂ ਨੇ ਕਿਸੇ ਟ੍ਰੇਨ ਦਾ ਨਾਂ ਸੱਚਖੰਡ ਐਕਸਪ੍ਰੈਸ ਰੱਖ ਦਿਓ ਹਰਿਮੰਦਰ ਸਾਹਿਬ ਦੇ ਨਾਂ ਤੇ ਰੱਖ ਦਿਓ ਸਾਨੂੰ ਸਿੱਖਾਂ ਨੂੰ ਵੀ ਪਤਾ ਲੱਗੇ ਸਾਡਾ ਵੀ ਦੇਸ਼ ਦੀ ਆਜ਼ਾਦੀ ਚ ਯੋਗਦਾਨ ਆ ਸਿੱਖਾਂ ਦੀਆਂ ਮੰਗਾਂ ਹਿੰਦੂ ਭਰਾਵਾਂ ਦਾ ਹੱਕ ਉਹਨਾਂ ਨੂੰ ਈਸਾਈਆਂ ਦਾ ਉਹਨਾਂ ਨੂੰ ਮੁਸਲਮਾਨ ਭਰਾਵਾਂ ਦਾ ਉਹਨਾਂ ਨੂੰ ਸਾਡਾ ਸਿੱਖਾਂ ਦਾ ਸਾਨੂੰ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਜੇ ਕਿਤੇ ਸੰਤ ਜਰਨੈਲ ਸਿੰਘ ਕਿਸੇ ਧਰਮ ਦੇ ਖਿਲਾਫ ਹੁੰਦੇ ਫਿਰ ਤੇ ਗੁਰੂ ਸਿਧਾਂਤ ਤੋਂ ਪਰੇ ਜਾਣ ਦੀ ਗੱਲ ਕਿਉਂਕਿ ਗੁਰੂ ਦਾ ਸਿਧਾਂਤ ਸਰਬੱਤ ਦਾ ਭਲਾ ਮੰਗਦਾ ਸਭੇ ਸਾਂਝੀ ਵਾਲ ਸਦਾਇਣ ਦਾ ਉਪਦੇਸ਼ ਆ ਅਵਲੇ ਅੱਲਾ ਨੂਰ ਪਾਇਆ ਦਾ ਉਪਦੇਸ਼ ਆ ਤੇ ਜੇ ਸੰਤ ਜਰਨੈਲ ਸਿੰਘ ਕਿਸੇ ਧਰਮ ਫਿਰਕੇ ਦੇ ਖਿਲਾਫ ਹੁੰਦੇ ਉਹਨਾਂ ਦੀਆਂ ਧੀਆਂ ਜਿਹੜੀਆਂ ਦਾਜ ਕਰਕੇ ਛੱਡੀਆਂ ਸੀ ਗੁਰਮੁਖ ਪਿਆਰੇ ਉਹਨਾਂ ਨੂੰ ਸਹੁਰੇ ਘਰੀ ਨਾ ਵਸਾਉਂਦੇ ਜਿਹੜਾ ਕੋਈ ਹਿੰਦੂ ਵੀਰ ਸੰਤਾਂ ਕੋਲੇ ਆ ਗਿਆ ਮੈਂ ਖਾਲਸੇ ਦੀ ਸ਼ਰਨ ਆ ਤੇ ਮੇਰੀ ਧੀ ਦਾਜ ਕਰਕੇ ਛੱਡੀ ਆ ਤੇ ਸੰਤ ਭੇਜਦੇ ਸੀ ਸਿੰਘ ਉਹਨਾਂ ਦੇ ਸਹੁਰੇ ਪਰਿਵਾਰ ਕੋਲੇ ਵੀ ਭਾਈ ਕਿਹੜਾ ਦਾਜ ਚਾਹੀਦਾ ਮੈਨੂੰ ਦੇ ਦਿਓ ਲਿਸਟ ਤੇ ਮੈਂ ਦਾਜ ਪਹੁੰਚਾ ਦਿਆਂਗਾ ਪਰ ਇਹ ਧੀ ਜਿਹੜੀ ਇਹ ਸੁਖੀ ਸਾਂਦੀ ਇਹ ਮੇਰੇ ਹਿੰਦੂ ਭਰਾ ਦੀ ਧੀ ਇਹ ਮੇਰੀ ਧੀ ਆ ਇਹ ਸੁਖੀ ਸਾਂਦੀ ਵਸਣੀ ਚਾਹੀਦੀ ਆ ਸੰਤ ਸੱਦ ਲੈਂਦੇ ਸੀ ਨਾਨਕ ਨਿਵਾਸ ਤੇ ਲੰਗਰ ਹਾਲ ਦੀ ਬਿਲਡਿੰਗ ਤੇ ਨਹੀਂ ਚੜੀਆਂ ਜਾਂਦੀਆਂ ਸੀ ਪੌੜੀਆਂ ਉਹਨਾਂ ਤੋਂ ਫਿਰ ਜਦੋਂ ਉੱਤੇ ਜਾ ਕੇ ਸਾਹਮਣੇ ਬਹਿੰਦੇ ਤੇ ਸੰਤ ਕਹਿੰਦੇ ਭਾਈ ਕੋਈ ਡਰ ਭੈ ਨਾ ਰੱਖਿਓ ਮੈਨੂੰ ਲਿਸਟ ਬਣਾ ਦਿਓ ਕੀ ਟੀਵੀ ਫਰਿੱਜ ਕੂਲਰ ਮੋਟਰਸਾਈਕਲ ਕੀ ਚਾਹੀਦਾ ਮੈਨੂੰ ਲਿਸਟ ਬਣਾ ਦਿਓ ਇਹ ਧੀ ਹੁਣ ਇਹਦੀ ਨੀ ਮੇਰੀ ਆ ਤੇ ਮੇਰੀ ਧੀ ਕੋਈ ਬਾਪ ਨਹੀਂ ਚਾਹੁੰਦਾ ਮੇਰੀ ਧੀ ਸਹੁਰੇ ਘਰ ਸੁਖੀ ਨਾ ਵਸੇ ਇਹ ਮੇਰੀ ਧੀ ਆ ਇਹ ਸਹੁਰੇ ਘਰ ਸੁਖੀ ਵਸਣੀ ਚਾਹੀਦੀ ਦਾਜ ਦੀ ਲਿਸਟ ਮੈਨੂੰ ਦੇ ਦਿਓ ਤੇ ਦਾਜ ਤੁਹਾਡੇ ਘਰ ਪਹੁੰਚ ਜੂਗਾ ਤੇ ਆ ਧੀ ਨੂੰ ਤੁਸੀਂ ਘਰੇ ਲੈ ਸੰਤਾਂ ਦੇ ਸਮਝਾਉਣ ਦਾ ਤਰੀਕਾ ਸੀ ਤੇ ਹੁਣ ਸੰਤ ਜਰਨੈਲ ਸਿੰਘ ਦੇ ਸਾਹਮਣੇ ਦਾਜ ਦੀ ਲਿਸਟ ਬਣਾਉਣੀ ਇਹ ਕੋਈ ਖਾਲਾ ਜੀ ਦਾ ਵਾੜਾ ਥੋੜੀ ਸੀ ਕਿਹੜਾ ਬਣਾਉਂਦਾ ਉੱਥੇ ਲਿਸਟ ਜਦ ਸੰਤ ਕਹਿੰਦੇ ਬਣਾਓ ਦਾਜ ਦੀ ਲਿਸਟ ਕਿਹੜਾ ਬਣਾਉਂਦਾ ਉੱਥੇ ਦਾਜ ਦੀ ਲਿਸਟ ਹੈ ਤੇ ਜਿਹੜੇ ਸਹੁਰੇ ਦਾਜ ਕਰਕੇ ਤੰਗ ਕਰਦੇ ਸੀ ਉਹ ਨੱਕ ਰਗੜਦੇ ਕਹਿੰਦੇ ਸੰਤ ਜੀ ਅੱਜ ਤੋਂ ਬਾਅਦ ਇਹਨੂੰ ਨੌ ਨਹੀਂ ਧੀ ਬਣਾ ਕੇ ਰੱਖਾਂਗੇ ਧੀ ਬਸ ਤੋਰ ਦਿਓ ਅੱਖਾਂ ਖੁੱਲ ਗਈਆਂ ਦਾਜ ਨਹੀਂ ਚਾਹੀਦਾ ਕਿਉਂਕਿ ਸਾਹਮਣੇ ਤਿਆਰ ਪਰ ਤਿਆਰ ਖਾਲਸਾ ਖੜਾ ਸੀ ਡਾਂਗਾਂ ਦਾ ਵੀ ਡਰ ਸੀਗਾ ਵੀ ਇੱਥੇ ਗਿੱਦੜ ਗੁੱਟ ਵੀ ਪੂਰੀ ਹੋਣੀ ਆ ਫਿਰ ਗੁਰਮਰਯਾਦਾ ਤੋਂ ਉਲਟ ਤੇ ਗੱਲ ਹੋਣੀ ਨਹੀਂ ਆ ਤੇ ਫਿਰ ਬਹੁਤੇ ਘਰ ਵਾਲੇ ਵੀ ਗੁਰਮੁਖ ਪਿਆਰੇ ਉਹ ਘਰ ਵਾਲੀਆਂ ਬਣਾ ਕੇ ਨਹੀਂ ਸੀ ਲਿਜਾਂਦੇ ਉੱਥੋਂ ਇੱਕ ਹਿੰਦੂ ਪਰਿਵਾਰ ਸੀਗਾ ਉਹਦੀ ਜਦੋਂ ਲਿਆ ਕੇ ਗੁਰਮੁਖ ਪਿਆਰੇ ਸਹੁਰੇ ਪਰਿਵਾਰ ਨੂੰ ਖੜਾਇਆ ਸੰਤ ਕਹਿੰਦੇ ਬਣਾ ਲਿਸਟ ਸਹੁਰਾ ਤੇ ਸੱਸ ਸਹੁਰਾ ਤੇ ਕਹਿੰਦੇ ਨਹੀਂ ਜੀ ਇਹ ਸਾਡੀ ਨੌਂ ਨੀ ਤੇ ਧੀ ਅਸੀਂ ਧੀ ਬਣਾ ਕੇ ਚੱਲੇ ਆ ਅੱਜ ਤੋਂ ਬਾਅਦ ਸ਼ਿਕਾਇਤ ਨਹੀਂ ਆਊ ਤੇ ਸੰਤ ਉਹਨੂੰ ਮੁੰਡੇ ਨੂੰ ਕਹਿੰਦੇ ਦੱਸ ਤੈਨੂੰ ਮੋਟਰਸਾਈਕਲ ਟੀਵੀ ਫਰਿੱਜ ਚਾਹੀਦਾ ਤੂੰ ਦੱਸ ਦੇ ਲਿਸਟ ਬਣਾ ਦੇ ਤੇ ਅੱਗੋਂ ਵੀ ਹੱਥ ਜੋੜ ਕੇ ਉਹਦੇ ਮੂੰਹ ਐ ਹੀ ਨਿਕਲਿਆ ਫਿਰ ਸੰਤਾਂ ਖਾਲਸਾ ਸਾਹਮਣੇ ਖੜਾ ਦਿਨੇ ਤਾਰੇ ਦੇਖਦੇ ਸੀ ਕਹਿੰਦਾ ਨਹੀਂ ਸੰਤ ਜੀ ਤੋਰ ਦੋ ਘਰ ਵਾਲੀ ਨੀ ਭੈਣ ਬਣਾ ਕੇ ਰੱਖੂਗਾ ਕਹਿੰਦਾ ਤੋਰ ਦਿਓ ਬਸ ਦੱਸੀ ਗੱਜ ਕੇ ਆਖੋ ਸਤਨਾ ਕਹਿੰਦਾ ਘਰ ਵਾਲੀ ਨੀ ਭੈਣ ਬਣਾ ਕੇ ਰੱਖੂਗਾ ਤੁਸੀਂ ਤੋਰ ਦਿਓ ਉੱਥੇ ਕਹਿੰਦੇ ਲਿਸਟ ਬਣਾਉਣੀ ਸੌਖੀ ਸੀ ਸੰਤ ਜਰਨੈਲ ਸਿੰਘ ਦੇ ਸਾਹਮਣੇ ਤੇ ਜੇ ਉਹ ਕਿਸੇ ਫਿਰਕੇ ਦੇ ਧਰਮ ਦੇ ਖਿਲਾਫ ਹੁੰਦੇ ਤੇ ਹਿੰਦੂਆਂ ਦੀਆਂ ਧੀਆਂ ਕਿਉਂ ਤੋਰਦੇ ਉਹਨਾਂ ਦਾ ਇਤਿਹਾਸ ਆ ਜਰਨਲ ਬਰਾੜ ਵਰਗਿਆਂ ਦੀਆਂ ਲਿਖਤਾਂ ਪੜ੍ਹੋ ਜਿਹੜੇ ਭਾਰਤ ਫੌਜ ਦੇ ਜਰਨਲ ਅਗਵਾਈ ਕਰਕੇ ਕਾਲ ਤਖ਼ਤ ਢਾਉਣ ਆਏ ਸੀ ਉਹਨਾਂ ਨੂੰ ਵੀ ਲਿਖਣਾ ਪੈ ਗਿਆ ਵੀ ਸੰਤ ਜਰਨੈਲ ਸਿੰਘ ਏਡਾ ਚੜ੍ਹਦੀ ਕਲਾ ਵਾਲਾ ਸੰਤ ਸਿਪਾਹੀ ਸੀ ਉਹਨਾਂ ਨੇ ਲਿਖਿਆ ਸੰਤ ਜਰਨੈਲ ਸਿੰਘ ਬਾਰੇ ਤੇ ਕਿੰਨੀਆਂ ਧੀਆਂ ਨੂੰ ਵਸਾਇਆ ਸੰਤ ਜਰਨੈਲ ਸਿੰਘ ਨੇ ਗੁਰਮੁਖ ਪਿਆਰੇ ਉਹਨਾਂ ਦੇ ਸਹੁਰੀ ਘਰੀ
ਉਹ ਕਿਸੇ ਫਿਰਕੇ ਦੇ ਖਿਲਾਫ ਨਹੀਂ, ਉਹ ਤੇ ਆਪਣੇ ਹੱਕਾਂ ਦੀ ਲੜਾਈ ਤੇ। ਦੇਖੋ ਅੱਜ ਉਹ ਸੰਤ ਨੂੰ ਦੁਨੀਆਂ ਦੇ ਵਿੱਚ ਯਾਦ ਕੀਤਾ ਜਾਂਦਾ ਭਿੰਡਰਾਂ ਵਾਲਾ ਸੰਤ ਸਿਪਾਹੀ ਜਿਨ੍ਹੇ ਸੁੱਤੀ ਕੌਮ ਜਗਾਈ, ਤੇ ਦੂਜੇ ਪਾਸੇ ਜਿਨ੍ਹਾਂ ਅਰਦਾਸ ਦੀ ਕਦਰ ਨਹੀਂ ਪਾਈ ਉਹਨਾਂ ਨੂੰ ਗੁਰਮੁਖ ਪਿਆਰਿਓ ਤੁਹਾਡੇ ਸਾਹਮਣੇ ਹੀ ਆ ਹੁਣ। ਆ ਸਾਡੇ ਢਾਡੀ ਵੀਰਾਂ ਨੇ ਕਵੀਸਰੀਆਂ ਨੇ ਕਵਿਤਾਵਾਂ ਬਣਾਈਆਂ ਸੀ। ਲੌਂਗੋਵਾਲ ਦਾ ਪਿੰਡ ਗਿਦੜਾਣੀ ਸੀ ਤੇ ਸ਼ੇਰਪੁਰੀ ਚ ਸੋਧਾ ਲਾਇਆ ਸੀ ਸਿੰਘਾਂ ਨੇ, ਬਾਹਾਂ ਖੜੀਆਂ ਕਰਕੇ ਅਕਾਲ ਤਖ਼ਤ ਤੋਂ ਬਾਹਰ ਆ ਗਿਆ ਹਰਿਮੰਦਰ ਸਾਹਿਬ ਤੋਂ। ਬਖਤਰਬੰਦ ਗੱਡੀ ਚ ਬਹਿ ਕੇ ਸਰਕਾਰ ਨਾਲ ਸਮਝੌਤਾ ਸੀ, ਰੈਸਟ ਹਾਊਸ ਚ ਜਾ ਬੈਠਾ, ਪਰ ਕਿੰਨਾ ਕੁ ਚਿਰ ਜਿਉਂਦਾ ਰਿਹਾ? 84 ਤੋਂ ਬਾਅਦ ਸਿੰਘਾਂ ਨੇ ਲਾ ਤਾ ਸੋਧਾ ਸ਼ੇਰਪੁਰੀ ਦੇ ਵਿੱਚ, ਸਿੰਘਾਂ ਨੇ ਸੋਧਿਆ। ਜੇ ਕਦੇ ਅਕਾਲ ਤਖ਼ਤ ਤੇ ਸ਼ਹੀਦ ਹੋਇਆ ਹੁੰਦਾ ਤੇ ਕੌਮ ਚ ਨਾ ਹੋਣਾ ਸੀ, ਪਰ ਉਹਨਾਂ ਜਪ ਤਪ ਕੁਰਬਾਨੀ ਨਹੀਂ ਸੀ, ਅਰਦਾਸ ਦੀ ਕਦਰ ਨਹੀਂ ਗੁਰਮੁਖ ਪਿਆਰਿਓ, ਤੇ ਫਿਰ ਕਵਿਤਾਵਾਂ ਕੀ ਬਣੀਆਂ? ਕਹਿੰਦੇ ਗਿਦੜਾਣੀ ਦਾ ਗਿੱਦੜ ਮਾਰਿਆ ਸ਼ੇਰਪੁਰੀ ਵਿੱਚ ਸ਼ੇਰਾਂ ਨੇ, ਗਿਦੜਾਣੀ ਦਾ ਗਿੱਦੜ ਮਾਰਿਆ ਸ਼ੇਰਪੁਰੀ ਵਿੱਚ ਸ਼ੇਰਾਂ ਨੇ, ਤੇ ਕਵਿਤਾਵਾਂ ਕੀ ਬਣੀਆਂ? ਲੌਂਗੋਵਾਲ ਨੇ ਸਮਝੌਤਾ ਕੀਤਾ ਸੀ ਰਾਜੀਵ ਗਾਂਧੀ ਨਾਲ ਜਾ ਕੇ ਦਿੱਲੀ ਚ, ਚਾਹ ਦਾ ਪਿਆਲਾ ਦੋ ਰਸਗੁੱਲੇ ਤੇ ਸਾਰਾ ਪੰਥ ਗੁਰਮੁਖ ਪਿਆਰੇ ਸਮਝੌਤੇ ਚ ਵੇਚਦਾ, ਸਾਰੇ ਮੁੱਦੇ ਮਤੇ ਵੇਚਦੇ, ਤੇ ਫਿਰ ਸਿੰਘਾਂ ਨੇ ਕਵਿਤਾਵਾਂ ਕੀ ਬਣਾਈਆਂ? ਕਹਿੰਦੇ ਕਹਿਣ ਸੁਣ ਨੂੰ ਸੰਤ ਸੁਣੀ ਦਾ ਦਾਗ ਸਿੱਖੀ ਨੂੰ ਲਾ ਗਿਆ, ਮਸਲਾ ਆਨੰਦਪੁਰ ਦਾ ਰਸਗੁੱਲਿਆਂ ਨਾਲ ਖਾ ਗਿਆ। ਗੱਜ ਕੇ ਆਖੋ ਸਤਨਾ, ਇੱਕ ਚਾਹ ਦਾ ਪਿਆਲਾ ਦੋ ਰਸਗੁੱਲੇ ਰਾਜੀਵ ਨਾਲ ਬਸ, ਤੇ ਉਹਦੇ ਚ ਸਾਰਾ ਕੁਝ ਆ। ਸਾਡੀਆਂ ਪ੍ਰਧਾਨਗੀਆਂ ਮਿਨਿਸਟਰੀਆਂ ਚੇਅਰਮੈਨੀਆਂ ਸਲਾਮਤ ਰਹਿਣ ਪੰਥ ਤੋਂ ਕੀ ਆ, ਪਰ ਦੂਜੇ ਪਾਸੇ ਪੰਥ ਗੁਰਮੁਖ ਪਿਆਰਿਓ ਸੰਤ ਜਰਨੈਲ ਸਿੰਘ ਆਓ ਸ਼ਹੀਦਾਂ ਨੂੰ ਯਾਦ ਕਰਦੇ, ਉਹਨਾਂ ਦੀ ਧਾਰਨਾ ਵੀ ਯਾਦ ਆਈ, ਪੜ੍ਹ ਲਈਏ ਸਾਰੇ। ਅੱਜ ਕੌਮ ਆਵਾਜ਼ਾਂ ਮਾਰਦੀ ਹੈ, ਕੀ ਕਹਿੰਦੀ ਹੈ? ਪੜ੍ਹਿਓ ਪਿਆਰ ਵਿੱਚ ਸਾਰੇ। ਸਿੱਖ ਪੰਥ ਨੂੰ ਲੋੜ ਅੱਜ ਤੇਰੀ, ਆ ਜਾ ਬਾਬਾ ਤੀਰ ਵਾਲਿਆ, ਪੰਥ ਨੂੰ ਲੋੜ ਅੱਜ ਤੇਰੀ, ਆ ਜਾ ਬਾਬਾ ਤੀਰ ਵਾਲਿਆ, ਪੰਥ ਨੂੰ ਲੋੜ ਅੱਜ ਤੇਰੀ, ਆ ਜਾ ਬਾਬਾ ਤੀਰ ਵਾਲਿਆ, ਤੀਰ ਵਾਲਿਆ, ਪੰਥ ਨੂੰ ਲੋੜ ਅੱਜ ਤੇਰੀ, ਅੱਜ ਤੇਰੀ ਆਜਾ ਬਾਬਾ ਤੀਰ ਵਾਲਿਆ, ਪੰਥ ਨੂੰ ਲੋੜ ਅੱਜ ਤੇਰੀ, ਲੋੜ ਅੱਜ ਤੇਰੀ, ਆਜਾ ਬਾਬਾ ਤੀਰ ਵਾਲਿਆ, ਸਿੱਖ ਪੰਥ ਨੂੰ ਲੋੜ ਅੱਜ ਤੇਰੀ, ਆਜਾ ਬਾਬਾ ਭਿੰਡਰਾਂ ਵਾਲਿਆ, ਪੰਥ ਨੂੰ ਲੋੜ ਅੱਜ ਤੇਰੀ, ਆਜਾ ਬਾਬਾ ਤੀਰ ਵਾਲਿਆ, ਪਿਆਰੇ ਆਜਾ ਬਾਬਾ ਤੀਰ ਵਾਲਿਆ, ਆਜਾ ਬਾਬਾ ਤੀਰ ਵਾਲਿਆ, ਮੇਰੇ ਪਿਆਰੇ ਆਜਾ ਬਾਬਾ ਤੀਰ ਵਾਲਿਆ, ਆਜਾ ਬਾਬਾ ਤੀਰ ਵਾਲਿਆ, ਮੇਰੇ ਪਿਆਰੇ ਆਜਾ ਬਾਬਾ ਤੀਰ ਵਾਲਿਆ, ਤੀਰ ਵਾਲਿਆ, ਆਜਾ ਬਾਬਾ ਜੀ ਭਿੰਡਰਾਂ ਵਾਲਿਆ, ਆਜਾ ਬਾਬਾ ਜੀ ਤੀਰ ਵਾਲਿਆ, ਆਜਾ ਬਾਬਾ ਜੀ ਭਿੰਡਰਾਂ
ਚਾਦਰਾ ਮਾਰਿਆ ਪੰਥ ਨੂੰ ਮੋੜ ਅੱਜ ਤੇਰੀ ਹੋ ਰਾਜਾ ਬਾਬਾ ਵੀਰ ਵਾਲਿਆ ਪੰਥ ਨੂੰ ਮੋੜ ਅੱਜ ਤੇਰੀ ਹੋ ਰਾਜਾ ਬਾਬਾ ਵੀਰ ਵਾਲਿਆ ਪੰਥ ਨੂੰ ਮੋੜ ਅੱਜ ਤੇਰੀ ਰਾਜਾ ਬਾਬਾ ਵੀਰ ਵਾਲਿਆ ਅੱਜ ਕੌਮ ਦਾ ਬੱਚਾ ਬੱਚਾ ਵਾਜਾ ਮਾਰਦਾ ਹੱਥ ਤੀਰ ਫੜ ਕੇ ਜਦੋਂ ਤੂੰ ਗਰਜ ਮਾਰੇ ਪੂਰਾ ਮੇਰਾ ਹਰ ਇੱਕ ਖਵਾਬ ਹੋ ਜੇ ਸਾਰੇ ਸੰਗਲ ਗੁਲਾਮੀ ਦੇ ਟੁੱਟ ਜਾਵਣ ਤੇ ਪੰਥ ਖਾਲਸਾ ਫੇਰ ਆਜ਼ਾਦ ਹੋ ਜੇ ਆਜ਼ਾਦ ਆਜ਼ਾਦੀ ਆਜ਼ਾਦ ਸਿੱਖ ਰਾਜ ਦੀ ਗੱਲ ਉਹ ਸੰਤ ਸਿਪਾਹੀ ਨੂੰ ਵਾਜਾ ਮਾਰਦਿਓ ਬਾਣੀ ਬਾਣੀ ਦਾ ਧਾਰਨੀ ਨਿਤ ਨੇਮੀ ਸੇਵਾ ਸਿਮਰਨ ਦਾ ਪੁੰਜ ਕਿਸੇ ਧਰਮ ਦੇ ਫਿਰਕੇ ਦੇ ਖਿਲਾਫ ਨਹੀਂ ਅੱਜ ਕੌਮ ਨੂੰ ਸੰਤ ਜਰਨੈਲ ਸਿੰਘ ਹਰੀ ਸਿੰਘ ਨਲੂਆ ਕਾਲੀ ਫੂਲਾ ਸਿੰਘ ਸ਼ਾਮ ਸਿੰਘ ਅਟਾਰੀ ਵਰਗੇ ਜਰਨੈਲਾਂ ਦੀ ਲੋੜ ਆ ਅੱਜ ਤੇਜਾ ਸੋ ਧਿਆਨ ਸੋ ਡੋਗਰੇ ਵਰਗੇ ਕਿਰਦਾਰਾਂ ਦੀ ਲੋੜ ਨਹੀਂ ਗਦਾਰਾਂ ਦੀ ਲੋੜ ਨਹੀਂ ਅੱਜ ਗੁਰਮੁਖ ਪਿਆਰਿਓ ਪੰਥ ਨੂੰ ਐਸੇ ਯੋਧਿਆਂ ਦੀ ਜਿਹੜੇ ਹਾਲਾਤਾਂ ਚੋਂ ਅੱਜ ਸਿੱਖ ਕੌਮ ਲੰਘ ਰਹੀ ਆ ਜਿਸ ਮੰਝ ਧਾਰ ਚ ਬੇੜੀ ਅੱਜ ਪੰਥ ਦੀ ਡਿਕੋ ਡੋਲੇ ਖਾਰੀ ਚਾਰ ਸਫੇਰੇ ਦੁਸ਼ਮਣ ਹਮਲੇ ਤੇ ਹਮਲਾ ਕਦੇ ਜਿਸਮਾਨੀ ਹਮਲੇ ਤੇ ਕਦੇ ਬੌਧਿਕ ਹਮਲੇ ਕਦੇ ਸਾਡੀ ਬਾਣੀ ਤੇ ਹਮਲਾ ਕਦੇ ਇਤਿਹਾਸ ਤੇ ਹਮਲਾ ਤੇ ਕਦੇ ਗੁਰਦੁਆਰਿਆਂ ਤੇ ਤਖਤਾਂ ਤੇ ਹਮਲੇ ਤੋਪਾਂ ਤੇ ਟੈਂਕਾਂ ਨਾਲ ਤੇ ਕਦੇ ਸਾਡੇ ਭਰਾਵਾਂ ਤੇ ਅੱਤਵਾਦੀ ਵੱਖਵਾਦੀ ਖਾਲਿਸਤਾਨੀ ਕਿੰਨਾ ਕੁਝ ਕਹਿ ਕੇ ਜੇਲ੍ਹਾਂ ਚ ਡੱਕਿਆ ਸ਼ਹੀਦ ਕੀਤਾ ਅੱਜ ਇਹਨਾਂ ਹਾਲਾਤਾਂ ਵਿੱਚ ਪੰਥ ਨੂੰ ਸੱਚੇ ਸੁੱਚੇ ਸੇਵਾਦਾਰਾਂ ਦੀ ਲੋੜ ਜਿਹੜੇ ਅਰਦਾਸ ਦੀ ਕਦਰ ਜਾਣਦੇ ਹੋਣ ਠਾਠਾ ਬਾਗਾ ਤੇ ਬਹੁਤ ਆ ਦਿਖਾਵਾ ਤੇ ਬਹੁਤ ਆ ਗੱਲਾਂ ਤੇ ਬਹੁਤ ਆ ਅਰਦਾਸਾਂ ਤੇ ਹੁਣ ਵੀ ਹੋਈਆਂ ਸਨ ਬਰਗਾੜੀ ਵਿੱਚ ਬੇਅਦਬੀ ਹੋਈ ਬੁਰਜ ਜਵਾਹਰ ਸਿੰਘ ਵਾਲੇ ਤੋਂ ਸਰੂਪ ਚੋਰੀ ਹੋਇਆ ਬਰਗਾੜੀ ਬੇਅਦਬੀ ਹੋਈ ਕੋਟ ਕਪੂਰੇ ਧਰਨਾ ਲੱਗਿਆ ਅਰਦਾਸਾਂ ਕੀਤੀਆਂ ਪਰ ਚਾਰ ਡਾਂਗਾਂ ਪਈਆਂ ਗੁਰਮੁਖ ਪਿਆਰੇ ਅਰਦਾਸਾਂ ਕਰਨ ਵਾਲੇ ਮੁੜ ਕੇ ਧਿਆਈ ਨੀ ਗਏ ਕਿੱਥੇ ਦੱਸੋ ਮੈਨੂੰ ਮੁੜ ਬਰਗਾੜੀ ਦਾ ਮੂੰਹ ਨੀ ਦੇਖਿਆ ਉਹਨਾਂ ਨੇ ਕੀ ਬੇਅਦਬੀ ਦਾ ਇਨਸਾਫ ਮਿਲ ਗਿਆ ਕਿੱਥੇ ਗਈਆਂ ਅਰਦਾਸਾਂ ਕੀ ਦੋਸ਼ੀ ਫੜੇ ਗਏ ਜਿਨ੍ਹਾਂ ਸਿੰਘਾਂ ਦੇ ਗੋਲੀਆਂ ਮਾਰੀਆਂ ਉਹ ਸਰਕਾਰ ਦੇ ਬੰਦੇ ਫੜੇ ਗਏ ਕਮਿਸ਼ਨ ਤੇ ਕਮਿਸ਼ਨ ਬੈਠੇ ਆ ਕਮਿਸ਼ਨ ਤੇ ਕਮਿਸ਼ਨ ਇਨਸਾਫ ਆਇਆ ਦੋ ਪਹਿਲਾਂ ਬਣੇ ਇੱਕ ਹੁਣ ਬਣਿਆ ਰਿਪੋਰਟਾਂ ਅਜੇ ਤੱਕ ਜਨਤਕ ਨਹੀਂ ਆ ਗੁਰਮੁਖ ਪਿਆਰਿਓ ਬਰਗਾੜੀ ਦਾ ਇਨਸਾਫ ਅੱਜ ਤੱਕ ਨਹੀਂ ਮੈਂ ਤੇ ਪਿਛਲੇ ਦਿਨੀ ਲਾਈਵ ਗੁਰਮੁਖ ਪਿਆਰਿਓ ਬੇਨਤੀ ਕੀਤੀ ਸੀ ਸੰਗਤਾਂ ਨੂੰ ਕਿ ਜਾਗਰੂਕ ਹੋਣਾ ਉਪਰਾਲੇ ਕਰਨੇ ਪੈਣੇ ਹੰਬਲਾ ਮਾਰਨਾ ਪੈਣਾ ਜਿੱਧਰੋਂ ਆਸਾਂ ਸੀ ਉਧਰੋਂ ਆਸਾਂ ਅੱਜ ਬੂਰ ਪੈਂਦਾ ਦਿਸਦਾ ਨੀ ਅਰਦਾਸਾਂ ਤੋਂ ਭੱਜ ਗਏ ਜਿਨ੍ਹਾਂ ਵਾਅਦੇ ਕੀਤੇ ਸੀ ਵੋਟਾਂ ਤੋਂ ਪਹਿਲਾਂ ਵੋਟਾਂ ਲੈਣ ਲਈ ਉਹ ਵੀ ਭੱਜਦੇ ਨਜ਼ਰ ਆ ਰਹੇ ਆ ਰਿਪੋਰਟਾਂ ਚ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਸਰਕਾਰਾਂ ਦੱਬ ਰਹੀਆਂ ਜਨਤਕ ਨੀ ਕਰ ਰਹੇ ਰਿਪੋਰਟਾਂ ਗੁਟਕਾ ਸਾਹਿਬ ਦੀਆਂ ਸਹੁਆਂ ਵੀ ਹੋਈਆਂ ਇੱਥੇ ਪਰ ਇਨਸਾਫ ਕਿੱਥੇ ਗੁਰਮੁਖ ਪਿਆਰਿਓ ਬੇਅਦਬੀ ਦੇ ਦੋਸ਼ੀ ਸਿੰਘਾਂ ਨੂੰ ਸ਼ਹੀਦ ਕਰਨ ਦੇ ਦੋਸ਼ੀ ਉਹ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਲੀਆਂ ਚ ਖਿਲਾਰੇ ਗਏ ਹੁਣ ਰੂੜੀਆਂ ਤੇ ਇਨਸਾਫ ਨਾ ਦੇਣ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਰਾਜ ਭਾਗ ਲੈਣ ਵਾਲੇ ਗੁਰਮੁਖ ਪਿਆਰ ਕੀ ਕੁਰਸੀਆਂ ਹੀ ਚਾਹੀਦੀਆਂ ਵਜ਼ੀਰੀਆਂ ਹੀ ਚਾਹੀਦੀਆਂ ਮੰਤਰੀਆਂ ਦੇ ਅਹੁਦੇ ਹੀ ਚਾਹੀਦੇ ਸੀਗੇ ਇਨਸਾਫ ਕਿਉਂ ਨਹੀਂ ਅੱਜ ਉਹਨਾਂ ਲੋਕਾਂ ਦੇ ਨਾਲ ਹੀ ਯਾਰੀਆਂ ਪਾਲ ਰਹੇ ਗੁਰਮੁਖ ਪਿਆਰੇ ਪਰ ਮੈਂ ਕਹਿ ਦਿਆਂ ਮੈਂ ਪਿਛਲੇ ਦਿਨੇ ਵੀ ਕਿਹਾ ਸੀ ਕੋਈ ਗੱਲ ਚੱਲਣੀ ਜਾਂ ਪੰਜਾਬ ਦੀ ਸਰਕਾਰ ਪੰਜਾਬ ਦਾ ਰਾਜ ਤੇ ਜਾਂ ਦੋਸ਼ੀਆਂ ਦੀਆਂ ਦੋਸਤੀਆਂ ਦੋ ਗੱਲਾਂ ਇਕੱਠੀਆਂ ਨਹੀਂ ਚੱਲਣੀਆਂ ਅੱਜ ਦੇ ਮੁੱਖ ਮੰਤਰੀ ਮੰਤਰੀਆਂ ਨੂੰ ਵੇਖ ਲੈਣਾ ਚਾਹੀਦਾ ਸਰਕਾਰ ਨੂੰ ਜਾਂ ਤੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨਾਲ ਯਾਰੀਆਂ ਬਣਾ ਲਓ ਅੱਜ ਇਹਨਾਂ ਸੌਦਾ ਸਾਧਨਾ ਬਣਾਈਆਂ ਸੀ ਉਹਨਾਂ ਦਾ ਅਸਰ ਤਾਂ ਤੁਸੀਂ ਦੇਖ ਲਿਆ ਤੇ ਜੇ ਤੁਸੀਂ ਵੀ ਏਦਾਂ ਕਰੋਗੇ ਅਸਰ ਤੁਹਾਡਾ ਵੀ ਇਹੀ ਹੋਣਾ ਪਰ ਇਹਦੇ ਚੋਂ ਕੱਢਣਾ ਆਪਾਂ ਕੀ ਗੁਰਮੁਖ ਪਿਆਰਿਓ ਪੁੱਤਰ ਕਾਟੋ ਮੈਂ ਚੜ੍ਹਾਂ ਵਾਲੀ ਲੜਾਈ ਹੈ ਪੰਜ ਸਾਲ ਉਹ ਪੰਜ ਸਾਲ ਉਹ ਕੋਈ ਦਸ ਸਾਲ ਬਾਅਦ ਚ ਕੋਈ ਆਪਣਾ ਗੁਰਮੁਖ ਪਿਆਰਿਓ ਪੰਥ ਤੇ ਪੰਜਾਬ ਦੇ ਭਲੇ ਦਾ ਵੀ ਕੋਈ ਫਰੰਟ ਕਾਇਮ ਹੋਵੇ ਕੋਈ ਪੰਥ ਤੇ ਪੰਜਾਬ ਦਾ ਭਲਾ ਕਰਨ ਵਾਲੇ ਜਿਹੜੇ ਕੋਈ ਉਹਨਾਂ ਦਾ ਸਾਥ ਕੋਈ ਇਹੋ ਜਿਹੇ ਲੋਕ ਇਕੱਠੇ ਹੋ ਹੰਬਲਾ ਮਾਰ ਜਿਹੜੇ ਗੱਲ ਕਰਦੇ ਉਹਨਾਂ ਦੇ ਤੇ ਬਖਸ਼ੇ ਸੰਦੂਖੜੀਆਂ ਖਾਲੀ ਨਿਕਲਦੀਆਂ ਗੁਰਮੁਖ ਪਿਆਰਿਓ ਕੋਈ ਵੋਟ ਹੀ ਨਹੀਂ ਪਾਉਂਦਾ
ਦੁਖਾਂਤ ਹੈ ਸਾਡਾ, ਧਿਆਨ ਹੀ ਨਹੀਂ ਉਸ ਪਾਸੇ ਸਾਡਾ। ਅਸੀਂ ਵੀ ਕੋਈ ਲੱਭਦੇ ਨਹੀਂ ਕੋਈ ਰਾਹ, ਕੋਈ ਪੰਥ ਦੇ ਪੰਜਾਬ ਦੇ ਭਲੇ ਦਾ ਕੋਈ ਰਾਹ ਹੋਵੇ, ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਨਾ ਰਾਮਾਇਣ ਦੀ, ਨਾ ਪਵਿੱਤਰ ਕੁਰਾਨ ਦੀ, ਨਾ ਬਾਈਬਲ ਦੀ। ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਇੱਥੇ ਸਾਡਾ ਕੋਈ ਬੱਚਾ ਨਸ਼ੇ ਚ ਗਲਤਾਨ ਨਾ ਹੋਵੇ, ਇੱਥੇ ਕਿਸੇ ਧਰਮ ਗ੍ਰੰਥ ਦੀ ਬੇਅਦਬੀ, ਇੱਥੇ ਸਾਡਾ ਕੋਈ ਕਿਸਾਨ ਭਰਾ ਕਰਜ਼ੇ ਹੇਠ ਦੱਬ ਕੇ ਖੁਦਕਸ਼ੀ ਨਾ ਕਰੇ। ਇਹੋ ਜਿਹਾ ਸਮਾਜ ਸਿਰਜਣ ਲਈ ਸਾਨੂੰ ਖੁਦ ਹੰਭਲਾ ਮਾਰਨਾ ਪੈਂਦਾ, ਖੁਦ ਹੰਭਲਾ। ਨਹੀਂ ਤੇ ਜਿਨ੍ਹਾਂ ਨੇ ਕਿਹਾ ਸੀ ਅਸੀਂ ਆੜਤੀਆਂ ਦੇ ਕਰਜ਼ੇ ਵੀ ਲਾ ਦੇਵਾਂਗੇ, ਕੋਆਪਰੇਟਿਵ ਬੈਂਕਾਂ ਦੇ ਵੀ ਲਾ ਦੇਵਾਂਗੇ, ਸਰਕਾਰੀ ਬੈਂਕਾਂ ਦੇ ਵੀ ਲਾ ਦੇਵਾਂਗੇ, ਬਸ ਸਾਨੂੰ ਲਿਆਓ। ਲੈ ਦੇ ਤੁਸੀਂ ਆਏ, ਹੁਣ ਹੱਥ ਖੜੇ ਕਰਕੇ ਕਹਿੰਦੇ ਖਜ਼ਾਨਾ ਖਾਲੀ ਆ, ਵਿੱਤੀ ਐਮਰਜੈਂਸੀ ਲੱਗਣ ਵਾਲੀ ਹੋਈ ਪਈ ਆ, ਗੁਰਮੁਖ ਪਿਆਰੇ ਖਜ਼ਾਨਾ ਹੀ ਐ ਨੀ ਕਹਿੰਦੇ। ਕਿਹਾ ਕਿੱਥੇ ਖਜ਼ਾਨਾ ਬਈ, ਕਿੰਨਾ ਲੋਕਾਂ ਲੁੱਟਿਆ, ਕਢਾਓ ਨਾ ਤਾਂ। ਜਿਹੜੇ ਰੇਤਾ ਬਜਰੀ ਵੇਚ ਕੇ ਖਾ ਗਏ, ਕਢਾਓ ਨਾ ਤਾਂ। ਜਿਨ੍ਹਾਂ ਕੇਬਲ ਮਾਫੀਆ, ਡਰੱਗ ਮਾਫੀਆ, ਰੇਤਾ ਬਜਰੀ ਮਾਫੀਆ, ਕਢਾਓ ਨਾ ਤਾਂ। ਤੇ ਆ ਜਿਹੜੀ ਵਿੱਤੀ ਐਮਰਜੈਂਸੀ ਆ, ਇਹਨੂੰ ਸਾਹਮਣੇ ਗੁਰਮੁਖ ਪਿਆਰ ਦੂਰ ਕੀਤਾ ਜਾਵੇ, ਹੰਬੜਾ ਮਾਰਨਾ ਪੈਣਾ। ਗੁਰਮੁਖ ਪਿਆਰਿਓ ਆਓ, ਮੈਂ ਬੇਨਤੀ ਕਰ ਰਿਹਾ ਸੀ ਸੱਚੇ ਸੰਤਾਂ ਦੀ, ਅਰਦਾਸ ਕਰ, ਅਰਦਾਸ ਕਰਕੇ ਗਏ ਨਨਕਾਣਾ ਸਾਹਿਬ, ਅਰਦਾਸ ਦੀਆਂ ਕਦਰਾਂ ਕਰਨ ਵਾਲੇ ਗੁਰਸਿੱਖ, ਅੱਜ ਉਹਨਾਂ ਦੀ ਲੋੜ ਜਿਨ੍ਹਾਂ ਨੇ ਅਰਦਾਸਾਂ ਕਰਕੇ ਨਿਭਾਈਆਂ। ਅੱਜ ਕੌਮ ਨੇ ਮਾਣ ਦਿੱਤਾ ਸੰਤ ਜਰਨੈਲ ਸਿੰਘ ਖਾਲਸਾ, 20ਵੀਂ ਸਦੀ ਦਾ ਮਹਾਨ ਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਿਤਾਬ ਆ। 20ਵੀਂ ਸਦੀ ਦਾ ਪੂਰੇ 100 ਸਾਲ ਚ ਜੇ ਸਭ ਤੋਂ ਮਹਾਨ ਸਿੱਖ ਕੋਈ ਹੋਇਆ ਤੇ ਉਹ ਕੌਣ ਹੈ? ਉਹ ਸੰਤ ਜਰਨੈਲ ਸਿੰਘ। ਬੜੇ ਸਿੱਖ ਹੋਏ, ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ, ਸਤਿਕਾਰ ਹੈ ਉਹਨਾਂ ਦਾ। ਪਰ ਸਭ ਤੋਂ ਮਹਾਨ ਸਿੱਖ ਜੇ ਇੱਕ ਕੱਢਿਆ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਹ ਨਾਂ ਆਇਆ ਸੰਤ ਜਰਨੈਲ ਸਿੰਘ। ਅੱਜ ਦਰਬਾਰ ਸਾਹਿਬ ਕੰਪਲੈਕਸ ਦੀ ਯਾਦਗਾਰ ਬਣੀ ਆ। ਆ ਜਿਹੜੇ ਅੱਤਵਾਦੀ ਵੱਖਵਾਦੀ ਕਹਿੰਦੇ, ਕਿਤੇ ਦਰਬਾਰ ਸਾਹਿਬ ਕੰਪਲੈਕਸ ਚ ਕਿਸੇ ਅੱਤਵਾਦੀ ਵੱਖਵਾਦੀ ਦੀ ਜਗ੍ਹਾ ਬਣ ਸਕਦੀ ਆ? ਜਿੱਥੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ ਦਾ ਆਵਾਜ਼ਾਂ 24 ਘੰਟੇ ਆਉਂਦਾ, ਉੱਥੇ ਤੇ ਕੁਰਬਾਨ ਹੋਣ ਵਾਲਿਆਂ ਦੀ, ਬਾਬਾ ਦੀਪ ਸਿੰਘ ਦੀ ਆ, ਜਥੇਦਾਰ ਗੁਰਬਖਸ਼ ਸਿੰਘ ਦੀ ਆ, ਜਾਂ ਸੰਤ ਜਰਨੈਲ ਸਿੰਘ, ਜਰਨਲ ਸੁਵੇਗ ਸਿੰਘ, ਭਾਈ ਮਰੀਕ ਸਿੰਘ, ਬਾਬਾ 18 ਸਿੰਘ ਤੇ ਬਾਕੀ ਸਿੰਘਾਂ ਸ਼ਹੀਦਾਂ ਦੀ ਯਾਦਗਾਰ ਆ ਉੱਥੇ ਦਰਬਾਰ ਸਾਹਿਬ ਕੰਪਲੈਕਸ ਚ। ਗੁਰੂਆਂ ਤੋਂ ਬਾਅਦ ਸ਼ਹੀਦਾਂ ਦਾ ਸਤਿਕਾਰ ਤੇ ਉਹਨਾਂ ਯੋਧਿਆਂ ਦੀਆਂ ਉੱਥੇ ਜਗ੍ਹਾ ਬਣੀਆਂ ਨੇ। ਅੱਤਵਾਦ ਨੂੰ ਸਿੱਖ ਪੰਥ ਚ ਕੋਈ ਥਾਂ ਨਹੀਂ ਆ, ਗੁਰਮੁਖ ਪਿਆਰ ਵੱਖਵਾਦ ਨੂੰ ਕੋਈ ਥਾਂ ਨਹੀਂ ਹੈ। ਪਰ ਇਹ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਵਿਰੋਧੀ ਇਹੋ ਜਿਹੀਆਂ ਅੱਤਵਾਦ ਵੱਖਵਾਦ ਦੀਆਂ ਗੱਲਾਂ ਕਰਦੇ ਆ। ਸਾਡੇ ਗੁਰੂ ਨੇ ਤੇ ਸਿਖਾਈ ਸਾਂਝੀ ਵਾਲਤਾ, ਸਾਡੇ ਗੁਰੂ ਦਾ ਪਲੰਘਾ ਤੇ ਨਬੀ ਖਾਂ ਗਣੀ ਖਾਂ ਚੁੱਕ ਕੇ ਤੁਰਦੇ ਆ। ਸਾਡੇ ਤੇ ਗੁਰੂ ਦਾ ਕੇਂਦਰੀ ਸਥਾਨ ਬਣਿਆ ਤੇ ਸਾਈ ਮੀਆਂ ਮੀਰ ਨੀਂਹ ਪੱਥਰ ਰੱਖਦਾ, ਇੱਥੇ ਤੇ ਵੱਖਵਾਦ ਦੀ ਗੱਲ ਹੀ ਕੋਈ ਨਹੀਂ ਹੈ। ਇੱਥੇ ਤੇ ਸਾਰਿਆਂ ਦੀ ਸਾਂਝੀ ਵਾਲਤਾ ਦੀ ਗੱਲ ਸਾਨੂੰ ਸਮਝਣ ਦੀ ਲੋੜ ਆ। ਅੱਜ ਨੇ ਤੁਸੀਂ ਮਾਈ ਭਾਈ ਭੈਣ ਭਰਾ ਬੈਠੇ ਹੋ ਨਾ, ਗੁਰਬਾਣੀ ਦੇ ਨਾਲ ਨਾਲ ਇਤਿਹਾਸ ਨੂੰ ਵੀ, ਇਹਨਾਂ ਆਪਣੇ ਮੌਜੂਦਾ ਹਾਲਾਤਾਂ ਨੂੰ ਵੀ ਹਿਰਦੇ ਚ ਵਸਾਉਣ ਦੀ ਲੋੜ ਆ। ਅੱਜ ਸੰਤ ਜਰਨੈਲ ਸਿੰਘ ਦੀ ਕਦਰ ਕਿਹਨੂੰ ਆ? ਅੱਜ ਉਸ ਇੱਕ ਗਰੀਬ ਬਾਪ ਨੂੰ ਪੁੱਛੋ ਜਿਹਦੇ ਘਰ ਵਿੱਚ 5 ਬੇਟੀਆਂ ਨੇ, ਮਜ਼ਦੂਰੀ ਕਰਕੇ ਮਿਹਨਤ ਕਰਕੇ ਰੋਟੀ ਖਵਾਉਂਦਾ, ਉਹਨਾਂ ਦੇ ਹੱਥ ਪੀਲੇ ਕਰਨ ਲਈ ਉਹਦੇ ਕੋਲੇ ਖਜ਼ਾਨਾ ਨਹੀਂ ਆ। ਤੇ ਅੱਜ ਉਹ ਸੰਤ ਜਰਨੈਲ ਸਿੰਘ ਨੂੰ ਯਾਦ ਕਰਦਾ ਵੀ ਸੰਤ ਜਰਨੈਲ ਸਿੰਘ ਆ, ਜੇ ਕਦੇ ਅੱਜ ਤੂੰ ਹੁੰਦਾ ਤਾਂ ਮੈਨੂੰ ਧੀਆਂ ਦੇ ਹੱਥ ਪੀਲੇ ਕਰਨ ਦਾ ਫਿਕਰ ਨਾ ਹੁੰਦਾ, ਨਾ ਕੋਈ ਦਾਜ। ਅੱਜ ਦੀ ਮਹਿੰਗਾਈ ਦੇ ਜ਼ਮਾਨੇ ਚ ਦਾਜ ਦਹੇਜ ਦੀਆਂ ਗੱਲਾਂ, ਇਹ ਕੋੜ ਲੱਗਿਆ ਸਾਡੇ ਸਮਾਜ ਨੂੰ ਦਾਜ ਦਾ, ਇਹ ਸਮਾਜਕ ਕਰੀਤੀਆਂ ਭਰੂਣ ਹੱਤਿਆ ਤਾਂ ਹੀ ਹੁੰਦੀ ਆ। ਦਾਜ ਦਹੇਜ ਨਾ ਹੋਵੇ, ਭਰੂਣ ਹੱਤਿਆ ਨਹੀਂ ਹੋਵੇਗੀ। ਇਹ ਭਰੂਣ ਹੱਤਿਆ ਦਾਜ ਦਹੇਜ ਦੇ ਮਸਲਿਆਂ ਕਾਰਨ। ਪਰ ਸਤਿਗੁਰਾਂ ਸਾਨੂੰ ਆਖਿਆ ਕੁੜੀ ਮਾਰਨਾ ਮੇਲ ਨਹੀਂ ਰੱਖਣਾ। ਇੱਥੇ ਸਿੱਖ ਕੁੜੀ ਮਾਰ ਬਣੇ, ਉਹ ਅਲਟਰਾਸਾਊਂਡ ਕਰਾ ਕੇ ਬੱਚੀ ਦਾ ਕੁੱਖ ਚ ਕਤਲ ਕਰੇ, ਨਹੀਂ ਸਿੱਖ ਪੰਥ ਵਿੱਚ ਇਹਨੂੰ ਕੋਈ ਥਾਂ ਨਹੀਂ ਹੈ। ਸਾਨੂੰ ਪ੍ਰਚਾਰਨਾ ਚਾਹੀਦਾ ਤੇ ਅਮਲ ਕਰਨਾ ਚਾਹੀਦਾ। ਗੁਰੂ ਕੇ ਸਿੱਖੋ, ਆਸੇ ਪਾਸੇ ਆਪਣੇ ਘਰ ਪਰਿਵਾਰਾਂ ਚ ਕੰਧ ਤੇ ਲਿਖਿਆ ਸੱਚ ਪੜ ਲਓ ਕਿ ਕੁੱਖ ਵਿੱਚ ਧੀ ਤੇ ਧਰਤੀ ਵਿੱਚ ਪਾਣੀ ਦੋਨੋਂ ਮੁੱਕ ਗਏ ਤੇ ਖਤਮ ਕਹਾਣੀ। ਜੇ ਕੁੱਖਾਂ ਵਿੱਚ ਧੀਆਂ ਕਤਲ ਕਰਤੀਆਂ, ਨੋਹਾਂ ਕਿੱਥੋਂ ਲਿਆਓਗੇ? ਆ ਕਿਵੇਂ ਪ੍ਰਕਿਰਤੀ ਅੱਗੇ ਵਧੋਗੇ? ਤੇ ਜੇ ਧਰਤੀ ਚੋਂ ਪਾਣੀ ਦੀ ਅਸੀਂ ਦੁਰਵਰਤੋਂ ਕੀਤੀ, ਪਾਣੀ ਦੀ ਕਦਰ ਨਾ ਕੀਤੀ,
ਤੇ ਕੁੱਖ ਵਿੱਚ ਧੀ ਤੇ ਧਰਤੀ ਚ ਪਾਣੀ ਦੋਨੋ ਮੁੱਕ ਗਏ ਤੇ ਖਤਮ ਕਹਾਣੀ ਕਿਉਂਕਿ ਪਹਿਲਾਂ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਰਹੋ ਵਿਚਾਰ ਆ ਦਾਜ ਦਹੇਜ ਇਹ ਸਮਾਜਿਕ ਕੁਰੀਤੀਆਂ ਨੇ ਜੇ ਦਾਜ ਲੈਣਾ ਛੱਡ ਦਿਆਂਗੇ ਦੇਣਾ ਆਪੇ ਹੀ ਖਤਮ ਹੋ ਜਾਊਗਾ ਅੱਜ ਸੰਤ ਜਰਨੈਲ ਸਿੰਘ ਨੂੰ ਕਿਉਂ ਉਹਨਾਂ ਵੇਲੇ 11 ਬਰਾਤੀਆਂ ਦੀ ਗੱਲ ਚੱਲੀ ਸੀ ਬਾਦ ਸਿੰਘਾਂ ਨੇ ਮਤੇ ਪਾਏ ਸੀ ਗੁਰਮੁਖ ਪਿਆਰਿਓ 11 ਬਰਾਤੀ ਕੋਈ ਬੋਝ ਨਹੀਂ ਸੀ ਹੁੰਦਾ ਲੜਕੀ ਵਾਲੇ ਪਰਿਵਾਰ ਦੇ 11 ਬਰਾਤੀਆਂ ਮਹਿਮਾਨਾਂ ਦੇ ਖਾਣੇ ਦਾ ਪ੍ਰਬੰਧ ਤੇ ਜਦੋਂ ਬਰਾਤਾਂ ਹੀ 200-400 ਬਰਾਤਾਂ ਆ ਮੈਂ ਪਿਛਲੇ ਦਿਨ ਇੱਕ ਵਿਆਹ ਚ ਸ਼ਾਮਲ ਹੋਇਆ 3000 ਤੋਂ ਉੱਤੇ ਕਹਿੰਦੇ ਕਾਰਡ ਵੰਡਤਾ ਪਰ ਚਲੋ ਗੁਰੂ ਕਾ ਲੰਗਰ ਹੋਵੇ ਸੰਗਤ ਪੰਗਤ ਦਾਲ ਪ੍ਰਸ਼ਾਦਾ ਦੇ ਭਾਵੇਂ ਜਿੰਨਾ ਮਰਜ਼ੀ ਗੁਰਮੁਖ ਪਿਆਰਿਓ ਪਰ ਜੇ ਵਿਸ਼ੇਸ਼ ਪਦਾਰਥ ਤੇ ਮਹਿੰਗੇ ਵਿਆਹਾਂ ਨੇ ਅੱਜ ਗੁਰਮੁਖ ਪਿਆਰਿਓ ਸਾਡੇ ਸਮਾਜ ਦੀ ਦਿਸ਼ਾ ਬਦਲ ਦਿੱਤੀ ਦੇਖਾ ਦੇਖੀ ਫਿਰ ਕਰਜ਼ਿਆਂ ਹੇਠ ਦੱਬਦੇ ਆ ਕਰਜ਼ਿਆਂ ਹੇਠ ਦੱਬਿਆ ਗਿਆ ਪੰਜਾਬ ਸਾਡਾ ਗੁਰਮੁਖ ਪਿਆਰਿਓ ਸਾਡੇ ਭਰਾ ਜ ਸਾਰਾ ਕੁਝ ਕਰਜ਼ੇ ਹੇਠੀ ਆ ਜੇ ਚੰਗਾ ਘਰ ਕਿਉਂ ਗੁਆਂਢੀ ਪਾਲੇ ਪਾਉਣਾ ਪੈਂਦਾ ਦੇਖਾ ਦੇਖੀ ਹੋਮ ਲੋਨ ਘਰ ਬੈਂਕ ਚ ਆ ਘਰ ਚ ਕਾਰ ਖੜੀ ਆ ਲੋਨ ਤੇ ਆ ਬੈਂਕ ਚ ਆ ਟਰੈਕਟਰ ਖੜਾ ਖੇਤੀ ਕਰਨੀ ਉਹ ਵੀ ਬੈਂਕ ਚ ਆ ਹੁਣ ਤੇ ਆਪਾਂ ਅਰਦਾਸ ਕਰਿਆ ਕਰੀਏ ਸਾਡਾ ਘਰ ਵੀ ਬੈਂਕ ਚ ਆ ਕਾਰ ਵੀ ਬੈਂਕ ਚ ਆ ਟਰੈਕਟਰ ਵੀ ਬੈਂਕ ਚ ਆ ਇੱਕ ਅਰਦਾਸ ਕਰਿਆ ਕਰੀਏ ਵੀ ਕਦੇ ਅਸੀਂ ਵੀ ਨਾ ਬੈਂਕ ਚ ਚਲੇ ਜਾਈਏ ਵੀ ਕਰਜ਼ੇ ਹੇਠਾ ਕਿ ਗੁਰੂ ਸਾਹਿਬ ਸਾਨੂੰ ਬਚਾ ਕੇ ਰੱਖਿਓ ਜੋ ਹਾਲਾਤ ਬਣੇ ਹੋਏ ਆ ਇਹ ਸਾਰਾ ਕੁਝ ਕਿਉਂ ਮਹਿੰਗੇ ਖਰਚਿਆਂ ਦੇ ਨਾਲ ਸਾਰਾ ਕੁਝ ਆ ਹੁਣ ਖੁਸ਼ੀ ਤੇ ਛੱਡੋ ਗਮੀ ਦੇ ਸਮੇਂ ਪ੍ਰੋਗਰਾਮ ਗਮੀ ਦਾ ਬੇਬੇ ਬਾਪੂ ਕੋ ਚੜਾਈ ਕਰ ਗਿਆ ਵਿਆਹ ਵਰਗਾ ਉੱਥੇ ਖਰਚ ਪਕਵਾਨ ਬਣਾਏ ਹੁੰਦੇ ਦੱਸੋ ਤੇ ਦੇਖਾ ਦੇਖੀ ਫਿਰ ਖਰਚਾ ਜਦੋਂ ਕਰਜ਼ਾ ਚੱਕ ਕੇ ਆੜਤੀਏ ਕੋ ਵਿਆਜ ਤੇ ਜਾਂ ਬੈਂਕ ਤੋਂ ਲੋਨ ਕੇ ਮੋੜਨਾ ਤੇ ਆਪਾਂ ਹੀ ਆ ਆਮਦਨ ਕੋਈ ਹੈ ਨਹੀਂ ਖਰਚ ਕਰਤਾ ਦਿਖਾਵਾ ਬੱਲੇ ਬੱਲੇ ਕਰਾਤੀ ਵੀ ਫਲਾਣਾ ਸੋਹਣੇ ਬੁੜੇ ਦਾ ਇਕੱਠ ਕੀਤਾ ਵਾਹ ਬਈ ਗੁਲਾਬ ਜਾਮਣ ਚਮ ਚਮ ਪੇਸਟਰੀਆਂ ਪਤਾ ਹੀ ਨਹੀਂ ਲੱਗਦਾ ਕੀ ਕੁਝ ਸੀ ਤੇ ਮੁੜ ਕੇ ਪਤਾ ਉਦੋਂ ਹੀ ਲੱਗਦਾ ਜਦੋਂ ਬੈਂਕ ਵਾਲੇ ਦਰਵਾਜ਼ੇ ਮੂਹਰੇ ਖੜੇ ਹੁੰਦੇ ਆ ਫਿਰ ਆਸਾ ਪਾਸਾ ਵੇਖਣਾ ਪੈਂਦਾ ਤੇ ਨੋਟਿਸ ਲਾ ਜਾਂਦੇ ਆ ਵੀ ਆ ਘਰ ਸਾਡੇ ਲੋਨ ਤੇ ਆ ਆ ਘਰ ਸਾਡੇ ਬੈਂਕ ਦਾ ਆ ਜ਼ਮੀਨ ਪਲੱਜ ਕੀਤੀ ਆ ਆ ਟਰੈਕਟਰ ਆ ਕਾਰ ਸਾਰਾ ਕੁਝ ਸਾਨੂੰ ਇਹਨਾਂ ਮਹਿੰਗੇ ਖਰਚਿਆਂ ਤੋਂ ਕ੍ਰੀਤੀਆਂ ਤੋਂ ਬਚਣ ਦੀ ਲੋੜ ਅੱਜ ਧਰਮ ਪ੍ਰਚਾਰ ਦੇ ਨਾਲ ਨਾਲ ਸਾਨੂੰ ਅੱਜ ਐਸੇ ਵਿਚਾਰਾਂ ਦੀ ਵੀ ਲੋੜ ਆ ਇਹਨਾਂ ਨੂੰ ਹਿਰਦੇ ਚ ਵਸਾਉਣ ਗੁਰਮੁਖ ਪਿਆਰੇ ਆਓ ਮੈਂ ਬੇਨਤੀ ਕਰ ਰਿਹਾ ਉਹਨਾਂ ਯੋਧੇ ਜਰਨੈਲਾਂ ਦੀ ਜਿਨ੍ਹਾਂ ਅਰਦਾਸ ਦੀ ਕਦਰ ਕੀਤੀ ਅਰਦਾਸ ਤੇ ਪਹਿਰਾ ਦਿੱਤਾ ਜੇ ਪੰਥ ਦਾ ਸੁਨੇਹਾ ਆਇਆ ਕਿ ਲਛਮਣ ਸਿੰਘ ਜੀ ਮੁੜ ਜਾਓ ਨਾ ਕਰੋ ਜਿਹੜਾ ਦਿਨ ਮਿਥਿਆ ਉਸੇ ਦਿਨ ਆਖਿਆ ਨੀ ਸਿੰਘਾਂ ਅਰਦਾਸਾ ਕਰ ਦਿੱਤਾ ਮੁੜਨਾ ਨਹੀਂ ਆ ਸੰਤ ਜਰਨੈਲ ਸਿੰਘ ਨੂੰ ਵੀ 9 ਮਿੰਟਾਂ ਕਰਕੇ ਆਖਿਆ ਬਾਹਰ ਆ ਜਾਓ ਕਾਲ ਤਖ਼ਤ ਤੋਂ ਹੱਥ ਖੜੇ ਕਰਕੇ ਜੋ ਕਹੋਗੇ ਮੰਨ ਲਾਂਗੇ ਅਮਰੀਕਾ ਦੀ ਸਿਟੀਜਨ ਲੱਖਾਂ ਮਿਲੀਅਨ ਡਾਲਰ ਦੇ ਦਿਆਂਗੇ ਸਾਥੀਆਂ ਪਰਿਵਾਰਾਂ ਸਮੇਤ ਸਿਟੀਜਨ ਸਿਪ ਉੱਥੇ ਦੀ ਆਖਿਆ ਮੈਂ ਗੁਰੂ ਕਾ ਸਿੱਖ ਆ ਲੋਭ ਲਾਲਚਾਂ ਤੋਂ ਦੂਰ ਆ ਹੁਣ ਤੇ ਮੈਦਾਨ ਚ ਹੀ ਟੱਕਰਾਂਗੇ ਜੰਗ ਦੇ ਮੈਦਾਨ ਚ ਤੇ ਫਿਰ ਸੰਤ ਜਰਨੈਲ ਸਿੰਘ ਨੇ ਸਾਮੀ ਜੰਗ ਲੜੀ ਤੁਹਾਨੂੰ ਪਤਾ ਜਿਵੇਂ ਚਮਕੌਰ ਗੜੀ ਦੀ ਸਾਮੀ ਜੰਗ ਸੀ ਇੱਕ ਪਾਸੇ ਗਿਣਤੀ ਦੇ 40 ਤੇ ਇੱਕ ਪਾਸੇ ਲੱਖਾਂ ਫੌਜਾਂ ਮੁਗਲਾਂ ਦੀਆਂ ਤੇ ਇੱਥੇ ਵੀ ਗਿਣਤੀ ਦੇ ਸੈਂਕੜੇ ਸਿੰਘ ਜੀ ਸੰਤ ਜਰਨੈਲ ਸਿੰਘ ਦੇ ਨਾਲ ਤੇ ਦੂਜੇ ਪਾਸੇ ਦੁਨੀਆਂ ਦੀ 6ਵੇਂ ਨੰਬਰ ਦੀ ਫੌਜੀ ਤਾਕਤ ਭਾਰਤ ਦੀ ਫੌਜੀ ਤਾਕਤ ਤੋਪਾਂ ਟੈਂਕਾਂ ਦੇ ਨਾਲ ਹਮਲੇ ਪਰ ਉਹਨਾਂ ਨੇ ਜੰਗ ਲੜੀ ਗੁਰੂ ਕੇ ਸਿੱਖਾਂ ਨੇ ਕੇਵਲ ਗੱਲਾਂ ਨਹੀਂ ਅੱਜ ਤਾਂ ਮਾਫ ਕਰਿਓ ਬਹੁਤੇ ਸਟੇਜੀ ਭਲਵਾਨਾਂ ਦੀ ਕਮੀ ਨਹੀਂ ਸਾਡੀ ਕੌਮ ਦੇ ਅੰਦਰ ਗੱਲਾਂ ਬਾਤਾਂ ਬਹੁਤ ਆ ਪਰ ਮੈਂ ਬੇਨਤੀ ਕਰਦਾ ਹੁੰਦਾ ਥੋਕਣਾ ਪਰੌਂਠੇ ਨਹੀਂ ਪੱਕਦੇ ਪਰੌਂਠਾ ਪਕਾਉਣਾ ਤੇ ਘਿਓ ਲਾਉਣਾ ਪੈਣਾ ਇੱਥੇ ਕਈ ਥੋਕਣਾ ਪਰੌਂਠੇ ਪਕਾਉਣ ਦੀਆਂ ਗੱਲਾਂ ਕਰੀ ਜਾਂਦੇ ਆ ਸੇਵਾ ਦੇਸ਼ ਕੌਮ ਧਰਮ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਕੌਮ ਧਰਮ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਘਰ ਬਾਰ ਪਰਿਵਾਰ ਜਦੋਂ ਲਛਮਣ ਸਿੰਘ ਧਾਰੋਵਾਲੀ ਸ਼ਹੀਦ ਹੋ ਗਿਆ ਖਬਰ ਪਹੁੰਚੀ ਪਿੰਡ ਗੁਰਮੁਖ ਪਿਆਰੇ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਇੰਦਰ ਕੌਰ ਰੋਣਾ ਕਰਲਾਉਣਾ ਨਹੀਂ ਕੀਤਾ ਹਾਲ ਪਾਰਿਆ ਨਹੀਂ ਪਾਇਆ ਦੇਖੋ ਗੁਰੂ ਕੇ ਸਿੱਖਾਂ ਦਾ ਸਿਦਕ ਉਹਨੇ ਇਸ਼ਨਾਨ ਕੀਤਾ ਵਿਹੜੇ ਚ ਸਥਰ ਜਿਵੇਂ ਆਉਂਦੇ ਆ ਸੰਗੀ ਸਾਥੀ ਪਰਿਵਾਰ ਰਿਸ਼ਤੇਦਾਰ ਤੇ ਬੈਠਦੇ ਆ ਸਥਰ ਦੇ ਉੱਤੇ ਉਹਨੇ ਚਿੱਟਾ ਵਸਤਰ ਵਿਛਾ ਤਾ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਤੇ ਬਾਣੀ ਪੜ੍ਹਨ ਲੱਗ ਗਈ
ਬਾਣੀ ਪੜਨ ਲੱਗੀ। ਦੇਖੋ ਸਿੱਧਕ ਉਹਨਾਂ ਦਾ, ਐਵੇਂ ਨੀ ਅਰਦਾਸਾਂ ਸਤਿਗੁਰ ਦੇ ਅੱਗੇ ਅਸੀਂ ਕਰਦੇ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ, ਮੀਰ ਮੰਨੂ ਦੀ ਜੇਲ੍ਹ ਵਿੱਚ ਸਵਾ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਡੱਕਰੇ ਕਰਾ, ਝੋਲੀਆਂ ਚ ਪਵਾਏ, ਗਲਾਂ ਚ ਹਾਰ ਪਵਾਏ, ਨੇਜਿਆਂ ਤੇ ਟੰਗਵਾਏ, ਪਰ ਸਿੱਖੀ ਸਿੱਧਕ ਧਰਮ ਨਹੀਂ ਹਾਰਿਆ। ਗੁਰਸਿੱਖੀ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ, ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਮੁਰੀਦਾਂ ਦੀ ਮਹਾਨ ਪਾਵਨ ਕਮਾਈ ਦਾ ਧਿਆਨ ਧਰਕੇ ਸਰਬੱਤ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਸਾਰੇ ਆਵਾਜ਼ ਦਿਓ, ਜਿੰਨੀ ਸੰਗਤ ਇੰਨੀ ਵੱਡੀ ਗਿਣਤੀ ਚ ਤੁਹਾਡੀ ਤੇ ਧਨੋਨੀ ਚ ਆਵਾਜ਼ ਨੀ ਸੁਣਦੀ ਹੋਣੀ, ਮਹਿਮਦਪੁਰੇ ਕਿੱਦਾਂ ਜਾਊ, ਡੇਰਾ ਬੱਸੀ ਕਿਵੇਂ ਜਾਊਗੀ, ਸਾਰੇ ਗੱਜ ਕੇ ਆਖੋ ਸਤਨਾਮ, ਫਿਰ ਸਾਰੇ ਆਖੋ ਗੱਜ ਕੇ ਸਤਨਾਮ। ਦੇਖੋ ਉਹਨਾਂ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਆ, ਮਾਰਗ ਦਰਸ਼ਨ ਕਰਦਾ ਗੁਰਮੁਖ ਪਿਆਰੇ, ਮੌਤ ਤੋਂ ਨੀ ਡਰੇ, ਘਬਰਾਏ ਨੀ, ਸਿਰ ਤਲੀ ਤੇ ਰੱਖ ਕੇ ਬਾਬਾ ਦੀਪ ਸਿੰਘ ਅਰਦਾਸਾ ਸੋਧਿਆ ਜਾ ਰਿਹਾ, ਮੌਤ ਮੂਹਰੇ ਲੱਗੀ ਜਾਂਦੀ ਆ, ਮੁਗਲ ਭੱਜ ਲੇ ਮੂਹਰੇ, ਤੇ ਅੱਗੇ ਖੜਾ ਜਿਹੜਾ ਸੈਨਾਪਤੀ ਸੀ ਉਹ ਕਹਿੰਦਾ ਓਏ ਹਫਲੇ ਹੋਏ ਸਾਹ ਸਾਈ ਹੋਏ ਕੀ ਗੱਲ, ਕਹਿੰਦੇ ਸਿਰਾਂ ਤੋਂ ਬਿਨਾ ਧਾੜੀ ਲੜਦੇ ਆ ਰਹੇ ਆ, ਉਹ ਕਹਿੰਦਾ ਹੈ ਕਿੰਨੇ ਗਾ, ਜਿਹੜੇ ਅੱਗੇ ਭੱਜੇ ਆਉਂਦੇ ਕਹਿੰਦੇ ਸਾਨੂੰ ਤੇ ਇੱਕ ਹੀ ਬਾਬੇ ਨੇ ਪਿਛਾਂਹ ਭੌਂ ਕੇ ਨੀ ਵੇਖਣ ਦਿੱਤਾ, ਬਾਕੀਆਂ ਦਾ ਤੇ ਪਤਾ ਹੀ ਨੀ, ਸਾਨੂੰ ਤੇ ਇੱਕ ਹੀ ਮੂਹਰੇ ਲਾਹੀ ਆਉਂਦਾ, ਇੱਕ ਦਾ ਖੰਡਾ ਹੀ ਸਾਨੂੰ ਮੂਹਰੇ ਲਾਈ ਆਇਆ, ਪਿਛਲਿਆਂ ਦੀ ਤੇ ਗੱਲ ਛੱਡ, ਜਿਹੜੀ ਮੌਤ ਤੋਂ ਸੰਸਾਰ ਡਰਦਾ, ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮ ਆਨੰਦ, ਦੁਨੀਆਂ ਦਾ ਇਤਿਹਾਸ ਪੜ੍ਹ ਕੇ ਦੇਖੋ ਗੁਰੂ ਕੇ ਸਿੱਖੋ, ਤੁਹਾਨੂੰ ਮਾਣ ਹੋਣਾ ਚਾਹੀਦਾ, ਜਿਹੜੀ ਮੌਤ ਤੋਂ ਸੰਸਾਰ ਡਰਦਾ। ਆ ਚੰਡੀਗੜ੍ਹ ਤੁਹਾਡੇ ਨੇੜੇ ਕਹਿੰਦੇ 13 ਨੰਬਰ ਸੈਕਟਰ ਨੀ ਹੈਗਾ, ਕਿਉਂ, ਕਹਿੰਦੇ ਹਜ਼ਰਤ ਈਸਾ ਦੇ 13 ਸਾਥੀ ਸੀ, ਅਖੀਰ ਦੇ ਸਮੇਂ ਜਦੋਂ ਉਹਨਾਂ ਨੂੰ ਪੁੱਛਿਆ ਤੁਸੀਂ, ਉਹ ਕਹਿੰਦੇ ਹਾਂਜੀ ਇਹਨਾਂ ਦੇ ਸਾਥੀ ਆ, ਤੇ ਕਹਿੰਦੇ ਫਿਰ ਸੂਲੀ ਚੜ੍ਹਨਾ ਪੈਣਾ, ਇਹਨਾਂ ਨੂੰ ਸੂਲੀ ਚੜ੍ਹਾਉਣਾ, ਤੇ 13 ਦੇ 13 ਹੀ ਭੱਜ ਗਏ, ਕਹਿੰਦੇ ਨੀ ਸਾਡਾ ਤੇ ਵਾਹ ਵਾਸਤਾ, ਅਸੀਂ ਤੇ ਜਾਣਦੇ ਹੀ ਨੀ ਇਹਨਾਂ ਨੂੰ, ਇਹ ਕੌਣ ਆ, ਹਜ਼ਰਤ ਈਸਾ ਬਾਰੇ 13 ਦੇ 13 ਭੱਜ ਗਏ। ਚੰਡੀਗੜ੍ਹ ਦਾ ਨਕਸ਼ਾ ਈਸਾਈ ਗੁਰਮੁਖ ਪਿਆਰਿਓ ਆਰਕੀਟੈਕਟ ਨੇ ਬਣਾਇਆ, ਉਹ 13 ਨੂੰ ਇੰਨਾ ਪਵਿੱਤਰ ਮੰਨਦੇ ਆ ਕਿ ਹਜ਼ਰਤ ਈਸਾ ਈਸਾ ਮਸੀਹ ਦੇ 13 ਸਾਥੀ ਭੱਜ ਗਏ, ਉਹਨਾਂ 13 ਸੈਕਟਰੀ ਨੀ ਬਣਾਇਆ, ਦੇਖੋ ਚੰਡੀਗੜ੍ਹ ਦੇ ਅੰਦਰ ਉਹ 13 ਗੁਰਮੁਖ, ਅਸੀਂ 13-13 ਚੰਗਾ ਸਮਝਦੇ ਆ, ਅਸੀਂ ਫੋਨਾਂ ਦੇ ਨੰਬਰ ਗੱਡੀਆਂ ਦੇ ਨੰਬਰ 13 ਲੈਨੇ, ਸਾਡੇ ਗੁਰੂ ਨਾਨਕ ਨੇ 13-13 ਤੋਲਿਆ, ਪਰ ਮੈਂ ਬੇਨਤੀ ਕਰ ਰਿਹਾ ਸੀ, ਦੇਖੋ ਜਿਹੜੀ ਮੌਤ ਤੋਂ ਸੰਸਾਰ ਦੇ ਪੀਰ ਪੈਗੰਬਰ ਉਹਨਾਂ ਦੇ ਸਾਥੀ ਵੀ ਡਰ ਗਏ, ਤੁਹਾਨੂੰ ਮਾਣ ਹੋਣਾ ਚਾਹੀਦਾ ਉਸ ਮੌਤ ਨੂੰ ਤੁਸੀਂ ਡਰਾਇਆ, ਤੇ ਇਤਿਹਾਸ ਕੀ ਕਹਿੰਦਾ ਪੜ੍ਹ ਵੀ ਲਿਓ ਪਿਆਰ ਵਿੱਚ ਸਾਰੇ, ਉਹ ਮੌਤ ਗੁਰੂ ਕਿਆ ਸਿੰਘਾਂ ਨੇ ਡਰਾਈ, ਕਿਸੇ ਡਰੀ ਮੌਤ ਗੁਰੂ ਕਿਆ ਸਿੰਘਾਂ ਨੇ ਡਰਾਈ, ਡਰੀ ਮੌਤ ਗੁਰੂ ਕਿਆ ਸਿੰਘਾਂ ਨੇ ਡਰਾਈ, ਡਰੀ ਮੌਤ ਗੁਰੂ ਕਿਆ ਸਿੰਘਾਂ ਨੇ ਡਰਾਈ, ਗੁਰੂ ਕਿਆ ਸਿੰਘਾਂ ਨੇ ਡਰਾਈ, ਹਾਂ ਕਿਸੇ ਕੋ ਹੋਰ ਨਾ ਡਰੀ, ਗੁਰੂ ਕਿਆ ਸਿੰਘਾਂ ਨੇ ਡਰਾਈ, ਕਿਸੇ ਕੋ ਹੋਰ ਨਾ ਡਰੀ, ਗੁਰੂ ਕਿਆ ਸਿੰਘਾਂ ਨੇ ਡਰਾਈ, ਕਿਸੇ ਕੋ ਹੋਰ ਨਾ ਡਰੀ, ਗੁਰੂ ਕਿਆ ਸਿੰਘਾਂ ਨੇ ਡਰਾਈ ਹੈ।
परमात्मा ना प्यार ओ मौत तो नहीं डरे सको मौत नू डराया मरना ते है ही एक दिन जो दिन आवे सो दिन जाही करना कूच रहन थेर नाही संग चलत है हम पी चलना दूर गवन सिर ऊपर मरना क्या तू सोया जाग ए अन्ना ओ आणिया केड़ी गफलता दी नींद सुता पिया जाग तैं जीवन जाग सच कर जाना तू आज संसार जीवन नु सच्चा करके जानदा इते शिन भंगरी है नासवंत है चले जाना पर गुरमुखो जेड़े एदां गए ननकाणा साहब दे शहीद गुरधाम नु आजाद कराउण लई जा धर्म लई जूझे जेड़े गुरमुख प्यारियो बहर ना मरना ऐसी मरनी जो मरे बहर ना मरना हो जेड़े देश कौम धर्म लई हक साचे मान ली दूजे हो जा मरना बार बार नहीं गुरमुख प्यारो इको बारी फिर उन्होंने बार बार जमना मरना नहीं पैंदा ते उन्हां दी मौत साडे लई चानन मनारा ते कौम लई गुरमुख प्यारो जिंदगी बन जांदी आ शायर कहिंदा शहीद की जो मौत है वो कौम की हयात है जड़ी शहीद दी मौत है कौम दी हयात भाव जिंदगी कौम दी हयाती आ जिंदगी आ शहीदां नाल कौमां जिउंदियां ने ओही कौमां जहान ते जिउंदियां ने जिन्ना कौमां नूं मरन दा झल पै जाए अंत पैणा ए मुल कुर्बानियां दा भावें अज पै जाए ते भावें कल पै जाए कुर्बानियां दा मुल कुर्बानियां ना लाल किले ते केसरी झंडा झुलिया दे लाहौर दे शाही किले ते कुर्बानियां नाल मुड़ सिख राज स्थापित खालसा राज करेगा खालसा की रहे ना कोई कोई रोक ही नहीं सकता जिन्ना मर्जी रौला पाई जान सरकारां सरकारां दे करेंदे सरकारां दे थापे पंजाब दे सूबेदार जिन्ना मर्जी सिख राज दे खिलाफ बोली जान कोई रोक नहीं सकता सतगुर ने सानू राज भाग नहीं बनाया गुलाम नहीं बनाया झुकण लई नहीं अखां सिख दियां ए तां बणियां ने शहीदी खमारियां लई दो गल्लां लई सिख दा सीस बणिया जां आरियां लई जां सरदारियां लई जां आरियां फिरनगियां जां सरदारियां कायम होणगियां गुलाम ते सिख रह ही नहीं सकदे गुलाम ते रख ही नहीं सकदे गुरु के सिख नूं तुसीं किन्ना क चिर आखर किन्ना चिर गुरमुख प्यारियो मौत नूं डराया गुरु के सिखां ननकाणा साहब शहादतां दित्तियां भाई सुखे जिंदे दा इतिहास पढ़ो जज ने बथेरा आखिया रूई कर नां दा गुरमुख प्यारियो जज सी साउथ दा वो कहिंदा इदां दे सोहणे मनुख रब वर्गे जिन्हां दे चेहरे आ किड्डे सोहणे सन कलीन शेव फड़े गए गिरफ्तार होए मुड़ केस नहीं कतले लंबे दाड़े दस्तारा सोनिया बाणे च दमदमी टकसाल बाबा ठाकुर सिंह दी भेज देसी बाणे उन्हां नूं पुणे दी जेल विच
ਜਿਨ੍ਹਾਂ ਨੇ ਵੈਦਿਆ ਸੋਧਿਆ ਸੀ ਝੱਠੇ ਅਕਾਲ ਤਖ਼ਤ ਦਾ ਬਦਲਾ ਲਿਆ, ਇਹਨੇ ਅਕਾਲ ਤਖ਼ਤ ਤੇ ਫੌਜਾਂ ਦੀ ਗਵਾਹੀ ਕੀਤੀ, ਸਾਡਾ ਅਕਾਲ ਤਖ਼ਤ ਢਾਇਆ, ਛੱਡਣਾ ਨਹੀਂ, ਜਾ ਕੇ ਪੂਨੇ ਦੀ ਧਰਤੀ ਤੇ ਸੋਧਾ ਲਾਇਆ ਸੀ। ਪੂਨੇ ਦੀਆਂ ਸ਼ਹੀਣ ਵਾਦੀਆਂ ਚ ਰਹਿੰਦੀ ਜ਼ਿੰਦਗੀ ਬਤੀਤ ਕਰਨ ਲਈ ਸਰਕਾਰ ਨੇ ਬੜੇ ਨਾਮ ਦਿੱਤੇ ਸੀ, ਪਰ ਸਿੰਘਾਂ ਵੀ ਦੇਤਾ ਨਾਮ ਜਾ ਕੇ ਸੋਧਿਆ, ਉੱਥੇ ਜਾ ਕੇ ਗੱਡੀ ਚਾੜਿਆ, ਗ੍ਰਿਫਤਾਰੀ ਕਿਤੇ ਹੋਰ ਹੋਈ ਕਿਸੇ ਹੋਰ, ਪਰ ਸਿੰਘਾਂ ਨੇ ਆਪ ਦੱਸਿਆ ਕਿ ਅਸੀਂ ਸੋਧਿਆ। ਜੱਜ ਕਹਿੰਦਾ ਤੁਹਾਡੇ ਤੇ ਗਵਾਹ ਕੋਈ ਨਹੀਂ ਆ, ਆਈ ਵਿਟਨੈਸ ਗਵਾਹ ਕੋਈ, ਸੁੱਖੇ ਝੰਡੇ ਤੇ ਗਵਾਹ ਕੌਣ ਬਣੇ, ਵੀ ਇਹੋ ਜਿਹੇ ਸਿੰਘਾਂ ਕੌਣ ਬਣੇ ਗਵਾਹ। ਜੱਜ ਕਹਿੰਦਾ ਗਵਾਹ ਕੋਈ ਨਹੀਂ ਆ, ਮੈਂ ਤੁਹਾਨੂੰ ਬਰੀ ਕਰ ਸਕਦਾ, ਪਰ ਕਹਿੰਦਾ ਕਾਨੂੰਨ ਮੇਰੇ ਹੱਥ ਬੰਨਦਾ, ਕਿਉਂਕਿ ਖੁਦ ਤੁਸੀਂ ਕਬੂਲ ਰਹੇ ਆ, ਤੁਸੀਂ ਕਹਿੰਦੇ ਅਸੀਂ ਸੋਧਿਆ, ਛੱਡ ਮੈਂ ਸਕਦਾ ਨਹੀਂ ਇਸ ਕਰਕੇ, ਪਰ ਮੈਂ ਤੁਹਾਨੂੰ ਸਜ਼ਾ ਨਹੀਂ ਦੇਣੀ ਚਾਹੁੰਦਾ, ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ। ਜੱਜ ਜਦੋਂ ਭਾਈ ਸੁੱਖੇ ਜਿੰਦ ਬਾਣੀ ਪੜਨ ਵਾਲੇ ਸਿੱਖ ਨਿਤ ਨੇਮੇ ਕੌਮ ਦੀਆਂ ਬੁਲੰਦੀਆਂ ਲੋਚਣ ਵਾਲੇ, ਚੜ੍ਹਦੀ ਕਲਾ ਲੋਚਣ ਵਾਲੇ, ਪਾਇਆ ਮੁੱਲ ਉਹਨਾਂ ਦੀਆਂ ਕੁਰਬਾਨੀਆਂ ਦਾ ਅਸੀਂ ਪਾਇਆ, ਸਾਡੇ ਆਗੂਆਂ ਨੇ ਜਿਹੜੇ ਅੱਜ ਵੀ ਗਦਾਰੀਆਂ ਤੇ ਗਦਾਰੀਆਂ, ਗਦਾਰੀਆਂ ਤੇ ਗਦਾਰੀਆਂ ਕਰੀ ਜਾਂਦੇ ਆ, ਆਪ ਦੀਆਂ ਠੇਕੇਦਾਰੀਆਂ, ਚੇਅਰਮੈਨੀਆਂ, ਪ੍ਰਧਾਨਗੀਆਂ, ਉਹਨਾਂ ਨੂੰ ਚਾਹੀਦੀਆਂ ਆਪ ਦੇ ਸੁੱਖ ਆਰਾਮ ਚਾਹੀਦੇ ਆ। ਪੰਥ ਭਾਵੇਂ ਢੱਠੇ ਖੂਹ ਚ ਪਵੇ, ਨਾ ਕੌਮ ਦਾ ਫਿਕਰ, ਨਾ ਪੰਥ ਦਾ ਫਿਕਰ, ਨਾ ਪੰਜਾਬ ਦਾ ਫਿਕਰ, ਨਾ ਜਵਾਨੀ ਦਾ ਫਿਕਰ, ਨਾ ਕਿਸਾਨੀ ਦਾ ਫਿਕਰ, ਨਾ ਬੱਚਿਆਂ ਦੇ ਭਵਿੱਖ ਦਾ ਫਿਕਰ ਸਾਡੀ ਕੌਮ ਦਾ, ਨਾ ਗੁਰੂ ਗ੍ਰੰਥ ਪੰਥ ਦਾ ਫਿਕਰ ਹੀ ਕੋਈ ਨਹੀਂ ਹੈ। ਪਰ ਉਹਨਾਂ ਨੇ ਕੌਮ ਵਾਸਤੇ, ਕੌਮ ਦੀਆਂ ਬੁਲੰਦੀਆਂ ਲਈ, ਕਹਿੰਦੇ ਜੱਜ ਸਾਹਿਬ ਦੋਨੇ ਹੱਸ ਕੇ ਕਹਿੰਦੇ ਜੱਜ ਸਾਹਿਬ ਸਾਨੂੰ ਮੌਤ ਤੋਂ ਡਰ ਨਹੀਂ ਲੱਗਦਾ, ਸਾਡੇ ਗੁਰੂ ਨੇ ਸਾਨੂੰ ਮੌਤ ਚੋਂ ਜਨਮ ਦਿੱਤਾ, ਖੰਡੇ ਦੀ ਧਾਰ, ਤਲਵਾਰ ਦੀ ਧਾਰ, ਸਿਰ ਕੱਟ ਕੇ ਪੰਜ ਪਿਆਰਿਆਂ ਦੇ ਅੰਮ੍ਰਿਤ ਨਾਲ ਜੋੜੇ ਸੀ, ਸਾਨੂੰ ਤੇ ਜਨਮ ਹੀ ਮੌਤ ਚੋਂ ਮਿਲਿਆ, ਇਸ ਕਰਕੇ ਮੌਤ ਤੋਂ ਡਰ ਨਹੀਂ ਲੱਗਦਾ। ਕਹਿੰਦੇ ਕਹਿੰਦੇ ਤੁਹਾਨੂੰ ਮੌਤ ਤੋਂ ਡਰ? ਕਹਿੰਦੇ ਜੱਜ ਸਾਹਿਬ ਸਾਡੀ ਮੌਤ ਦਾ ਮੰਜ਼ਰ ਦੇਖਣਾ ਨਾ, ਤੇ ਸਾਨੂੰ ਜੇਲ੍ਹ ਦੀ ਕਾਲ ਕੋਠੜੀ ਚ ਫਾਹੇ ਨਾ ਲਾਇਓ, ਕਿਤੇ ਚੌਂਕ ਚੁਰਾਹੇ ਚ ਪ੍ਰਬੰਧ ਕਰੋ, ਲੱਖਾਂ ਲੋਕ ਇਕੱਠੇ ਕਰੋ ਤੇ ਦੇਖਿਓ ਕਿਵੇਂ ਹੱਸ ਕੇ ਅਸੀਂ ਚੁਰਾਹੇ ਚ ਫਾਂਸੀ ਦੇ ਰੱਸੇ ਆਪ ਗਲੇ ਚ ਬਾਹਵਾਂਗੇ। ਆਪ ਭਾਈ ਸੁੱਖਾ ਤੇ ਜਾਂਦਾ ਸਿੱਖੀ ਵਾਸਤੇ, ਕੌਮ ਵਾਸਤੇ, ਸਿੱਖ ਰਾਜ ਵਾਸਤੇ, ਚੁਰਾਹੇ ਦੇ ਵਿੱਚ ਅਸੀਂ ਖੁਦ ਗਲਾਂ ਵਿੱਚ। ਤੇ ਦੇਖੋ ਜਦੋਂ ਜੱਜ ਨੇ ਆਖਿਆ ਮੈਂ ਬਰੀ ਕਰ ਸਕਦਾ, ਗਵਾਹ ਕੋਈ ਨਹੀਂ, ਪਰ ਖੁਦ ਤੁਸੀਂ ਮੰਨ ਰਹੇ, ਇਸ ਕਰਕੇ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਜਦੋਂ ਜੱਜ ਨੇ ਫਾਂਸੀ ਦਾ ਹੁਕਮ ਲਿਖਿਆ ਤੇ ਗੁਰੂ ਕੇ ਸਿੱਖਾਂ ਨੇ ਜਕਾਰੇ ਛੱਡੇ, ਮਠਿਆਈ ਪਹਿਲਾਂ ਮੰਗਾ ਕੇ ਰੱਖੀ ਸੀ, ਇਹੋ ਜਿਹੇ ਸਿੱਖ ਇਤਿਹਾਸ ਚ ਪਹਿਲੀ ਵਾਰ ਹੋਣਾ ਦੁਨੀਆਂ ਦੇ ਕਿ ਗੁਰੂ ਕੇ ਸਿੱਖਾਂ ਨੇ ਜਾ ਕੇ ਜੱਜ ਦਾ ਮੂੰਹ ਮਿੱਠਾ ਕਰਾਇਆ। ਕਹਿੰਦੇ ਜੱਜ ਸਾਹਿਬ ਆ ਤੁਸੀਂ ਸਾਡੇ ਪਰਵਾਨੇ ਫਰਿਸ਼ਤੇ ਬਣੇ ਹੋ, ਸਾਡੇ ਲਈ ਮੌਤ ਦਾ ਪਰਵਾਨਾ, ਗੁਰੂ ਲਈ ਕੁਰਬਾਨ ਹੋਣ ਲਈ ਇੱਥੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਰਹਿ, ਪਰ ਲੱਖਾਂ ਪੈਰੋਕਾਰ ਕਹਾਉਣ ਦਾ ਦਾਵਾ ਕਰਨ ਵਾਲਾ ਸੌਦਾ ਸਾਹਿਬ। ਤੇ ਜਦੋਂ ਮਾੜੀ ਜੀ ਸਜ਼ਾ ਸੁਣਾਈ ਜੱਜ ਨੇ, ਉਹ ਚ ਗੋਡਿਆਂ ਭਾਰ ਡਿੱਗ ਪਿਆ, ਕਿਰਿਆ ਕਰਮ ਹੋ ਗਿਆ, ਨੇਤਰਾਂ ਚੋਂ ਨੀਰ, ਹੱਥ ਬੰਨੇ, ਮੈਨੂੰ ਮਾਫ ਕਰ ਦਿਓ ਜੀ, ਜੱਜ ਸਾਹਿਬ ਮਾਫ ਕਰ ਦਿਓ। ਤੇ ਅੱਗੋ ਜੱਜ ਵੀ ਇਨਸਾਫ਼ ਕਰ ਰਿਹਾ ਸੀ, ਜੋ ਲਿਖਤ ਸੀ, ਜੋ ਗੁਨਾਹਾਂ ਦੀ ਚਾਰਜ ਸੀਟ ਸੀ। ਤੇ ਜੱਜ ਨੇ ਅੱਗੋਂ ਆਖਿਆ, ਕਹਿੰਦਾ ਇਹ ਬਾਦਲਾਂ ਦੀ ਇਹ ਜੀ ਪੀ ਸੀ ਨਹੀਂ ਹੈ ਵੀ ਤੈਨੂੰ ਮਾਫ ਕਰ ਦੇ, ਇਹ ਬਾਦਲਾਂ ਦਾ ਜਥੇਦਾਰ ਨਹੀਂ ਹੈ ਵੀ ਤੈਨੂੰ ਮਾਫੀ ਨਾਮਾ ਦੇ ਦੇ, ਇੱਥੇ ਤੇ ਇਨਸਾਫ਼ ਹੋਣਾ, ਇਨਸਾਫ਼ ਆ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਦਸ ਦਸ ਸਾਲ ਦੀਆਂ ਦੋ ਕਰਮਾਂ ਦਾ ਕੇਸ ਸੀ, ਦੋਨਾਂ ਚ ਦਸ ਦਸ ਸਾਲ ਕਰਕੇ ਕਹਿੰਦਾ ਸਿੱਟੋ ਜੇਲ੍ਹ ਵਿੱਚ ਦਸ ਦਸ ਸਾਲ, ਤੇ ਕਹਿੰਦਾ ਇਕੱਠੀ ਵੀ ਨਹੀਂ ਚੱਲਣੀ, ਵੱਖੋ ਵੱਖਰੀ ਚੱਲੂ, ਦੋਨੇ ਵੱਖੋ ਵੱਖਰੀਆਂ, ਪਹਿਲਾਂ ਦਸ ਪੂਰੇ ਕਰੇ, ਦਸ ਬਾਅਦ ਵੀ ਨਹੀਂ ਤੇ ਬਹੁਤੀ ਸਜਾਵਾਂ ਇਕੱਠੀਆਂ ਚੱਲ ਪੈਂਦੀਆਂ, ਤੇ ਇਕੱਠੀਆਂ ਪੂਰੀਆਂ ਹੋਏ, ਕਹਿੰਦਾ ਦਸ ਪਹਿਲਾਂ ਦਸ ਬਾਅਦ ਵਿੱਚ। ਤੇ ਦੇਖੋ ਗੁਰਮੁਖ ਪਿਆਰਿਓ, ਯੋਧਿਆਂ ਦੀਆਂ ਕੁਰਬਾਨੀਆਂ ਦੀਆਂ ਕਥਾਵਾਂ ਬਣਦੀਆਂ, ਪਖੰਡੀਆਂ ਦੀਆਂ, ਗਦਾਰਾਂ ਦੀਆਂ ਨਹੀਂ, ਵੈਸੇ ਬਣਾ ਲੈਣਗੇ ਉਹਨਾਂ ਦੇ ਚੇਲੇ, ਅੱਜ ਆਪਾਂ ਦੇ ਬਣਾਉਂਦੇ ਆ ਨਾ ਸੱਚੀਆਂ ਸਾਖੀਆਂ। ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚ ਕੈਦ ਕੀਤਾ, ਜਹਾਂਗੀਰ ਨੇ ਛੇਵੇਂ ਪਾਤਸ਼ਾਹ ਨੂੰ ਉਹਨਾਂ 52 ਰਾਜੇ ਰਿਹਾ ਕਰਾਏ,
ਆਏ ਬਾਹਰ ਸੱਚੇ ਪਾਤਸ਼ਾਹ ਸਿੰਘਾਂ ਨੇ ਕੁਰਬਾਨੀਆਂ ਤੋਪਾਂ ਟੈਂਕਾਂ ਦੇ ਨਾਲ ਲੜੇ ਫਾਂਸੀਆਂ ਦੇ ਰੱਸੇ ਚੁੰਮੇ ਸੌਦਾ ਸਾਹਿਬ ਦੇ ਚੇਲਿਆਂ ਨੇ ਸਾਖੀਆਂ ਛੜਾਇਆ ਕਰਨੀਆਂ ਜਦੋਂ ਪੰਚਕੂਲੇ ਵਾਲਾ ਜੰਗ ਹਾਰ ਗਏ ਫਿਰ ਪਿਤਾ ਜੀ ਨੂੰ ਸੁਨਾਰੀ ਰੋਹਤਕ ਦੇ ਕਿਲੇ ਚ ਬੰਦੀ ਬਣਾ ਕੇ ਰੱਖੇ ਆਹ ਸਾਖੀਆਂ ਛੜਾਇਆ ਕਰਨਗੇ ਨਾ ਬਣਾ ਲੈਣੀਆਂ ਐਵੇਂ ਹੀ ਬਣਾ ਲੈਣੀਆਂ ਪਿਤਾ ਜਦੋਂ ਪੰਚਕੂਲੇ ਵਾਲਾ ਜੰਗ ਹਾਰ ਗਏ ਜੰਗ ਹੀ ਦੱਸਣਾ ਇਹਨਾਂ ਨੇ ਫਿਰ ਰੋਹਤਕ ਦੀ ਜੇਲ੍ਹ ਵਿੱਚ ਬੰਦੀ ਬਣਾ ਕੇ ਰੱਖਿਆ ਦੇਖਿਆ ਤੁਸੀਂ ਮੁੜਦੇ ਥੋੜੀ ਜਿਹੜੇ ਸਿਆਣੇ ਸੀ ਮੁੜੇ ਆਏ ਅਜੇ ਵੀ ਕਈ ਗੁਰਮੁਖ ਪਿਆਰੇ ਅਸੀਂ ਤੇ ਹੱਥ ਬੰਨ ਕੇ ਬੇਨਤੀ ਕਰਦੇ ਸਾਡੇ ਭੈਣ ਭਰਾ ਜਿਹੜੇ ਉਲਝੇ ਪਏ ਆ ਪਖੰਡਵਾਦ ਦੇ ਪਿੱਛੇ ਮੁੜ ਆਓ ਆਪੋ ਆਪਣੇ ਧਰਮਾਂ ਚ ਵਾਪਸੀ ਕਰੋ ਗੁਰੂ ਕੇ ਸਿੱਖ ਜਿਹੜੇ ਗਏ ਗੁਰੂ ਗ੍ਰੰਥ ਪੰਥ ਦੇ ਲੜ ਲੱਗੋ ਕੀ ਲੱਭਦੇ ਪਖੰਡ ਚੋਂ ਅਜੇ ਵੀ ਗੁਰਮੁਖ ਪਿਆਰੇ ਕਈ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਪਿਛਲੇ ਦਿਨ ਹੀ ਮੈਨੂੰ ਦਿਖਾਏ ਨੈਟ ਦੇ ਉੱਤੇ ਇੱਕ ਚੇਲੀ ਅਜੇ ਵੀ ਕਹੀ ਜਾਵੇ ਅਖੇ ਆ ਜਾ ਪੀਰਾ ਮੁੜਿਆ ਹੁਣ ਵੀ ਮਿਸ਼ਨ ਤੋਂ ਮੁੜਿਆ ਸੀ ਤੇ ਮਰੀ ਜਾਣੇ ਕਿਹਾ ਮੈਂ ਕਿਹਾ ਮਿਸ਼ਨ ਬੜਾ ਕਾਰਗਿਲ ਤੇ ਗਿਆ ਹੋਇਆ ਅਖੇ ਹੁਣ ਵੀ ਮਿਸ਼ਨ ਤੋਂ ਮੁੜਿਆ ਸੀ ਤੇ ਮਰੀ ਜਾਣੇ ਲੈ ਦੱਸੋ ਮਿਸ਼ਨ ਤੇ ਗਿਆ ਕੋਈ ਉਹਦੇ ਸਜ਼ਾ ਕੋ ਕਰਮ ਕੀਤੇ ਸਜ਼ਾ ਮਿਲੀ ਆ ਤੇ ਜਦੋਂ ਸਜ਼ਾ ਕਿਸੇ ਪਾਸਿਓ ਨੀ ਰਾਜਨੀਤਿਕ ਰੋਲ ਲੋਕ ਰਲ ਗਏ ਜਿਹੜੀ ਪੰਥ ਦੀ ਪਾਰਟੀ ਸੀ ਉਹਨੇ ਵੀ ਵੋਟਾਂ ਲਈ ਗੋਡੇ ਟੇਕਦੇ ਤੇ ਮਾਫੀਨਾਮੇ ਜਾਰੀ ਕਰਤੇ ਤੇ ਦੂਜੇ ਤੇ ਰਲੇ ਹੀ ਸੀਗੇ ਬਾਕੀ ਤਾਂ ਫਿਰ ਗੁਰੂ ਗੋਬਿੰਦ ਸਿੰਘ ਨੇ ਵਰਤਾਰਾ ਵਰਤਾਇਆ ਇਹ ਗੁਰੂ ਗੋਬਿੰਦ ਸਿੰਘ ਦੀ ਕਲਾ ਵਰਤੀ ਹੈ ਜਿਹਦਾ ਸਵਾਂਗ ਰਚਿਆ ਸੀਗਾ ਇਹ ਕਿਸੇ ਇੱਕੇ ਦੋਕੇ ਜਾਂ ਸਰਕਾਰਾਂ ਕਿਸੇ ਹੋਰ ਦੀ ਗੱਲ ਨਹੀਂ ਹੈ ਸੱਚ ਸਮਝੋ ਮੇਰਾ ਤੇ ਵਿਸ਼ਵਾਸ ਆ ਭਰੋਸਾ ਕਿਉਂਕਿ 20 ਸਾਲ ਹੋ ਗਏ ਸੀ ਉਸ ਪਖੰਡਵਾਦ ਦੇ ਖਿਲਾਫ ਲੜਦਿਆਂ 1997 ਤੋਂ ਸੰਘਰਸ਼ ਰੱਬਿਆ ਉਸ ਪਖੰਡ ਦੇ ਖਿਲਾਫ 20 ਸਾਲ ਹੀ ਸੰਘਰਸ਼ ਰੱਖੇ ਲੜਿਆ 97 ਤੋਂ 17 20 ਸਾਲ ਤੇ ਗੁਰੂ ਨੇ ਕਿਰਪਾ ਕੀਤੀ 20 ਸਾਲ ਦੀ ਅੰਦਰ ਤੱਕ 20 ਸਾਲ ਸੰਘਰਸ਼ ਲੜਿਆ 20 ਸਾਲ ਦੀ ਅੰਦਰ ਪਰ ਇਹ ਕਲਾ ਗੁਰੂ ਦੀ ਵਰਤੀ ਆ ਆਪਾਂ ਤੇ ਬਹਾਨੇ ਸੀ ਗੁਰੂ ਨੇ ਬਣਾਏ ਗੁਰਮੁਖ ਪਿਆਰੇ ਗੁਰੂ ਗੋਬਿੰਦ ਸਿੰਘ ਦੀ ਕਲਾ ਵਰਤੀ ਗੁਰੂ ਗੋਬਿੰਦ ਸਿੰਘ ਨੇ ਆ ਪੰਜਾਬ ਦੀ ਸਰ ਜ਼ਮੀਨ ਤੇ ਅਪਵਿੱਤਰ ਪੈਰ ਨਹੀਂ ਪੈਣ ਦਿੱਤੇ ਪਖੰਡੀ ਦੇ ਦੇਖੋ ਸਰਸੇ ਤੋਂ ਤੁਰਿਆ ਕਾਫਲਾ ਪੰਚਕੂਲੇ ਹਰਿਆਣੇ ਹਰਿਆਣੇ ਜੀ ਤੇ ਪੰਚਕੂਲੇ ਤੋਂ ਚੜਾਇਆ ਜਹਾਜ ਤੇ ਰੋਹਤਕ ਪਰੇ ਪਰੇ ਹੀ ਸਾਂਭਤਾ ਬਾਜਾਂ ਵਾਲੇ ਨੇ ਕਹਿੰਦਾ ਪੰਜਾਬ ਚ ਪੈਰ ਹੀ ਨਹੀਂ ਪਾਉਣ ਦੇਣਾ ਪਰੇ ਪਰੇ ਹੀ ਸਾਂਭਤਾ ਵੀ ਗੁੱਡੀ ਜਾ ਉੱਥੇ ਜੇਲ੍ਹ ਚ ਹੁਣ ਫੁਲਵਾੜੀਆਂ ਨੂੰ ਪਾਇਆ ਕਰ ਫੁੱਲਾਂ ਨੂੰ ਪਾਣੀ ਉੱਥੇ ਰੋਂਦਾ ਹੁਣ ਉੱਥੇ ਗੁਰਮੁਖ ਪਿਆਰਿਓ ਰੋਂਦਾ ਉੱਥੇ ਪੈਰੋਕਾਰਾਂ ਦੀ ਜਾਨ ਨੂੰ ਜਿਨ੍ਹਾਂ ਦੇ ਭੁਲੇਖੇ ਸੀ ਛਡਾ ਹੀ ਲੈਣਾ ਕਰੋੜਾਂ ਪੈਰੋਕਾਰ ਆ ਮੇਰੇ ਪਖੰਡ ਕਰੋੜਾਂ ਕਹੀ ਜਾਓ ਕੁਛ ਕਹੀ ਜਾਓ ਕਿਹੜੀ ਗਿਣਤੀ ਕੀਤੀ ਹੈ ਆ ਜਿੰਨੇ ਕੁ ਲਾਊਡ ਜੇ ਪਾਏ ਸੀ ਤੇ ਲਾਹ ਤੇ ਜਿਵੇਂ ਮੈਂ ਪਿੱਛੇ ਜੇ ਸੁਣਾਇਆ ਸੀ ਵੀ ਇੱਕ ਜੱਟ ਸੀਰੀ ਨੂੰ ਕਹਿੰਦਾ ਦੇਖ ਪਾਣੀ ਨੀ ਆ ਰਿਹਾ ਖਾਲੇ ਤੇ ਕੀ ਗੱਲ ਖਾ ਨਹਿਰ ਚੋਂ ਪਾਣੀ ਮੁੱਕ ਗਿਆ ਮੋਗੇ ਤੇ ਜਾਓ ਜਦੋਂ ਮੋਗੇ ਤੇ ਗਿਆ ਨਾ ਤੇ ਵਾਪਸ ਆ ਕੇ ਕਹਿੰਦਾ ਪਾਣੀ ਸਵਾਹ ਹੋਣਾ ਕਹਿੰਦਾ ਕਿਉਂ ਕਹਿੰਦਾ ਇਹ ਜਿੰਨੇ ਆ ਪ੍ਰੇਮੀਆਂ ਦੇ ਲੋਕਟ ਜੇ ਸੀ ਤੇ ਫੋਟੋਆਂ ਸਾਰੀਆਂ ਲਾਹ ਲਾ ਨਹਿਰ ਚ ਸਿੱਟਦੀਆਂ ਸਾਰੇ ਮੋਗੇ ਚ ਫਸੇ ਪਏ ਆ ਪਾਣੀ ਕਿੱਥੋਂ ਆਵੇ ਸਾਰੇ ਮੋਗੇ ਚ ਫਸੇ ਆ ਪਾਣੀ ਤੇ ਉਹਨਾਂ ਨੇ ਰੋਕਿਆ ਲਾ ਲਾ ਸਿੱਟਦੇ ਸਾਰੇ ਗਿਣਤੀਆਂ ਗੁਣਤੀਆਂ ਕਿਹੜੀਆਂ ਮੈਂ ਬੇਨਤੀ ਕਰ ਰਿਹਾ ਗੁਰਮੁਖ ਪਿਆਰਿਓ ਦੇਖੋ ਇੱਧਰ ਮਾੜੀ ਜੀ ਸਜ਼ਾ ਸੁਣਦੇ ਆ ਤੇ ਕਿਰਿਆ ਕਰਮ ਵਿੱਚ ਗੋਡਿਆਂ ਭਾਰ ਘੜੀਸ ਕੇ ਪੁਲਿਸ ਵਾਲੇ ਲਗਾਏ ਉੱਥੋਂ ਕੋਰਟ ਚੋਂ ਜਿਹੜੀ ਜੱਜ ਨੇ ਅਦਾਲਤ ਚ ਕੋਰਟ ਜੇਲ੍ਹ ਵਿੱਚ ਹੀ ਲਾਈ ਸੀ ਵੀ ਚੱਲ ਹਵਾਲਾਤ ਚ ਇੱਧਰ ਯੋਧੇ ਦੇਖੋ ਮੌਤ ਨੂੰ ਡਰਾਉਣ ਵਾਲੇ ਕਰਮ ਧਰਮ ਤੇ ਚੱਲਣ ਵਾਲੇ ਗੁਰੂ ਕੇ ਸਿੱਖ ਸਾਹਮਣੇ ਮੌਤ ਸੀ ਗੋਲੀਆਂ ਪਰ ਨਨਕਾਣਾ ਸਾਹਿਬ ਦੇ ਵਿਹੜੇ ਵਿੱਚ ਸਿੰਘ ਨਨਕਾਣੇ ਨੂੰ ਯਾਦ ਕਰਾਉਣ ਲਈ ਮੌਤ ਦਾ ਡਰ ਨਹੀਂ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਲੜੇ ਤੋਪਾਂ ਟੈਂਕਾਂ ਦੇ ਗੋਲੇ ਪਰ ਹੱਥ ਫੜੇ ਕਰਕੇ ਬਾਹਰ ਨਹੀਂ ਆਏ ਯੋਧਿਆਂ ਨੇ ਜਵਾਬ ਦਿੱਤਾ ਇਹ ਪਹਿਲੀ ਵਾਰ ਹੋਇਆ ਕਿ ਭਾਰਤ ਦੀ ਫੌਜ ਨੇ ਜਵਾਬ ਦਿੱਤਾ ਅਫਸਰਾਂ ਨੂੰ ਜਦੋਂ ਪਹਿਲੇ ਗੇੜੇ ਗਏ ਨਾ ਤੇ ਕੋਈ ਬਾਹਰ ਨਾ ਆਇਆ ਸਾਰੇ ਉੱਥੇ ਹੀ ਧਰ ਲਏ ਸਿੰਘਾਂ ਨੇ ਤੇ ਜਦੋਂ ਬਾਹਰ ਹਲਚਲ ਜੀ ਮੱਚੀ ਅਫਸਰ ਕਹਿੰਦੇ 10-10 ਲੱਖ ਰੁਪਈਆ ਜਿਹੜਾ ਅੰਦਰ ਸ਼ਹੀਦ ਹੋ ਗਿਆ ਫੌਜੀ 10 ਲੱਖ ਤੇ ਉਹਦੇ ਘਰਦਿਆਂ ਦੀ ਸਾਰੀ ਪਰਵਰਿਸ਼ ਨੌਕਰੀ ਵੀ ਦੇਵਾਂਗੇ ਤੇ ਜੇ ਬਚ ਕੇ ਆ ਗਿਆ ਮੋਰਚਾ ਫਤਿਹ ਹੋ ਗਿਆ ਫੀਤੀਆਂ ਲਾਵਾਂਗੇ ਤਰੱਕੀਆਂ ਕਰਾਂਗੇ ਤੇ ਜਿਹੜੇ ਇਧਰੋਂ ਲਿਆਂਦੇ ਸੀ ਗੁਰਮੁਖ ਪਿਆਰਿਓ ਉਹ ਪਤਾ ਕੀ ਆਂਦੇ ਅਫਸਰਾਂ ਨੂੰ ਉਹ ਕਹਿੰਦੇ ਜਦ ਆਪ ਹੀ ਮਰ ਗਏ ਤੋਂ ਫਿਰ ਇਨਾਮ ਤੋਂ ਫੀਤੀਆਂ ਕਿਆ ਕਰੇਂਗੇ ਨਾਲੇ ਆਪ ਕਾ ਤੋਂ ਪਤਾ ਨੀ ਆਪ ਲਗਾਏਂਗੇ ਕਿ ਨਹੀਂ ਉਹ ਬਾਬਾ ਭਿੰਡਰੀ ਵਾਲਾ ਤੇ ਕਹਿੰਦੇ ਅੰਦਰ ਵੜਦਿਆਂ ਦੀ ਫੀਤੀਆਂ ਲਾਈ ਜਾਂਦਾ ਉਹ ਭਿੰਡਰੀ ਵਾਲਾ ਭਿੰਡਰਾਂ ਵਾਲੇ ਨੂੰ ਉਹਨਾਂ ਦਾ ਆਪਣਾ ਲਫ਼ਜ਼ ਸੀਗਾ ਇੱਧਰ ਜਿਹੜੇ ਆਏ ਨਾ ਉਧਰੋਂ ਬਿਹਾਰ ਦੇ
ਉਹ ਬਾਜ ਨੂੰ ਚਿੜੀ ਦੱਸਦੇ ਕਹਿੰਦੇ ਪਹਿਲਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਚਿੜੀ ਵਾਲਾ ਗੁਰੂ ਜੀ ਉੱਥੋਂ ਨਾ ਉਹਨਾਂ ਨੇ ਮੁਗਲੋਂ ਕੀ ਬਹੁਤ ਆ ਜੋ ਜੰਗੇ ਲੜੀ ਔਰ ਮੁਗਲੋਂ ਕੇ ਪੈਰ ਪਛਾੜੇ ਕਹਿੰਦੇ ਤਬ ਉਹ ਚਿੜੀ ਵਾਲਾ ਬਾਬਾ ਭਿੰਡਰੀ ਵਾਲਾ ਬਾਬਾ ਉਹਨਾਂ ਨੂੰ ਕੀ ਪਤਾ ਭਿੰਡਰਾਂ ਵਾਲਾ ਕੀ ਪਿੰਡ ਦਾ ਨਾਂ ਆ ਸੰਤ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਪਿੰਡ ਸੀ ਤੇ ਜਿਹੜਾ ਫਿਰ ਉਦੋਂ ਬਾਅਦ ਦਮਦਮੀ ਟਕਸਾਲ ਦਾ ਮੁਖੀ ਬਣਿਆ ਭਿੰਡਰਾਂ ਲਫ਼ਜ਼ ਨਾਲ ਜੁੜ ਗਿਆ ਫਿਰ ਸੰਤ ਗੁਰਵਚਨ ਸਿੰਘ ਹੁਣਾਂ ਦੇ ਨਾਲ ਫਿਰ ਸੰਤ ਕਰਤਾਰ ਸਿੰਘ ਹੁਣਾਂ ਦੇ ਨਾਲ ਫਿਰ ਸੰਤ ਜਰਨੈਲ ਸਿੰਘ ਹੁਣਾਂ ਦੇ ਨਾਲ ਭਿੰਡਰਾਂ ਲਫ਼ਜ਼ ਜੁੜਿਆ ਬਾਬਾ ਠਾਕੁਰ ਸਿੰਘ ਦੀ ਮੈਂ ਗੱਲ ਕਰਿਆ ਤੁਹਾਨੂੰ ਤੇ ਇਲਾਕੇ ਨੂੰ ਮਾਣ ਇੱਥੇ ਦਰਸ਼ਨ ਹੋਏ ਮੈਨੂੰ ਸਿੰਘਾਂ ਨੇ ਦੱਸਿਆ ਕਹਿੰਦੇ ਜਦੋਂ ਦੇ ਉਹ ਇੱਥੇ ਇਸ ਇਲਾਕੇ ਚਰਨ ਪਾ ਕੇ ਇੱਥੇ ਕਥਾ ਕੀਰਤਨ ਕਰਕੇ ਬਾਬਾ ਠਾਕੁਰ ਸਿੰਘ ਇੰਨੀਆਂ ਲਹਿਰਾਂ ਵਹਿਰਾਂ ਨੇ ਕਿਆ ਇਸ ਵਾਲੀ ਸਮਾਗਮ ਹੋ ਜਾਂਦਾ ਉਦੋਂ ਬਾਅਦ ਬੜੀ ਕਿਰਪਾ ਬਾਬਾ ਠਾਕੁਰ ਸਿੰਘ ਦੀ ਤੁਸੀਂ ਸੰਗਤ ਕੀਤੀ ਆ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਸੱਚਖੰਡ ਵਾਸੀ ਮਹਾਂਪੁਰਖ ਜਿਨ੍ਹਾਂ ਕੋਲੇ ਦਾਸ ਨੂੰ ਵੀ ਸਾਲਾਂ ਬੱਧੀ ਰਹਿਣ ਦਾ ਸਮਾਂ ਪ੍ਰਾਪਤ ਹੋਇਆ ਗੁਰੂ ਨੇ ਕਿਰਪਾ ਕੀਤੀ ਦਮਦਮੀ ਟਕਸਾਲ ਵਿੱਚ ਤੇ ਬਾਬਾ ਠਾਕੁਰ ਸਿੰਘ ਦੀ ਰਹਿਨੁਮਾਈ ਅਗਵਾਈ ਵਿੱਚ ਤੇ ਉਹਨਾਂ ਦੀ ਕਿਰਪਾ ਸਦਕਾ ਹੀ ਆ ਤੁਹਾਡੇ ਚਰਨਾਂ ਚ ਗੁਰਮੁਖ ਪਿਆਰਿਓ ਜੋ ਉਹਨਾਂ ਨੇ ਗੁਰਬਾਣੀ ਗੁਰਮਤ ਦੇ ਵਚਨ ਉਹਨਾਂ ਦੀ ਸੇਵਾ ਉਹਨਾਂ ਦੇ ਮੁਖੀ ਹੁੰਦਿਆਂ ਉੱਥੇ ਹਾਜ਼ਰ ਰਹਿ ਕੇ ਸਿੱਖਿਆ ਤੁਹਾਡੇ ਚਰਨਾਂ ਚ ਬੇਨਤੀਆਂ ਕਰੀ ਦੀਆਂ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਆਓ ਮੈਂ ਵਿਸਤਾਰ ਵਿੱਚ ਨਾ ਜਾਵਾਂ ਸਮਾਂ ਇਜਾਜ਼ਤ ਨਹੀਂ ਦਿੰਦਾ ਪਰ ਅੱਜ ਪਹਿਲੇ ਦੀਵਾਨਾਂ ਦੀ ਥੋੜੀ ਕਸਰ ਸਮਾਂ ਵੱਧ ਵੀ ਕਿਉਂਕਿ ਪਹਿਲੇ ਦਿਨ ਮੈਂ ਆ ਨਹੀਂ ਸਕਿਆ ਸਿਹਤ ਜ਼ਿਆਦਾ ਢਿੱਲੀ ਸੀ ਆਉਣਾ ਵੀ ਚਾਹਿਆ ਜਲੰਧਰ ਤੋਂ ਮੁੜਿਆ ਵਾਪਸ ਔਰ ਦੂਸਰੇ ਦਿਨ ਕੱਲ ਵੀ ਹਾਜ਼ਰੀ ਨਹੀਂ ਭਰ ਸਕਿਆ ਚੰਗੀ ਤਰ੍ਹਾਂ ਅੱਜ ਵੀ ਭਾਵੇਂ ਸਿਹਤ ਪੂਰੀ ਠੀਕ ਨਹੀਂ ਆ ਪਰ ਗੁਰੂ ਕਿਰਪਾ ਕਰੇ 2 ਘੰਟਿਆਂ ਦੀ ਹਾਜ਼ਰੀ ਤਾਂ ਲੱਗ ਜਾਵੇ ਤੁਹਾਡੇ ਚਰਨਾਂ ਚ ਬੜੇ ਪਿਆਰ ਨਾਲ ਸੰਗਤਾਂ ਬੈਠੀਆਂ ਨੇ ਦੀਵਾਨ ਸੱਜਦੇ ਗੁਰਮੁਖ ਪਿਆਰੇ ਇਲਾਕੇ ਚ ਕਈ ਜਗ੍ਹਾ ਤੇ ਦੀਵਾਨਾਂ ਦੀ ਹਾਜ਼ਰੀ ਭਰੀ ਆ ਲਾਲੜੂ ਅਨਾਜ ਮੰਡੀ ਚ ਔਰ ਇਸੇ ਤਰ੍ਹਾਂ ਮਠਿਆੜਾ ਨਗਰ ਹੈ ਗੁਰਮੁਖ ਪਿਆਰੇ ਸੰਭੂ ਇਧਰ ਨੇੜੇ ਹੀ ਪੈ ਜਾਂਦੇ ਨਗਰ ਇਬਰਾਹੀਮਪੁਰ ਉਦੋਂ ਬਾਰਿਸ਼ ਹੋ ਗਈ ਸੀ ਵੈਸੇ ਇੱਕ ਦੀਵਾਨ ਤਾਂ ਮੈਂ ਸਜਾ ਗਿਆ ਸੀ ਦੂਸਰੇ ਦਿਨ ਵੀ ਪਹੁੰਚ ਗਿਆ ਬਾਰਿਸ਼ ਬੜੀ ਭਾਰੀ ਹੋਈ ਤੀਸਰਾ ਦੀਵਾਨ ਕੈਂਸਲ ਕਰਨਾ ਪਿਆ ਪਰ ਅੱਜ ਗੁਰੂ ਨੇ ਕਿਰਪਾ ਕੀਤੀ ਆ ਤੁਹਾਡੇ ਚਰਨਾਂ ਚ ਇੱਥੇ ਹਾਜ਼ਰ ਹੋਏ ਨਦੀ ਨਾਮ ਸੰਜੋਗੀ ਮੇਲੇ ਫਿਰ ਪਤਾ ਨੀ ਕਦੋਂ ਸਮਾਂ ਬਣਨਾ ਤੇ ਅੱਜ ਹਾਜ਼ਰੀ ਤੁਹਾਡੇ ਚਰਨਾਂ ਚ ਥੋੜਾ ਸਮਾਂ ਹੋਰ ਭੜ ਕੇ ਮੈਂ ਸਮਾਪਤੀ ਕਰ ਦੇਣੀ ਆਓ ਉਹਨਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਕਿ ਦੇਖੋ ਜੋਧੇ ਮਰ ਜੀਵੜੇ ਗੁਰੂ ਕੇ ਪਿਆਰੇ ਨਾ ਮੌਤ ਤੋਂ ਡਰੇ ਨਾ ਮੁਗਲਾਂ ਤੋਂ ਬਥੇਰਾ ਸਾਨੂੰ ਮਾਰਿਆ ਦੁਸ਼ਮਣਾਂ ਨੇ ਸਾਨੂੰ ਖਤਮ ਕਰਨਾ ਸਾਡੀ ਪਛਾਣ ਨੂੰ ਸਾਡੀ ਹੋਂਦ ਹਸਤੀ ਨੂੰ ਖਤਮ ਕਰਨਾ ਚਾਹਿਆ ਪਰ ਗੁਰੂ ਕੇ ਸਿੱਖਾਂ ਲਲਕਾਰ ਕੇ ਆਖਿਆ ਨਾ ਅਸੀਂ ਡਰਦੇ ਆ ਨਾ ਮਰਦੇ ਨਾ ਮਾਰ ਕੇ ਮੁਕਾ ਸਕਦੇ ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਪਰਮਾਤਮਾ ਦੀ ਮੌਜ ਪ੍ਰਗਟਿਆ ਖਾਲਸਾ ਨੂੰ ਕੌਣ ਮਾਰ ਕੇ ਮੁਕਾ ਸਕਦਾ ਜ਼ਾਲਮਾਂ ਨੂੰ ਵੰਗਾਰ ਕੇ ਆਖਿਆ ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਆ ਤੱਤੀ ਤਵੀ ਤੇ ਬੈਠ ਕੇ ਸੀਸ ਗਾਈਏ ਤੇ ਆਰੇ ਹੇਠ ਵੀ ਜ਼ਿੰਦਗੀ ਮਾਣਦੇ ਆ ਵੰਗਾਰ ਕੇ ਆਖਿਆ ਅਸੀਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਸਾਨੂੰ ਅੰਗਰੇਜ਼ਾਂ ਨੇ ਮਾਰਿਆ ਸਾਨੂੰ ਮੁਗਲਾਂ ਨੇ ਮਾਰਿਆ ਸਾਨੂੰ ਮੌਜੂਦਾ ਦਿੱਲੀ ਨੇ ਬੜਾ ਮਾਰਿਆ ਬੜਾ ਜ਼ੋਰ ਲਾਇਆ ਪੰਜਾਬ ਚ ਜੋ ਕਤਲੇਆਮ ਝੂਠੇ ਮੁਕਾਬਲੇ ਇੱਥੇ ਬੇਅੰਤਾ ਬੁੱਚੜ ਕੇ ਪੀ ਗਿੱਲ ਕਿੰਨਾ ਕੁਝ ਇੱਥੇ ਵਰਤਾਰਾ ਵਰਤਿਆ ਅੱਜ ਵੀ ਉਹਨਾਂ ਦੇ ਹੱਥ ਠੋਕੇ ਗੁਰਮੁਖ ਪਿਆਰੇ ਸਿੱਖਾਂ ਦੇ ਕਤਲੇਆਮ ਤਸ਼ੱਦਦ ਕਰਦੇ ਜਿਹੜੇ ਦਿੱਲੀ ਦੇ ਥਾਪੇ ਸੂਬੇਦਾਰ ਪਰ ਗੁਰੂ ਕੇ ਸਿੱਖਾਂ ਵੰਗਾਰ ਕੇ ਹਮੇਸ਼ਾ ਜ਼ਾਲਮਾਂ ਨੂੰ ਕੀ ਹੋਕਾ ਦਿੱਤਾ ਕੀ ਆਵਾਜ਼ ਦਿੱਤੀ ਪੜ ਵੀ ਲਿਓ ਪਿਆਰ ਵਿੱਚ ਸਾਰੇ ਉਹ ਭਾਵੇਂ ਮਾਰ ਮਾਰ ਜਾਲ ਮਾਮਗਾਲ ਸਿੰਘਾਨੀ ਉਹ ਮਾਰ ਮਾਰ ਜਾਲ ਮਾਮਗਾਲ ਸਿਕਾਰੀ ਮੁਕਾਇਆ ਮੁਕੁਰਾ।
ਪਰ ਅਸੀਂ ਗੁਰਮੁਖ ਪਿਆਰਿਓ ਮਰੇ ਨਹੀਂ ਮੁੱਕੇ ਨਹੀਂ ਮਕਾ ਨਹੀਂ ਸਕੇ ਪਰ ਮੈਂ ਬੇਨਤੀ ਕਰਾਂ ਜ਼ਾਲਮਾਂ ਦੀਆਂ ਫਾਂਸੀਆਂ ਉੱਬਲਦੀਆਂ ਦੇਗਾਂ ਟੋਕੀਆਂ ਆਰਿਆਂ ਤੁਹਾੜਿਆਂ ਨਾਲ ਅਸੀਂ ਮਰੇ ਨਹੀਂ ਪਰ ਹੁਣ ਸਾਡੇ ਮਾਈ ਭਾਈ ਮਨਮਤ ਦੇ ਵਹਿਣ ਵਿੱਚ ਮਰਦੇ ਜਾ ਰਹੇ ਕੋਈ ਮੜੀਆਂ ਤੇ ਦੀਵੇ ਬਾਲਦਾ ਕੋਈ ਕਬਰਾਂ ਤੇ ਚਾਦਰਾਂ ਚੜਾਉਂਦਾ ਕੋਈ ਪਖੰਡੀਆਂ ਤੋਂ ਕੰਨਾਂ ਚ ਫੂਕਾਂ ਕੰਨਾਂ ਬਾਟੀ ਕੁਰ ਤੂੰ ਮੇਰਾ ਚੇਲਾ ਮੈਂ ਤੇਰਾ ਕੁਰ ਆ ਵਾਲ ਖਰੀਦਣ ਵਾਲੇ ਪਿੰਡਾਂ ਚ ਤੁਰੇ ਫਿਰਦੇ ਨਾ ਸਿੱਖ ਕੇਸ ਗੁਰੂ ਦੀ ਮੋਹਰ ਆ ਤੇ ਉਹ ਖਰੀਦਣ ਵਾਲੇ ਕਿਉਂ ਆਏ ਕਿਉਂਕਿ ਵੇਚਣ ਵਾਲੇ ਆ ਪਿੰਡਾਂ ਚੋਂ ਵੇਚੀ ਜਾਂਦੇ ਵਾਲ ਕੇਸ ਵੇਚਣ ਵਾਲੇ ਤੇ ਗਾਂ ਖਰੀਦਣ ਵਾਲੇ ਦੇਖੋ ਕਿੱਡੀ ਮਾਨ ਮਤ ਆ ਸਾਨੂੰ ਸਤਿਗੁਰ ਨੇ ਆਖਿਆ ਕੇਸ ਗੁਰੂ ਕੀ ਮੋਹਰ ਤੇ ਹੁਣ ਕਰੀਏ ਕਿ ਬੇੜਾ ਗਰਕ ਦੇ ਆਗੂਆਂ ਨੇ ਕੀਤਾ ਪ੍ਰਧਾਨ ਬਣਾਤੀ ਇਸਤਰੀ ਅਕਾਲੀ ਦਲ ਦੀ ਜਦੋਂ ਐਸਟੀਪੀਸੀ ਦੀ ਪ੍ਰਧਾਨ ਬਣਾਈ ਉਦੋਂ ਦੀ ਫੋਟੋ ਦੇਖ ਲਓ ਥੋੜੇ ਜੇ ਦਾੜੇ ਦੇ ਵਾਲ ਵੀ ਆ ਤੇ ਚਿਹਰੇ ਤੇ ਵਾਲ ਵੀ ਆ ਤੇ ਜਦੋਂ ਪ੍ਰਧਾਨਗੀ ਤੋਂ ਬਾਅਦ ਮੂੰਹ ਹੀ ਸਫਾ ਚੱਟ ਵਾਲ ਹੀ ਸਾਰੇ ਖਤਮ ਕਰਤੇ ਦੱਸੋ ਜਦੋਂ ਸਾਡੇ ਪ੍ਰਧਾਨ ਜਿਹੜੀ ਪੰਥ ਦੇ ਆਗੂ ਉਹ ਸਿਰਾਂ ਮੂੰਹਾਂ ਦੇ ਉੱਤੇ ਆਹ ਕੁਛ ਕਰਨਗੇ ਫਿਰ ਆਮ ਦਾ ਕੀ ਸਾਡੀਆਂ ਬੀਬੀਆਂ ਤੇ ਫਿਰ ਬਿਊਟੀ ਪਾਰਲਰ ਜਾਣਗੀਆਂ ਇਹ ਬਿਊਟੀ ਪਾਰਲਰ ਤੁਹਾਡੇ ਲਈ ਨੀ ਬਣੇ ਮੈਂ ਬੀਬੀ ਉਹ ਬੇਨਤੀ ਕਰਾਂ ਨਾਲੇ ਜਿਹੜੇ ਗਰਕੇ ਹੋਏ ਆ ਨਾ ਉਹਨਾਂ ਦੇ ਜੀਵਨ ਨੂੰ ਪ੍ਰੇਰਣਾ ਨਾ ਬਣਾਓ ਜਿਹੜੇ ਚੜ੍ਹਦੀ ਕਲਾ ਵਾਲੇ ਮਾਈ ਭਾਈ ਆ ਨਾ ਉਹਨਾਂ ਨੂੰ ਆਪਣੇ ਰੋਲ ਮਾਡਲ ਬਣਾਓ ਭਾਈ ਤਾਰੂ ਸਿੰਘ ਨੂੰ ਬਣਾਓ ਰੋਲ ਮਾਡਲ ਆਪਣਾ ਜਿਹਨੇ ਖੋਪੜਾ ਲੁਹਾਤਾ ਕੇਸ ਨੀ ਲੈਣ ਦਿੱਤੇ ਇਹੋ ਜਿਹੇ ਆਗੂਆਂ ਨੂੰ ਨਾ ਬਣਾਓ ਫਿਲਮੀ ਐਕਟਰਾਂ ਨੂੰ ਨਾ ਬਣਾਓ ਇਹ ਤੇ ਨਕਲੀ ਹੀਰੋ ਆ ਆ ਨੌਜਵਾਨਾਂ ਨੂੰ ਬੇਨਤੀ ਆ ਖਾਸ ਕਰਕੇ ਆ ਜਿਹਨਾਂ ਨੂੰ ਤੁਸੀਂ ਕਹਿੰਦੇ ਅਮਿਤਾਭ ਬੱਚਨ ਧਰਮਿੰਦਰ ਫਲਾਣਾ ਬੜਾ ਹੀਰੋ ਵੀ ਬੜਾ ਲੜਾਈ ਕਰਦਾ ਹੈ ਤੇ ਬੜਾ ਇਹ ਤੇ ਮਾਰ ਹੀ ਨੀ ਖਾਂਦਾ ਕਿਸੇ ਤੋਂ ਇਹ ਐਵੇਂ ਫਿਲਮੀ ਡਰਾਮੇਬਾਜ਼ ਆ ਫਿਲਮਾਂ ਚ ਹੀ ਆ ਸਾਰਾ ਕੁਝ ਓਦਾਂ ਕਿਤੇ ਦੇਖੋ ਆਏ ਸੀ ਨਾ ਸਮੁੰਦਰ ਚ ਟੱਪ ਕੇ ਸਾਡੇ ਦੇਸ਼ ਦੇ ਦੁਸ਼ਮਣ ਬੰਬੇ ਚ ਦਾਖਲ ਹੋਏ ਉੱਥੇ ਹੀ ਇਹਨਾਂ ਦੇ ਬੰਗਲੇ ਜੇ ਸੀ ਨੇੜੇ ਹੀ ਤਾਜ ਦੇ ਤੇ ਜਦੋਂ ਉਹਨਾਂ ਚਾਰ ਕੁ ਪਟਾਕੇ ਜੇ ਪਾਏ ਨਾ ਤੇ ਅਮਿਤਾਭ ਬੱਚਨ ਵਰਗੇ ਗੁਰਮੁਖ ਪਿਆਰੇ ਇਹਨਾਂ ਕੁੰਡੇ ਲਾ ਲਏ ਅੰਦਰੋਂ ਬੰਗਲਿਆਂ ਦੇ ਕੰਬਦੇ ਰਜਾਈਆਂ ਦੇ ਤਹਿ ਥੱਲੋਂ ਨੀ ਨਿਕਲੇ ਇੰਟਰਵਿਊ ਛਪੀ ਉਹਦੀ ਅਮਿਤਾਭ ਬੱਚਨ ਦੀ ਕਹਿੰਦਾ ਕਿ ਜਿੱਦਣ ਦੇ ਕਸਾਬ ਹੋਣੀ ਆਏ ਕਹਿੰਦਾ ਡਰ ਜਿਹਾ ਲੱਗਣ ਲੱਗ ਗਿਆ ਮੈਂ ਤੇ ਪਿਸਟਲ ਸਰਾਣੇ ਰੱਖ ਕੇ ਸੌਨਾ ਉਦਣ ਦਾ ਡਰ ਲੱਗਦਾ ਫਿਲਮਾਂ ਚ ਪੰਜਾਹ ਪੰਜਾਹ ਸੌ ਸੌ ਨੂੰ ਅੱਗੇ ਲਾਈ ਫਿਰਨਗੇ ਇਹਨਾਂ ਨੂੰ ਰੋਲ ਮਾਡਲ ਬਣਾ ਲਿਆ ਤੁਸੀਂ ਕਿਸੇ ਵੀ ਟੁੱਟੀ ਜੀ ਫਿਲਮ ਦਾ ਹੀਰੋ ਕੱਢ ਕੇ ਦੇਖ ਲਓ ਸੌ ਨੂੰ ਮੂਹਰੇ ਲਾਈ ਫਿਰਦਾ ਤੇ ਤੁਸੀਂ ਕਹਿੰਦੇ ਬੜਾ ਹੀਰੋ ਇਹ ਤੇ ਸਾਡਾ ਰੋਲ ਮਾਡਲ ਇਹ ਨਕਲੀ ਹੀਰੋ ਆ
हीरो सन साडे देश दे ओ फौजी जवान जेड़े फिर जहाज राही हैलीकाप्टर रस्से लैके हेठां उतरे ते जिन्हां ने कसाब ते उहदे साथियां नूं उत्थे गुरमुख प्यारे मार मकाया ओ सी असल हीरो ਉਹ ਸਾਡੇ ਫੌਜੀ ਜਵਾਨ ਉਹ ਅਸਲ ਹੀਰੋ ਸਾਡੇ ਹੀਰੋ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਭਾਈ ਸੁਖਾ ਭਾਈ ਜਿੰਦਾ ਸਾਡੇ ਹੀਰੋ ਇਹ ਆ ਜ਼ਿੰਦਗੀ ਦੇ ਨਕਲੀ ਹੀਰੋ ਹੀਰੋ ਨਾ ਬਣਾਓ ਨਕਲੀ ਆਗੂਆਂ ਨੂੰ ਆਪਣੇ ਰੋਲ ਮਾਡਲ ਨਾ ਬਣਾਓ ਤਿਆਰ ਪਰ ਤਿਆਰ ਜਿਹੜੇ ਗੁਰਸਿੱਖ ਆ ਉਹਨਾਂ ਨੂੰ ਜਿਹਨਾਂ ਸਿੱਖੀ ਸਿਦਕ ਨਿਭਾਇਆ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਉਹ ਸਾਡੇ ਰੋਲ ਮਾਡਲ ਆ ਉਹ ਸਾਡਾ ਮਾਰ ਅਸੀਂ ਤੇ ਮਾੜਾ ਜਿਹਾ ਕੋਈ ਵਾਜਾ ਚੰਗਾ ਵਜਾਉਣ ਲੱਗ ਜੇ ਮਾੜਾ ਜਿਹਾ ਮੇਰੇ ਗੱਲਾਂ ਚੰਗੀਆਂ ਕਰਨ ਲੱਗੇ ਆਹ ਬਸ ਨਹੀਂ ਨਹੀਂ ਗੁਰਮੁਖ ਪਿਆਰੇ ਪਤਾ ਨੀ ਕਿੱਥੇ ਜਾ ਕੇ ਜ਼ਿੰਦਗੀ ਤਿਲਕਣ ਬਾਜੀ ਕਿੱਥੇ ਡਿੱਗਣਾ ਤੇ ਗੁਰਮੁਖ ਪਿਆਰਿਓ ਗੁਰੂ ਨੂੰ ਆਪਾਂ ਸਿੰਘਾਂ ਸ਼ਹੀਦਾਂ ਸੰਤ ਮਹਾਂਪੁਰਸ਼ ਜਿਹੜੇ ਪ੍ਰਵਾਨ ਹੋਏ ਉਹਨਾਂ ਨੂੰ ਰੋਲ ਮਾਡਲ ਬਣਾਓ ਅਸੀਂ ਤੇ ਵਿਚਾਰ ਕਰਦੇ ਤੁਹਾਡੇ ਚਰਨਾਂ ਚ ਸਾਰਿਆਂ ਨੂੰ ਸੁਣੋ ਜਿੰਨੇ ਸੰਤ ਮਹਾਂਪੁਰ ਕਥਾ ਕੀਰਤਨੀਏ ਪ੍ਰਚਾਰਕ ਆਉਂਦੇ ਆ ਪਰ ਜੁੜੋ ਗੁਰੂ ਗ੍ਰੰਥ ਸਾਹਿਬ ਨਾਲ ਸਰੀਰਾਂ ਨਾਲ ਨਾ ਜੁੜੋ ਸਾਡੇ ਨਾਲ ਨਾ ਜੁੜੋ ਗੁਰੂ ਨਾਲ ਜੁੜੋ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਰੋਲ ਮਾਡਲ ਬਣਾਓ ਇੱਥੇ ਤੇ ਪਤਾ ਨੀ ਅੱਜ ਗੁਰਮੁਖ ਪਿਆਰੇ ਅਰਦਾਸ ਕਰੇ ਕੱਲ ਨੂੰ ਹੱਥ ਖੜੇ ਕਰਕੇ ਭੱਜ ਜੇ ਮੁੜ ਕਿੱਥੇ ਆਏ ਹੀ ਨਾ ਇੱਥੇ ਤਾਂ ਕੋਈ ਪਤਾ ਨੀ ਗੁਰਮੁਖ ਪਿਆਰੇ ਇਸ ਵਕਤ ਦੇ ਵਰਤਾਰੇ ਚ ਕੀ ਹੋਣਾ ਤੇ ਥਾਂ ਥਾਂ ਨਾ ਭਟਕੋ ਮੜੀਆਂ ਕਬਰਾਂ ਤੇ ਨਾ ਭਟਕੋ ਥਾਂ ਥਾਂ ਵੀ ਮੜੀ ਤੇ ਵੀ ਦੀਵਾ ਬਾਲ ਲਿਆ ਜੰਡ ਨੂੰ ਵੀ ਸੰਧੂਰ ਭੁੱਕ ਲਿਆ ਕਿੱਕਰ ਨੂੰ ਵੀ ਮੌਲੀ ਦਾ ਧਾਗਾ ਬੰਨਤਾ ਪੀਰ ਦੇ ਵੀ ਜਾ ਕੇ ਦਲੀਆ ਚੜਾਤਾ ਤੇ ਕਬਰ ਤੇ ਵੀ ਚਾਦਰ ਪਾਤੀ ਤੇ ਗੁਰਦੁਆਰੇ ਵੀ ਮੱਥਾ ਟੇਕ ਲਿਆ ਥਾਂ ਥਾਂ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿੰਦਾ ਮੁਸਲਮਾਨ ਮੁਸਲਮਾਨ ਬਣੇ ਈਸਾਈ ਈਸਾਈ ਬਣੇ ਬ੍ਰਾਹਮਣ ਆਪਣੇ ਧਰਮ ਚ ਪੱਕਾ ਆਪਾਂ ਸਿੱਖ ਹਾਂ ਤੇ ਗੁਰੂ ਕੇ ਸਿੱਖ ਬਣੀਏ ਸਾਬਤ ਸੂਰਤ ਅੰਮ੍ਰਿਤ ਧਾਰੀ ਖੰਡੇ ਬਾਟੇ ਦਾ ਅਮਰ ਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਜਿਹੜਾ ਥਾਂ ਥਾਂ ਫਿਰਦਾ ਨਾ ਉਹਦੀ ਕੋਈ ਬਾਤ ਨੀ ਪੁੱਛਦਾ ਇੱਕ ਮਾਲੀ ਨੇ ਬਾਗ ਬਗੀਚੀ ਲਾਈ ਬੜੇ ਪਿਆਰ ਨਾਲ ਫੁੱਲ ਪਾਲੇ ਕੀ ਵੇਖਦਾ ਭੌਰਾ ਆਉਂਦਾ ਫੁੱਲਾਂ ਤੇ ਵਹਿੰਦਾ ਸੁਗੰਧੀ ਲੈਂਦਾ ਬੜੇ ਗਹੁ ਨਾਲ ਵੇਖਿਆ ਮਾਲੀ ਨੇ ਉਹ ਗੇਂਦੇ ਤੇ ਬੈਠੇ ਆ ਗੁਲਾਬ ਤੇ ਬੈਠੇ ਆ ਸਾਰੇ ਫੁੱਲਾਂ ਤੇ ਬੈਠੇ ਆ ਪਰ ਚਮੇਲੀ ਦੇ ਫੁੱਲ ਤੇ ਨੀ ਬੈਠੇ ਆ ਚੰਪਾ ਚਮੇਲੀ ਦਾ ਫੁੱਲ ਉਹਦੇ ਕੋਲੇ ਜਾ ਕੇ ਫਿਰ ਮਾਲੀ ਬੜੇ ਹੈਰਾਨਗੀ ਨਾਲ ਉਹਨੂੰ ਪੁੱਛਦਾ ਕਹਿੰਦਾ ਉਹ ਚਮੇਲੀ ਦੇ ਫੁੱਲਾ ਕਵੀ ਨੇ ਕਲਪਨਾ ਕੀਤੀ ਕਹਿੰਦਾ ਤੇਰਾ ਰੰਗ ਬੜਾ ਸੋਹਣਾ ਚਿੱਟਾ ਸਫੈਦ ਤੇਰੀ ਸੁਗੰਧੀ ਬੜੀ ਸੋਹਣੀ ਹੈ ਪਰਮਾਤਮਾ ਨੇ ਤੇਰੇ ਤੇ ਕਿਰਪਾ ਕੀਤੀ ਤੈਨੂੰ ਰੂਪ ਚੰਗਾ ਦਿੱਤਾ ਰੰਗ ਚੰਗਾ ਦਿੱਤਾ ਵਾਸ਼ਨਾ ਚੰਗੀ ਦਿੱਤੀ ਆ ਪਰ ਇਹੋ ਜਿਹਾ ਕਿਹੜਾ ਔਗਣ ਪੈਦਾ ਹੋ ਗਿਆ ਤੇਰੇ ਚ ਕਿ ਭਵਰਾ ਸਾਰੇ ਫੁੱਲਾਂ ਦੀ ਸੁਗੰਧੀ ਲੈਂਦਾ ਗੁੰਜਾਰ ਪਾਉਂਦਾ ਭੋਰਾ ਫੁੱਲਾਂ ਤੇ ਪਰ ਤੇਰੇ ਤੇ ਬਹਿੰਦਾ ਹੀ ਨਹੀਂ ਆ ਮਾਲੀ ਨੇ ਪੁੱਛਿਆ ਫੁੱਲ ਨੂੰ ਕਹਿੰਦਾ ਚਮੇਲੀ ਨੂੰ ਕਹਿੰਦਾ ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਵਾਸ ਤਿੰਨ ਗੁਣ ਨੇ ਤੇਰੇ ਚ ਰੂਪ ਰੰਗ ਵਾਸ਼ਨਾ ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਵਾਸ ਕਿਆ ਅਵਗਣ ਤੁਝ ਮੈਂ ਭਇਓ ਭਵਰ ਨਾ ਬੈਠਤ ਪਾਸ ਭਰਾਵਾ ਉਗਣ ਕਿਹੜਾ ਪੈਦਾ ਕਰ ਲਿਆ ਈ ਕਿ ਭਵਰਾ ਆਉਂਦਾ ਹੀ ਨੀ ਕਿਆ ਅਵਗਣ ਤੁਝ ਮੈਂ ਭਇਓ ਭਵਰ ਨਾ ਬੈਠਤ ਪਾਸ ਕਹਿੰਦੇ ਚਮੇਲੀ ਦਾ ਫੁੱਲ ਹੱਸਿਆ ਤੇ ਅੱਗੋਂ ਪੁੱਛਿਆ ਜਵਾਬ ਕੀ ਦਿੱਤਾ ਉਹਨੇ ਪੁੱਛਣ ਤੇ ਜਵਾਬ ਮਾਲੀ ਨੂੰ ਕਹਿੰਦਾ ਭਰਾਵਾ ਮੈਨੂੰ ਨਾ ਸਵਾਲ ਕਰ ਇਹ ਸਵਾਲ ਮੈਨੂੰ ਨੀ ਬਣਦਾ ਭੌਰੇ ਨੂੰ ਪੁੱਛ ਉਹਨੂੰ ਪੁੱਛ ਵੀ ਉਹ ਬਹਿੰਦਾ ਨਹੀਂ ਕਿ ਮੈਂ ਬਹਿਣ ਨਹੀਂ ਦਿੰਦਾ ਬੜਾ ਹੈਰਾਨ ਹੋਇਆ ਮਾਲੀ ਕਹਿੰਦਾ ਇਹ ਕੀ ਗੱਲ ਕਹਿੰਦਾ ਉਹਨੂੰ ਪੁੱਛ ਉਹ ਬਹਿੰਦਾ ਨੀ ਕਿ ਮੈਂ ਬਹਿਣ ਨੀ ਦਿੰਦਾ ਸੱਚ ਆਖਿਆ ਤੂੰ ਸੱਜਣਾ ਸਾਜਣ ਮੁਝ ਮੈਂ ਤੀਨ ਗੁਣ ਪਰਮਾਤਮਾ ਦੀ ਅੱਲਾ ਦੀ ਖੁਦਾ ਦੀ ਮੇਰੇ ਤੇ ਕਿਰਪਾ ਮੈਨੂੰ ਰੂਪ ਰੰਗ ਵਾਸ਼ਨਾ ਬੜੀ ਸੋਹਣੀ ਦਿੱਤੀ ਆ ਕਹਿੰਦਾ ਸਾਜਣ ਮੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ ਪਰ ਸੱਜਣਾ ਜਗ੍ਹਾ ਜਗ੍ਹਾ ਕੇ ਮੀਤ ਕੋ ਕੌਣ ਬਿਠਾਵੇ ਪਾਸ ਗੱਜ ਕੇ ਆਖੋ ਸਤਨਾ ਕਹਿੰਦਾ ਜਿਹੜਾ ਥਾਂ ਥਾਂ ਦਾ ਮਿੱਤਰ ਉਹਨੂੰ ਕੌਣ ਆਪਣੇ ਤੇ ਬਿਠਾਵੇ ਤੇ ਜਿਹੜੇ ਆਪਾਂ ਥਾਂ ਥਾਂ ਦੇ ਪੁਜਾਰੀ ਬਣੀ ਜਾਂਦੇ ਕੌਣ ਗੁਰੂ ਕਿਹੜਾ ਗੁਰੂ ਸਾਨੂੰ ਆਪਣੇ ਕੋਲੇ ਭਾਉ ਗੁਰੂ ਨਾਨਕ ਦਾ ਦਰਗਾਹ ਚ ਪਹਿਰਾ ਗੁਰੂ ਨਾਨਕ ਨੇ ਦਰਗਾਹ ਚ ਨਹੀਂ ਜੇ ਵੜਨ ਦੇਣਾ ਜਿਹੜੇ ਥਾਂ ਥਾਂ ਭਟਕਦੇ ਫਿਰਦੇ ਜੇ ਗੁਰਮੁਖ ਪਿਆਰੇ ਗੁਰੂ ਨਾਨਕ ਦੇ ਬਣ ਜਾਈਏ ਕਲਯੁਗ ਪ੍ਰਮਾਣ ਨਾਨਕ ਗੁਰੂ ਸਮੇਂ ਸਮੇਂ ਅਵਤਾਰ ਆਏ ਸਤਯੁਗ ਚ ਤ੍ਰੇਤੇ ਚ ਦੁਆਪਰ ਕਲਯੁਗ ਚ ਗੁਰੂ ਨਾਨਕ ਦਾ ਦਾਇਰਾ ਵਾ ਗੁਰੂ ਨਾਨਕ ਦੇ ਬਣ ਜਾਈਏ ਗੁਰੂ ਨਾਨਕ ਨੇ ਦਰਗਾਹ ਚ ਨਹੀਂ ਬਣ ਦੇਣਾ ਭੱਟਾਂ ਦੇ ਸਵਈਏ ਪੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਤਯੁਗ ਤੈ ਮਾਣਿਓ ਛਲਿਓ ਬਲ ਬਾਵਣ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ
द्वापर कृष्ण मुरार कंस करतार्थ कियो उग्र सैन को राज भय भगत है जन दियो कलयुग प्रमाण नानक गुर अंगद अमर कहायो श्री गुरु राज अवचले अटल तै आदि पुरख फरमायो आखिया जिस तरह पहले युगां च अवतार हो इस तरह गुरु नानक दा पहरा कलयुग दे अंदर आप नारायण कला धार जग में परवरयो ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ ਗੁਰਮੁਖੋ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਕਲ ਯੁਗ ਚ ਗੁਰੂ ਨਾਨਕ ਦਾ ਪਹਿਰਾ ਦਸ ਪਾਤਸ਼ਾਹੀਆਂ ਚੋ ਜੋਤ ਵਰਤ ਕੇ ਅੱਜ ਗੁਰੂ ਗ੍ਰੰਥ ਸਾਹਿਬ ਚ ਸਵਾਇਮਾਨ ਤੇ ਸਾਨੂੰ ਹੁਕਮ ਕਰ ਦਿੱਤਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਹੈ ਖੋਜ ਸ਼ਬਦ ਮੈਂ ਲੈ ਆਓ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਨਹੀਂ ਤੇ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਵੀ ਜੰਡ ਨੂੰ ਵੀ ਮੌਲੀ ਦਾ ਧਾਗਾ ਬੰਨਤਾ ਕਿੱਕਰ ਨੂੰ ਵੀ ਬੰਨਤਾ ਸੰਧੂਰ ਭੁੱਖਦਾ ਖੇਤਰਪਾਲ ਦੇ ਵੀ ਤੇਲ ਪਾਤਾ ਤੇ ਲਾਲਾਂ ਵਾਲੇ ਦਾ ਵੀ ਰੋਟ ਤੇ ਮੜੀ ਤੇ ਵੀ ਦੀਵਾ ਪਰ ਦੇਣਾ ਦੂਣਾ ਇਹਨਾਂ ਨੇ ਕੁਛ ਨਹੀਂ ਆ ਉਹ ਲੈਣਗੇ ਤੁਹਾਡੇ ਕੋਲੋਂ ਸਰਬੰਸ਼ ਗੁਰੂ ਨੇ ਵਾਰਿਆ ਤੁਹਾਡੇ ਲਈ ਮੈਂ ਇੱਕ ਹੋਰ ਬੇਨਤੀ ਕਰਦਿਆਂ ਇਹਨਾਂ ਨੇ ਦੇਣਾ ਕੁਛ ਨੀ ਤੁਹਾਡੇ ਤੋਂ ਖੋਹ ਲੈਣਗੇ ਨੌਜਵਾਨ ਦਾ ਨਾ ਹੋਵੇ ਵਿਆਹ ਕਿਸੇ ਨੇ ਦੱਸਿਆ ਕਹਿੰਦੇ ਪੀਰ ਮਤੋਈ ਦੀ ਮਹਿਮਾ ਜਾ ਉੱਥੇ ਚੜਾ ਰੋਟ ਚੜਾ ਵਸਤਰ ਜਗਾ ਦੀਵਾ ਭੇਟਾ ਚੜਾ ਚਲੇ ਗਿਆ ਵਿਆਹ ਕਰਾਉਣਾ ਸੀ ਚਲੇ ਗਿਆ ਨੌਜਵਾਨ ਜਾ ਕੇ ਪੂਜਾ ਕੀਤੀ ਵਸਤਰ ਭੇਟਾ ਰੱਖੀ ਮਾਇਆ ਰੱਖੀ ਦੀਵਾ ਲੱਗਿਆ ਬਾਲਣ ਦੀਵਾ ਜਗਾਇਆ ਇੱਕ ਨੌਜਵਾਨ ਨੇ ਸੁਨੇਹਾ ਦਿੱਤਾ ਆਵਾਜ਼ ਮਾਰੀ ਉਹ ਕੀ ਕਰਦਾ ਇੱਥੇ ਕਹਿੰਦਾ ਪੀਰ ਮਤੋਈ ਦੀ ਪੂਜਾ ਕਹਿੰਦਾ ਚੱਲ ਘਰ ਨੂੰ ਕਹਿੰਦਾ ਕਿਉਂ ਕਹਿੰਦਾ ਤੇਰੀ ਮਾਂ ਚੜਾਈ ਕਰ ਗਈ ਹੈਰਾਨ ਹੋ ਗਿਆ ਸਭ ਕੁਝ ਛੁੱਟ ਗਿਆ ਥਾਂ ਖੜਾ ਹੋ ਕੇ ਭਰੇ ਜੇ ਮਨ ਨਾਲ ਕਹਿੰਦਾ ਕੀ ਹੋਇਆ ਮਾਂ ਨਾ ਮਾਂ ਤੇ ਚੰਗੀ ਭਲੀ ਮੈਂ ਘਰੇ ਛੱਡ ਕੇ ਆਇਆ ਉਹਦਾ ਤੇ ਦੁੱਖ ਦਾ ਕੋਈ ਨੀ ਬਿਮਾਰੀ ਕੋਈ ਨਹੀਂ ਆ ਹੋਇਆ ਕੀ ਆ ਕਹਿੰਦਾ ਪਤਾ ਨੀ ਖੜੀ ਖੜੋਤੀ ਡਿੱਗ ਪਈ ਪਾਣੀ ਨੀ ਮੰਗਿਆ ਚੜਾਈ ਕਰ ਗਈ ਖੜਾ ਹੋ ਕੇ ਨਾ ਫਿਰ ਪੀਰ ਮਤੋਈ ਨੂੰ ਦੇ ਕੇ ਲਾਂਭਾ ਪਤਾ ਕੀ ਆਂਦਾ ਕਹਿੰਦਾ ਵਾਹ ਉਹ ਪੀਰ ਮਤੋਈ ਆਇਆ ਸੀ ਪੂਜਾ ਕਰਨ ਪਹਿਲਾਂ ਦੇਣੀ ਸੀ ਅਜੇ ਕਹਿੰਦਾ ਪਹਿਲਾਂ ਦੇਣੀ ਪਹਿਲੇ ਦਿਨ ਮਾਂ ਮਰ ਗਈ ਕੱਲ ਨੂੰ ਆਉਂ ਪਤਾ ਨੀ ਕੀ ਹੋਊਗਾ ਖੜਾ ਹੋ ਕੇ ਕਹਿੰਦਾ ਵਾਹ ਉਹ ਪੀਰ ਮਤੋਈ ਕਹਿੰਦਾ ਮੈਨੂੰ ਤਾਂ ਕੀ ਬਖਸ਼ਣੀ ਤੂੰ ਤੇ ਬਾਪੂ ਵਾਲੀ ਵੀ ਖੋਈ ਕਹਿੰਦਾ ਮੈਂ ਤੇ ਘਰ ਵਾਲੀ ਦੀਆਂ ਰੋਟੀਆਂ ਪੱਕੀਆਂ ਖਾਣ ਦੇ ਸੁਪਨੇ ਲੈਂਦਾ ਮਾਂ ਦੀਆਂ ਪੱਕੀਆਂ ਤੋਂ ਵੀ ਗਿਆ ਵਾਹ ਉਹ ਪੀਰ ਮਤੋਈ ਮੈਨੂੰ ਤਾਂ ਕੀ ਬਖਸ਼ਣੀ ਕਹਿੰਦਾ ਤੂੰ ਤੇ ਬਾਪੂ ਵਾਲੀ ਵੀ ਖੋਈ ਆ ਪੀਰ ਮਤੋਈਆਂ ਤੋਂ ਬਚੋ ਜਿਹੜੇ ਥਾਂ ਥਾਂ ਆ ਦੇੜਾ ਦੂੜਾ ਕੁਛ ਨੀ ਇਹਨਾਂ ਨੇ ਖੋ ਲੈਣਗੇ ਜੋ ਕੋਈ ਤੁਹਾਡੇ ਕੋ ਆ ਗੁਰੂ ਨੇ ਦਿੱਤਾ ਗੁਰੂ ਨੇ ਦੇਣਾ ਆਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਲੜ ਲੱਗੀਏ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਧਨ ਸਿਦਕੋ ਨਾ ਸਿੱਖਾਂ ਦਾ ਤੇ ਜਿਹੜੇ ਐਸੀ ਮਰਨੀ ਮਰਦਾ ਤੇ ਸੰਸਾਰ ਆ ਮਰਦਾ ਮਰਦਾ ਜਗ ਮੁਆ ਮਰ ਭੇਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬਾਹਰ ਨਾ ਮਰਨਾ ਹੋਇਆ ਅੱਜ ਦੇ ਦਿਨ ਸ੍ਰੀ ਨਨਕਾਣਾ ਸਾਹਿਬ ਬਣਾ ਕੇ ਗੀਠਾ ਸਿੰਘ ਲੱਗੇ ਸੰਸਕਾਰ ਕਰਨ ਇੱਕ ਨਰੈਣੂ ਮਹੰਤ ਦੇ ਚੇਲੇ ਦੀ ਲਾਸ਼ ਨਿਕਲ ਆਈ ਵਿੱਚੋਂ ਸਾਧ ਰਾਮ ਦੀ ਸਿੰਘਾਂ ਨੂੰ ਬੜਾ ਗੁੱਸਾ ਕਹਿੰਦੇ ਤੂੰ ਪਾਓ ਜਾਨਵਰਾਂ ਨੂੰ ਬਾਹਰ ਪਰ ਸਿੰਘ ਕਹਿੰਦੇ ਨਹੀਂ ਗੁਰੂ ਨਾਨਕ ਦੇ ਦਰ ਦਾ ਇਹ ਅਸੂਲ ਨਹੀਂ ਆ ਬੁਰੇ ਨਾਲ ਸਭ ਕਰਨ ਬੁਰਾਈ ਪਰ ਮਾਫ ਕਰਨ ਕਈ ਸਿਆਣੇ ਉਹ ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਗੁਰੂ ਨਾਨਕ ਦਾ ਇਹ ਨਹੀਂ ਉਹਦਾ ਸਿੰਘਾਂ ਨਾਲ ਤੇ ਨਹੀਂ ਪਰ ਵੱਖਰਾ ਕਰਕੇ ਮਰਿਆਦਾ ਅਨੁਸਾਰ ਉਹਦਾ ਵੀ ਸੰਸਕਾਰ ਕੀਤਾ ਦੇਖੋ ਗੁਰੂ ਕੇ ਸਿੱਖਾਂ ਦੀ ਸਿੱਖੀ ਸਿਦਕ ਦੇਖੋ ਸਾਡਾ ਕੌਮੀ ਕਰੈਕਟਰ ਕਰਦਾਰ ਦੇਖੋ ਸਾਡਾ ਗੁਰੂ ਪੰਥ ਖਾਲਸੇ ਦਾ ਤੁਸੀਂ ਉਸ ਕਰੈਕਟਰ ਕਰਦਾਰ ਦੇ ਮਾਲਕ ਹੋ ਜਿਹਨੇ ਦੁਸ਼ਮਣ ਦੀ ਲਾਸ਼ ਨੂੰ ਵੀ ਨਹੀਂ ਰੋਲਿਆ ਜਿਨ੍ਹਾਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ ਉਹਦੀ ਲਾਸ਼ ਨੂੰ ਵੀ ਨਹੀਂ ਰੋਲਿਆ ਉਹ ਮਰਿਆ ਪਿਆ ਸੀ ਵਿੱਚ ਕਿਵੇਂ ਮਰਿਆ ਵਾਹਿਗੁਰੂ ਜਾਣਦਾ ਪਰ ਉਹਨੂੰ ਗੁਰਮੁਖ ਪਿਆਰੇ ਉਹ ਵੀ ਸਾਧ ਰਾਮ ਨਰੈਣੂ ਮਹੰਤ ਦੇ ਚੇਲੇ ਦਾ ਵੀ ਵੱਖਰਾ ਸੰਸਕਾਰ ਕੀਤਾ ਸਿੰਘਾਂ ਇੱਕ ਪਾਸੇ ਸ਼ਹੀਦੀ ਅੰਗੀਠਾ ਸਿੰਘਾਂ ਦਾ ਅੱਜ ਵੀ ਜਾਓ ਦਰਸ਼ਨ ਕਰੋ ਦਾਸ ਨੇ ਦਰਸ਼ਨ ਕੀਤੇ ਨਨਕਾਣਾ ਸਾਹਿਬ ਅੱਜ ਵੀ ਉਹ ਜੰਡ ਉਸੇ ਤਰ੍ਹਾਂ ਗੁਰਮੁਖ ਪਿਆਰੇ ਦੇ ਨਾਲ ਭਾਈ ਲਕਸ਼ਮਣ ਸਿੰਘ ਧਾਰੋ ਵਾਲੀ ਗੁਰੂ ਕੇ ਸਿੱਖੋ ਨੌਜਵਾਨ ਐਵੇਂ ਰਾਂਝੇ ਵਾਲੇ ਮਿਰਜੇ ਵਾਲੇ ਜੰਡ ਦੀਆਂ ਗੱਲਾਂ ਨਾ ਕਰਿਆ ਕਰੋ ਵੀ ਮਿਰਜੇ ਜੰਡ ਥੱਲੇ ਮਿਰਜਾ ਵੱਢਤਾ ਕਿਹੜੇ ਕੰਮ ਮਾੜੇ ਕੰਮਾਂ ਚ ਉਹ ਜੰਡ ਨੀ ਤੁਹਾਡਾ ਪ੍ਰੇਰਨਾ ਸਰੋਤ ਉਹ ਜੰਡ ਨੂੰ ਨਾ ਪੂਜੋ ਵੀ ਇੱਥੇ ਮਿਰਜਾ ਵੱਢਦਾ ਜੰਡ ਹੇਠਾਂ ਉਹ ਜੰਡ ਦੇ ਦੇਖਣਾ ਤੇ ਜੰਡ ਨਨਕਾਣਾ ਸਾਹਿਬ ਜਿੱਥੇ ਲਕਸ਼ਮਣ ਸਿੰਘ ਧਾਰੋ ਵਾਲੀ ਜਿਉਂਦਾ ਬੰਨ ਕੇ ਸ਼ਹੀਦ ਕੀਤਾ
ਗੁਰਦੁਆਰੇ ਨੂੰ ਆਜ਼ਾਦ ਕਰਾਉਣ ਲਈ ਸ਼ਹੀਦ ਹੋਇਆ ਤੇ ਆਓ ਤੁਸੀਂ ਉਹਨਾਂ ਸਿੰਘਾਂ ਸ਼ਹੀਦਾਂ ਦੇ ਖਦਰਾਣੇ ਦੀ ਢਾਬ ਤੇ ਗੁਰਮੁਖ ਪਿਆਰਿਓ ਸਰਹੰਦ ਦੀਆਂ ਨੀਹਾਂ ਚਮਕੌਰਗੜੀ ਦੇ ਸ਼ਹੀਦਾਂ ਦੇ ਨਨਕਾਣੇ ਦੇ ਸ਼ਹੀਦਾਂ ਦੇ ਤੁਸੀਂ ਵਾਰਸ ਹੋ ਆਓ ਉਹਨਾਂ ਨੂੰ ਸਿਜਦਾ ਕਰ ਲਈਏ ਤੇ ਬਾਣੀ ਨੇ ਤੇ ਕਹਿ ਦਿੱਤਾ ਜਿਹੜੇ ਐਸੇ ਧਰਮ ਕੌਮ ਖਾਤਰ ਗੁਰੂ ਆਸੇ ਤੇ ਚੱਲਦਿਆਂ ਸ਼ਹੀਦ ਹੋਏ ਉਹ ਬੈਕੁੰਠ ਵਾਸੀ ਬਣਦੇ ਗੁਰੂ ਦੇ ਚਰਨਾਂ ਚ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ ਤੇ ਉਹਨਾਂ ਖਾਤਰ ਸਾਡੀ ਕੌਮ ਦੀ ਜ਼ਿੰਦਗੀ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਜੇ ਮੌਤ ਵੀ ਹਯਾਤ ਹੈ ਬੜੇ ਪਿਆਰ ਦੇ ਨਾਲ ਜਿਹੜੇ ਐਸੀ ਮਰਨੀ ਮਰਦੇ ਉਹ ਫਿਰ ਕਦੇ ਨਾ ਮਰਦੇ ਨਹੀਂ ਤੇ ਆ ਜਿਹੜੇ ਆਸੇ ਪਾਸੇ ਭਟਕਦੇ ਆਪਾਂ ਮਰ ਜਾਂਦੇ ਆ ਫਿਰ ਕੀੜਿਆਂ ਪਤੰਗਿਆਂ ਦੀਆਂ ਜੋਨੀਆਂ 84 ਦੇ ਚੱਕਰਾਂ ਚ ਫਿਰਦੇ ਆ ਪਰ ਜੇ ਗੁਰੂ ਲੜ ਲੱਗ ਕੇ ਗੁਰੂ ਆਸੇ ਅਨੁਸਾਰ ਜੀਵਨ ਜਿਉ ਕੇ ਸੰਸਾਰ ਤਾਂ ਸੇਵਾ ਸਿਮਰਨ ਕਰਦੇ ਕੁਰਬਾਨੀ ਕਰਦੇ ਗੁਰੂ ਦੇ ਰਾਹ ਤੇ ਚੱਲਦੇ ਜਾਵਾਂਗੇ ਤਾਂ ਫਿਰ ਗੁਰਮੁਖ ਪਿਆਰਿਓ ਬਾਣੀ ਕਹਿੰਦੀ ਆ ਉਹ ਐਸੀ ਮਰਨੀ ਮਰਦੇ ਫਿਰ ਕਦੇ ਨਾ ਮਰਦੇ ਆ ਐਸੀ ਮਰਨੀ ਮਰਦੇ ਫਿਰ ਕਦੇ ਨਾ ਮਰਦੇ ਅੱਜ ਕੇ ਸਾਰੇ ਐਸੀ ਮਰਨੀ ਮਰਦੇ ਉਹ ਫਿਰ ਕਦੇ ਨਾ ਮਰਦੇ ਐਸੀ ਮਰਨੀ ਮਰਦੇ ਉਹ ਫਿਰ ਕਦੇ ਨਾ ਮਰਦੇ ਉਹ ਐਸੀ ਮਰਨੀ ਮਰਦੇ ਉਹ ਫਿਰ ਕਦੇ ਨਾ ਮਰਦੇ ਐਸੀ ਮਰਨੀ ਮਰਦੇ ਕੁੰਠ ਨੂੰ ਜਾਂਦੇ ਸਿਜਦਾ ਕਰਦੇ ਹੋਏ ਇਹ ਬੇਨਤੀਆਂ ਤੁਹਾਡੇ ਚਰਨਾਂ ਚ ਰੱਖੀਆਂ ਪਰ ਰਲ ਮਿਲ ਕੇ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕੀਤੀ ਆ ਆਓ ਇਤਿਹਾਸ ਦੇ ਵਚਨ ਤੁਹਾਡੇ ਨਾਲ ਜ਼ਿਆਦਾ ਸਾਂਝੇ ਕੀਤੇ ਆ ਠੰਡੀਆਂ ਮਿੱਠੀਆਂ ਗੱਲਾਂ ਤੇ ਆਪਾਂ ਬਹੁਤ ਸੁਣਦੇ ਰਹੇ ਨੇ ਪਰ ਇਹ ਜਿਹੜੇ ਸਤਿਗੁਰ ਦੇ ਵਚਨ ਇਤਿਹਾਸ ਦੇ ਵਚਨ ਜਿਹੜੇ ਅੱਜ ਕਈ ਵਾਰੀ ਤਿੱਖੇ ਵੀ ਲੱਗਦੇ ਸਨ ਇਹ ਕਾਲੀਆਂ ਮਿਰਚਾਂ ਨੇ ਲੱਗਦੀਆਂ ਕੌੜੀਆਂ ਪਰ ਬਾਏਬਾਜ਼ੀ ਕੱਢ ਕੇ ਰੱਖ ਦਿੰਦੀਆਂ ਗੱਜ ਕੇ ਆਖੋ ਸਤਨਾਮ ਅਸੀਂ ਜਿਹੜੇ ਪਾਰਟੀਆਂ ਚ ਬੱਧੇ ਆ ਨਾ ਧੜਿਆਂ ਚ ਬੱਧੇ
ਕਈ ਰਿਕਾਰਡੀਆਂ ਲੱਗਦੀਆਂ ਪਾਰਟੀ ਬਾਜੀ ਦੀਆਂ, ਗੁਰਮੁਖ ਪਿਆਰਿਓ ਐਨਕਾਂ ਅਸੀਂ ਲਾਉਂਦੇ ਨੇ, ਅਸੀਂ ਗੁਰੂ ਕੇ ਸਿੱਖ ਬਣ ਕੇ ਗੁਰਮੁਖ ਪਿਆਰਿਓ ਗੁਰੂ ਚਰਨਾਂ ਚ ਹਾਜ਼ਰੀ ਬਣੀਏ ਭਰੀਏ, ਪਾਰਟੀ ਬਾਜੀ ਸਾਡੇ ਇਹ ਵਚਨ ਗੁਰੂ ਬਾਣੀ ਦੇ ਇਤਿਹਾਸ ਦੇ ਮੌਜੂਦਾ ਹਾਲਾਤ ਨਿਰਪੱਖ ਗੁਰਮੁਖ ਪਿਆਰਿਓ ਤੁਹਾਡੇ ਚਰਨਾਂ ਦੇ ਅੰਦਰ, ਔਰ ਸਤਿਗੁਰ ਆਪ ਸੇਵਾ ਲੈਂਦੇ ਆ, ਕਿਸੇ ਦੀ ਤਾਕਤ ਨਹੀਂ ਕੋਈ ਇਹ ਵਚਨ ਕਰੇ, ਤੇ ਸਤਿਗੁਰ ਆਪ ਕਿਰਪਾ ਕਰਦੇ। ਜਿਵੇਂ ਰਾਤ ਇੱਥੇ ਗੁਰਮੁਖ ਅਨਾਉਂਸ ਕਰ ਰਹੇ ਸੀ ਨਾ, ਮੈਂ ਪਹਿਲੀ ਵਾਰ ਮਿਲਿਆ ਅਨਾਉਂਸ ਕਰ ਰਹੇ ਸੀ, ਇੱਥੇ ਕਹਿੰਦੇ ਬਥੇਰਾ ਜ਼ੋਰ ਲਾਇਆ, ਇੱਥੋਂ ਤੱਕ ਵੀ ਕਹਿਤਾ ਪਿਛਲੀ ਸਰਕਾਰ ਆ ਰਿਹਾ ਕੋਈ ਟੀਕਾ ਟੂਕਾ ਲਾ ਦਿਓ ਦਾਦੂ ਵਾਲ ਨੂੰ ਤੇ ਚੜ੍ਹਾਈ ਕਰ ਜੇ, ਸਾਡਾ ਸੱਚ ਸਾਰਾ ਦੁਨੀਆਂ ਸੰਗਤਾਂ ਦੇ ਸਾਹਮਣੇ ਰੱਖਦਾ। ਬਥੇਰੀ ਵਾਰੀ ਜੇਲ੍ਹਾਂ ਚ ਡੱਕਿਆ, ਬੜੇ ਮੁਕੱਦਮੇ ਪਾਏ, ਤੇ ਗੁਰਮੁਖ ਪਿਆਰੇ ਅਨਾਉਂਸ ਕਰ ਰਿਹਾ ਗੁਰਮੁਖ, ਮੈਂ ਕਿਹਾ ਜਦੋਂ ਗੁਰੂ ਦੇ ਰਾਹ ਤੇ ਚੱਲੇ ਆ, ਜਦੋਂ ਸਿਰ ਭੇਟਾ ਕਰਕੇ ਤੁਰੇ, ਫਿਰ ਮੌਤ ਮਾਤ ਦੀ ਪਰਵਾਹ ਕਰਕੇ ਨਹੀਂ ਤੁਰਿਆ ਜਾਂਦਾ, ਇਹ ਤਹੱਈਆ ਕਰਕੇ ਤੁਰਨਾ ਪੈਂਦਾ। ਜੇ ਗੁਰੂਆਂ ਤੇ ਸ਼ਹੀਦਾਂ ਦੇ ਮਾਰਗ ਤੇ ਚੱਲਣਾ, ਫਿਰ ਜ਼ਿੰਦਗੀ ਦਾ ਮੋਹ ਛੱਡ ਕੇ, ਸਵਾਸ ਚਾਹੇ ਦੋ ਆ ਚਾਰ ਆ ਹਜ਼ਾਰ ਆ, ਗੁਰੂ ਨੂੰ ਸਮਰਪਿਤ ਆ, ਗੁਰੂ ਨੇ ਸੇਵਾ ਲੈਣੀ ਆ। ਜਦੋਂ ਸਮਾਂ ਆ ਗਿਆ ਉਦੋਂ ਬਾਹ ਫੜ ਨੀ ਰੱਖਣਾ ਕਿਸੇ ਨੇ, ਤੇ ਜਿੰਨਾ ਚਿਰ ਆਇਆ ਨੀ ਦੁਨੀਆਂ ਦੀ ਤਾਕਤ ਕੋਈ ਨਹੀਂ ਆ, ਭਾਵੇਂ ਬਥੇਰੇ ਮਨਸੂਬੇ ਘੜਦੇ ਰਹਿਣ, ਬਥੇਰੇ ਛੜਿਆਂਤਰ ਬਣਾਉਂਦੇ ਰਹਿਣ, ਇਹੋ ਜੇ ਜਿੰਨਾ ਚਿਰ ਸਮਾਂ ਨੀ ਆਇਆ ਨਾ, ਕੋਈ ਦੁਨੀਆਂ ਦੀ ਤਾਕਤ ਨਾ ਕੋਈ ਰਾਸ਼ਟਰਪਤੀ ਨਾ ਪ੍ਰਧਾਨ ਮੰਤਰੀ ਰਾਜਾ ਮਹਾਰਾਜਾ ਕੋਈ ਕੁਝ ਨਹੀਂ ਵਿਗਾੜ ਸਕਦਾ। ਤੇ ਜਿੱਦਣ ਸਮਾਂ ਆ ਗਿਆ, ਭਾਵੇਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਇੱਕ ਸਟੇਟ ਚ ਗੱਲ ਰਹਿ ਜਾਂਦੀ, ਪ੍ਰਧਾਨ ਮੰਤਰੀ ਰਾਸ਼ਟਰਪਤੀ ਭਾਵੇਂ ਫਰੈਂਡ ਕਿਉਂ ਨਾ ਹੋਵੇ, ਉਹਦੇ ਨਾਲ ਬ੍ਰੇਕਫਾਸਟ ਲੰਚ ਤੇ ਡਿਨਰ ਕਿਉਂ ਨਾ ਇਕੱਠਾ ਹੋਵੇ, ਉਹਨੇ ਵੀ ਬਾਹੋਂ ਨੀ ਫੜ ਕੇ ਰੱਖ ਲੈਣਾ ਵੀ ਜਮੋਂ ਇਹਨੂੰ ਛੱਡ ਦੋ, ਇਹ ਤੇ ਸਾਡਾ ਦੋਸਤ ਆ, ਫਰੈਂਡ ਆ। ਉਹਨਾਂ ਤੇ ਜਦੋਂ ਸਮਾਂ ਆਇਆ ਰਹਿਣਾ ਤੇ ਉਹਨਾਂ ਵੀ ਨਹੀਂ ਗੁਰਮੁਖ ਪਿਆਰਿਆ, ਜਦੋਂ ਸਮਾਂ ਆ ਗਿਆ ਫਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਬਚਾ ਸਕਦੀ। ਤੇ ਜਿੰਨਾ ਚਿਰ ਸਮਾਂ ਨਹੀਂ ਆ, ਡਰਨ ਦੀ ਲੋੜ ਨਹੀਂ ਆ, ਹੱਕ ਸੱਚ ਦੀ ਗੱਲ ਕਰਨੀ, ਹੱਕ ਸੱਚ ਤੇ ਚੱਲਣਾ, ਪਹਿਰਾ ਦੇਣਾ, ਗੁਰੂ ਤੇ ਭਰੋਸਾ ਰੱਖ ਕੇ। ਗੁਰਮੁਖ ਦੱਸ ਰਿਹਾ ਸੀ, ਗੁਰਮੁਖ ਪਿਆਰੇ ਰਾਤ ਇੱਥੇ ਅਨਾਉਂਸ ਹੋਇਆ, ਦੱਸ ਰਿਹਾ ਬਥੇਰਾ ਜ਼ੋਰ ਲਾਇਆ, ਤੇ ਗੁਰੂ ਕਿਰਪਾ ਕਰਦਾ ਸੇਵਾ, ਬਥੇਰੇ ਸੰਘਰਸ਼ਾਂ ਚੋਂ ਬਥੇਰੇ ਜੇਲ੍ਹਾਂ ਚੋਂ ਨਿਕਲੇ, ਐਕਸੀਡੈਂਟ ਵੀ ਬੜੇ। ਮੈਨੂੰ ਯਾਦ ਆ ਮੇਰੀ ਗੁਰਮੁਖ ਪਿਆਰਿਓ, ਪੰਜ ਛੇ ਗੱਡੀਆਂ ਗੁਰਮੁਖ ਪਿਆਰਿਓ ਪਲਟੀਆਂ, ਤਿੰਨ ਚਾਰ ਗੱਡੀਆਂ ਜਦੋਂ ਮੈਂ ਖੁਦ ਸੀਗਾ, ਤੇ ਗੁਰਮੁਖ ਪਿਆਰਿਓ ਪਲਟੀਆਂ ਵੀ ਏਦਾਂ ਗੇੜੇ ਖਾ ਕੇ, ਗੁਰਮੁਖ ਪਿਆਰਿਓ ਕਈ ਵਾਰ ਦੂਜੇ ਪਾਸੇ ਸੜਕ ਤੋਂ, ਕਈ ਵਾਰੀ ਦਰਖਤਾਂ ਨਾਲ ਗੇੜੇ ਖਾ ਕੇ, ਚਾਰੇ ਟਾਇਰ ਦਾਨ ਛੱਤ ਹੇਠਾਂ, ਪਰ ਗੁਰੂ ਨੇ ਕਦੇ ਝਰੀਟ ਵੀ ਨਹੀਂ ਲੱਗਣ ਦਿੱਤੀ, ਸੰਕਟ ਲੋਹੇ ਤੇ ਹੀ ਟਲ ਜਾਂਦਾ ਰਿਹਾ। ਗੁਰੂ ਦੀ ਕਿਰਪਾ ਨਾਲ ਏਡੇ ਏਡੇ ਸੰਕਟ ਆਏ, ਗੁਰੂ ਨੇ ਪਰੇ ਪਰੇ ਟਾਲ ਦਿੱਤੇ। ਮੈਨੂੰ ਅੱਜ ਵੀ ਯਾਦ, ਗੁਰਮੁਖ ਪਿਆਰਿਓ ਸਭ ਤੋਂ ਪਹਿਲਾਂ ਕੰਟੈਸਾ ਕਾਰ ਦਾ ਐਕਸੀਡੈਂਟ ਇੰਨਾ ਜ਼ਬਰਦਸਤ ਭਿਆਨਕ, ਫਿਰ ਦੂਜੀ ਵਾਰ ਵੀ ਕੰਟੈਸਾ ਕਾਰ ਦਾ ਆਮੋ ਸਾਹਮਣੇ ਟਰੱਕਾਂ ਨਾਲ ਟੱਕਰ, ਪਰ ਗੁਰੂ ਨੇ ਝਰੀਟ ਵੀ ਨਹੀਂ ਲੱਗਣ ਦਿੱਤੀ। ਫਿਰ ਗੁਰਮੁਖ ਪਿਆਰਿਓ ਕਾਨੋਵਾ ਕਾਰ ਦਾ ਐਕਸੀਡੈਂਟ ਹੋਇਆ, ਗੇੜੀਆਂ ਖਾ ਕੇ ਦੂਜੇ ਪਾਸੇ ਸੜਕ ਦੇ, ਗੁਰਮੁਖ ਪਿਆਰਿਓ ਇਸੇ ਤਰ੍ਹਾਂ ਟਵੇਰਾ ਕਾਰ ਦਾ ਐਕਸੀਡੈਂਟ, ਪਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰ ਨੇ ਐ ਜਿਵੇਂ ਫੁੱਲਾਂ ਵਾਂਗੂ ਰੱਖ ਲੈਣਾ। ਸੇਵਾ ਸਤਿਗੁਰ ਸੱਚੇ ਪਾਤਸ਼ਾਹ ਨੇ ਲੈਣੀ, ਜਿੰਨਾ ਚਿਰ ਸਵਾਸ ਬਖਸ਼ੇ ਸਤਿਗੁਰ ਨੇ, ਸਤਿਗੁਰ ਨੂੰ ਸਮਰਪਿਤ ਆ, ਪ੍ਰਵਾਹ ਮੰਨਣ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ, ਨਾ ਕਿਸੇ ਨੂੰ ਡਰ ਦੇਣਾ, ਨਾ ਡਰਨਾ, ਨਾ ਡਰਾਉਣਾ। ਭੈ ਕਾਹੂ ਕੋ ਦੇਤ ਨਾ ਨਹਿ ਭੈ ਮਾਨ ਤਾਨ, ਗੁਰੂ ਦਾ ਸਿਧਾਂਤ ਹੈ। ਆਓ ਇਹਦੇ ਤੇ ਚੱਲੀਏ, ਧੜੇਬਾਜ਼ੀ ਤੋਂ ਪਾਰਟੀ ਬਾਜ਼ੀ ਤੋਂ ਪਰੇ ਹੋ ਕੇ, ਗੁਰੂ ਗ੍ਰੰਥ ਪੰਥ ਦੇ ਮਾਰਗ ਤੇ, ਗੁਰਸਿੱਖੀ ਦੇ ਪ੍ਰਚਾਰ ਲਈ ਆਪਣੇ ਬੱਚਿਆਂ ਦੇ ਭਵਿੱਖ ਨੂੰ ਸਵਾਰੀਏ, ਆਪਣੇ ਪੰਥ ਤੇ ਪੰਜਾਬ ਦੇ ਭਵਿੱਖ ਨੂੰ, ਆਪਣੇ ਨਗਰਾਂ ਆਪਣੇ ਭਾਈਚਾਰੇ ਨੂੰ ਸਵਾਰੀਏ, ਆ ਨਸ਼ਿਆਂ ਦੀ ਦਲਦਲ ਚੋਂ ਕੱਢੀਏ, ਮਨਮਤ ਦੀ ਦਲਦਲ ਚੋਂ, ਪਖੰਡਵਾਦ ਦੀ ਦਲਦਲ ਚੋਂ ਕੱਢੀਏ, ਤੇ ਆ ਰਾਜਨੀਤੀ ਦਾ ਜਿਹੜਾ ਸਿਆਸਤ ਗੰਦੀ ਦਾ ਪਖੰਡਵਾਦ ਇਹਦੇ ਚੋਂ ਕੱਢੀਏ। ਆ ਜੋ ਕੁਛ ਹੋ ਰਿਹਾ ਸਰਹੱਦਾਂ ਤੇ, ਸਾਡੇ ਫੌਜੀ ਜਵਾਨ ਭੈਣ ਭਰਾ ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਪੁੱਤ, ਉਹਨਾਂ ਭੈਣਾਂ ਨੂੰ ਪੁੱਛੋ ਜਿਨ੍ਹਾਂ ਦੇ ਭਰਾ, ਉਹਨਾਂ ਬੱਚਿਆਂ ਨੂੰ ਪੁੱਛੋ ਜਿਨ੍ਹਾਂ ਦੇ ਬਾਪ, ਤੇ ਉਹਨਾਂ ਬੀਬੀਆਂ ਨੂੰ ਪੁੱਛੋ ਜਿਨ੍ਹਾਂ ਦੇ ਸੁਹਾਗ ਉੱਥੇ ਸ਼ਹੀਦ ਹੁੰਦੇ ਆ, ਤੇ ਨਾਰੇ ਮਾਰ ਕੇ ਛੱਡਦੇ ਆ ਜਿਹੜੇ ਦੇਸ਼ ਦੇ ਆਗੂ ਨੇ, ਬਸ ਖੂਨ ਕਾ ਬਦਲਾ ਲੈ ਲੈਂਗੇ ਜੀ, ਸਿਰ ਕਾ ਬਦਲਾ ਸਿਰ ਲੈਣਾ ਲੂਣਾ ਕੁਛ ਵੀ ਨਹੀਂ, ਰਾਜਨੀਤੀ ਹੋ ਰਹੀ ਆ ਸਾਰੀ। ਮੁੱਲ ਕੀ ਪਾਉਂਦੇ? 10-12 ਲੱਖ ਰੁਪਈਆ ਜੀ, ਕੋਈ ਨੌਕਰੀ ਦੇ ਦਿਆ 10-12 ਲੱਖ ਰੁਪਈਆ, ਦੱਸ
होना चाहिदा जेड़े मसलियां नूं हल नहीं ना करदे भारत पाकिस्तान दा मसला कश्मीर दा मसला सिखां दा मसला आ जिन्ने राजनीतिक आगू इन्हां दे पुत जेड़े फौज भर्ती होने चाहिदे सरहदां ते ड्यूटी उन्हां दी होनी चाहिदी आ ते जदों इन्हां दे पुत कलबूत च पै के ਉਹਨਾਂ ਚ ਗੁਰਮੁਖ ਪਿਆਰਿਓ ਜਿਹੜੇ ਹੁੰਦੇ ਆ ਲੱਕੜ ਦੇ ਬਣਾਏ ਜਦੋਂ ਉਹਨਾਂ ਚ ਬਣ ਕੇ ਢਾਂਚਿਆਂ ਚ ਘਰਾਂ ਚ ਲਾਸ਼ਾਂ ਇਹਨਾਂ ਦੇ ਪੁੱਤਾਂ ਦੀਆਂ ਸ਼ਹੀਦ ਹੋ ਜਾਂਦੀਆਂ ਉਹਨਾਂ ਨੂੰ ਫੇਰ ਇਹਨਾਂ ਨੂੰ ਪਤਾ ਲੱਗੇ ਕਿ ਕਿਹੜੇ ਭਾਗ ਗੁਜਰਦੀ ਜਿਹੜੇ ਬਿਨਾਂ ਮਤਲਬ ਤੋਂ ਹੀ ਐਵੇਂ ਸ਼ਹਾਦਤਾਂ ਸਰਹੱਦਾਂ ਦੇ ਉੱਤੇ ਰਾਜਨੀਤੀ ਨਾ ਪਰਲੇ ਲੋਕ ਜੰਗ ਚਾਹੁੰਦੇ ਨਾ ਆਪਾਂ ਚਾਹੁੰਦੇ ਅਸੀਂ ਨਨਕਾਣਾ ਸਾਹਿਬ ਗਏ ਪਿਸ਼ਾਵਰ ਗਏ ਪੰਜਾ ਸਾਹਿਬ ਗਏ ਕਰਤਾਰਪੁਰ ਸਾਹਿਬ ਗਏ ਅਸੀਂ ਸੱਚਾ ਸੌਦਾ ਸਾਹਿਬ ਜਦੋਂ ਕੀਰਤਨ ਕਰਕੇ ਹੇਠਾਂ ਉਤਰੇ ਨਾ ਜਿੱਥੇ ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਦਾ ਸੱਚਾ ਸੌਦਾ ਕੀਤਾ ਮੁਸਲਮਾਨ ਬਜ਼ੁਰਗ ਗਲਵਕੜੀਆਂ ਪਾ ਲਈਆਂ ਸਿੰਘਾਂ ਨਾਲ ਕਹਿੰਦੇ ਸਿੰਘੋ ਸਰਦਾਰੋ ਰੂਹ ਖੁਸ਼ ਹੋ ਗਈ ਤੁਹਾਡੇ ਦਰਸ਼ਨ ਕਰਕੇ ਏਦਾਂ ਦੇ ਸਿੱਖ ਸਨ 47 ਤੋਂ ਬਾਅਦ ਕਦੇ ਦੇਖੇ ਆ ਤੇ ਕਹਿੰਦੇ ਅਸੀਂ ਇੰਨੇ ਚੜ੍ਹਦੀ ਕਲਾ ਚ ਹੋ ਗਏ ਆ ਤੁਹਾਡੇ ਦਰਸ਼ਨ ਕਰਕੇ ਨਾਲੇ ਕਹਿੰਦੇ ਆ ਜਿਹੜਾ ਸ਼ਹਿਰ ਆ ਨਾ ਇਹਦਾ ਭਾਵੇਂ ਭਾਰਤ ਪਾਕਿਸਤਾਨ ਨਾਂ ਬਦਲਣ ਤੇ ਜਦੋਂ ਭਾਰਤ ਪਾਕਿਸਤਾਨ ਬਣਿਆ ਤਾਂ ਨਾਂ ਫਰੂਕਾਬਾਦ ਰੱਖਤਾ ਚੂੜਕਾਣੇ ਦੀ ਮੰਡੀ ਦਾ ਫਰੂਕਾਬਾਦ ਪਰ ਕਹਿੰਦੇ ਅੱਜ ਵੀ ਸਾਡੇ ਮੁਸਲਮਾਨ ਭਰਾ ਵੀ ਇਹਨੂੰ ਸੱਚਾ ਸੌਦਾ ਸ਼ਹਿਰ ਕਹਿੰਦੇ ਆ ਗੁਰੂ ਨਾਨਕ ਨੇ ਇੱਥੇ ਸੱਚਾ ਸੌਦਾ ਕੀਤਾ 20 ਰੁਪਈਆਂ ਦਾ ਖਰਾ ਸੌਦਾ ਉਹ ਹੈ ਸੱਚਾ ਸੌਦਾ ਸ਼ਹਿਰ ਉਹਨਾਂ ਦੀ ਸ਼ਰਧਾ ਦੇਖੋ ਮੁਸਲਮਾਨ ਭਰਾਵਾਂ ਦੇ ਇੱਥੇ ਵੀ ਕਈਆਂ ਨੇ ਦੁਕਾਨਾਂ ਝੂਠਦੀਆਂ ਲੇਬਲ ਸੱਚੇ ਸੌਦੇ ਦੇ ਲਾਤੇ ਸੀ ਅੱਜ ਦੇਖੋ ਤੁਹਾਡੇ ਸਾਹਮਣੇ ਆ ਸੱਚਾ ਸੌਦਾ ਮੈਂ ਤੇ ਉਦੋਂ ਦਾ ਕਹਿੰਦਾ ਹੁੰਦਾ ਇਹ ਝੂਠਾ ਸੌਦਾ ਆ ਗਿਆ ਨਾ ਸਾਹਮਣੇ ਤੁਹਾਡੇ ਹੁਣ ਸਾਰਾ ਕੁਝ ਤੁਸੀਂ ਦੇਖ ਲਿਆ ਸੱਚਾ ਕਹਿ ਕੇ ਸੌਦਾ ਮਾਰਦਾ ਸੀਗਾ ਮਾਰਕੀਟਾਂ ਬਣਾਤੀਆਂ ਏਅਰ ਕੰਡੀਸ਼ਨ ਸੌਦਾ ਵੇਚੀ ਜਾਂਦਾ ਸੀ ਸੱਚ ਸੂ ਸਟੋਰ ਜੀ ਸੱਚ ਕਰਿਆਨਾ ਸਟੋਰ ਮੈਂ ਤਾਂ ਹੈਰਾਨ ਹੋ ਗਿਆ ਮੈਂ ਉੱਥੋਂ ਲੰਘਿਆ ਦੇ ਡੇਰੇ ਮੂਹਰੇ ਦੀ ਗੁਰਦੁਆਰਾ ਸੁਹਾਵਾ ਸਾਹਿਬ ਦਰਸ਼ਨ ਕਰਨ ਗਏ ਤੇ ਉੱਥੇ ਇੱਕ ਦੁਕਾਨਾਂ ਚ ਇਹ ਵੀ ਲਿਖਿਆ ਕਿ ਸੱਚ ਬਿਊਟੀ ਪਾਰਲਰ ਮੈਂ ਕਿਹਾ ਵਾਹ ਬਈ ਅੱਜ ਕੱਲ ਦੇ ਗੁਰੂ ਬਿਊਟੀਆਂ ਵੀ ਬਣਾਉਂਦੇ ਬਿਊਟੀ ਪਾਰਲਰ ਦੇਖੋ ਫਿਰ ਪਖੰਡਵਾਦ ਸੀ ਝੂਠਾ ਸੌਦਾ ਸਾਹਮਣੇ ਆ ਗਿਆ ਤੁਹਾਡੇ ਸਾਹਮਣੇ ਸਾਰਾ ਕੁਝ ਸੱਚੇ ਦਾ ਨਾਂ ਲੈ ਕੇ ਸੌਦਾ ਮਾਰਦਾ ਹੀ ਸਾਹਮਣੇ ਆ ਆਓ ਇਹਨਾਂ ਲੋਕਾਂ ਤੋਂ ਸੁਚੇਤ ਹੋਈਏ ਹਮਲਾ ਮਾਰੀ ਆਪੋ ਆਪਣੇ ਧਰਮਾਂ ਨਾਲ ਜੁੜ ਕੇ ਸਰਬੱਤ ਦੇ ਭਲੇ ਦੀ ਗੱਲ ਜੋ ਗੁਰੂ ਨਾਨਕ ਨੇ ਸਿਧਾਂਤ ਦਿੱਤਾ ਕਿਸੇ ਨਾਲ ਵੈਰ ਨਹੀਂ ਮੁਹੱਬਤ ਸਭ ਨਾਲ ਪਿਆਰ ਸਭ ਨਾਲ ਵੈਰ ਕਿਸੇ ਨਾਲ ਨਹੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਭੁੱਲਾਂ ਚੁੱਕਾਂ ਦੀ ਖਿਮਾ ਆਓ ਗੁਰੂ ਨੇ ਕਿਰਪਾ ਕੀਤੀ ਹੈ ਤੰਦਰੁਸਤੀ ਬਖਸ਼ੀ ਹੈ ਹਾਜ਼ਰੀ ਕਾਫੀ ਸਮਾਂ ਲੱਗ ਗਈ ਹੁਣ ਆਨੰਦ ਸਾਹਿਬ ਦਾ ਪਾਠ ਅਰਦਾਸ ਵਿੱਚ ਜੁੜਨਾ ਮੁੱਖ ਵਾਕ ਸੁਖਾਸਨ ਸੇਵਾ ਪ੍ਰਸ਼ਾਦ ਲੈ ਕੇ ਸਤਿਗੁਰਾਂ ਨੂੰ ਵਿਦਾਇਗੀ ਦੇ ਕੇ ਜਿੰਨੀਆਂ ਸੰਗਤਾਂ ਰਹਿ ਗਈਆਂ ਬਾਅਦ ਵਿੱਚ ਲੰਗਰ ਛਕ ਕੇ ਜਾਣਾ ਸਾਰੇ ਹੰਬਲਾ ਮਾਰੋ ਉਪਰਾਲੇ ਕਰੋ ਇਦਾਂ ਦੇ ਗੁਰਮਤ ਸਮਾਗਮਾਂ ਦੇ ਕੋਈ ਕਥਾ ਵਾਚਕ ਰਾਗੀ ਢਾਡੀ ਪ੍ਰਚਾਰਕ ਲਿਆਓ ਗੁਰੂ ਦੀ ਗੱਲ ਹੋਵੇ ਇਹਨਾਂ ਵੱਲ ਨਾ ਦੇਖੋ SGPC ਨੇ ਪ੍ਰਚਾਰ ਨਹੀਂ ਕਰਾਉਣਾ ਉਹਦੇ ਸਿਆਸਤ ਹੀ ਜਿੰਨਾ ਚਿਰ ਸਹੀ ਹੱਥਾਂ ਚ ਨਹੀਂ ਜਾਂਦੀ ਉਹਨਾਂ ਚਿਰ ਆਸ ਨਾ ਕਰੋ ਇਹਨਾਂ ਤੋਂ ਆਪ ਹੰਬਲੇ ਮਾਰੋ ਇਸ ਪਾਸੇ ਖਰਚ ਕਰੋ ਆ ਜਿਹੜਾ ਵਿਆਹਾਂ ਸ਼ਾਦੀਆਂ ਤੇ ਸੋਗ ਸਮਾਗਮਾਂ ਤੇ ਖਰਚ ਕਰਦੇ ਹੋ ਇਹ ਘਟਾ ਲਓ ਧਰਮ ਪ੍ਰਚਾਰ ਤੇ ਖਰਚ ਕਰੋ ਗੁਰਮਤ ਸਮਾਗਮਾਂ ਤੇ ਖਰਚ ਕਰੋ ਆ ਇਬਰਾਹੀਮ ਗੁਰਮੁਖ ਪਿਆਰੇ ਉੱਥੇ ਸਮਾਗਮ ਹੋਇਆ ਇੱਥੇ ਮੈਨੂੰ ਸੰਗਤਾਂ ਨੇ ਦੱਸਿਆ ਕਿ ਸੰਗਤਾਂ ਲੰਗਰ ਬਣਾ ਬਣਾ ਬਾਹਰੋਂ ਸਮਾਗਮ ਦੇ ਵਿੱਚ ਇਬਰਾਹੀਮਪੁਰ ਤੋਂ ਵੀ ਲੰਗਰ ਬਣ ਕੇ ਆ ਰਿਹਾ ਹੋਰ ਸੰਗਤਾਂ ਲੰਗਰ ਬਣਾ ਕੇ ਲੈ ਕੇ ਆ ਰਹੀਆਂ ਇਹਨਾਂ ਸਮਾਗਮਾਂ ਇਹਦਾ ਦੀ ਸੇਵਾ ਗੁਰਮਤ ਵਾਲੇ ਪਾਸੇ ਗੁਰੂ ਵਾਲੇ ਪਾਸੇ ਉਪਰਾਲੇ ਕਰੋ ਤੇ ਸਹਿਯੋਗ ਦਿਓ ਜਿਹੜੇ ਸਿੰਘ ਉੱਦਮ ਕਰਦੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜੋ ਤਨ ਮਨ ਧਨ ਦਾ ਸਾਥ ਦੇ ਕੇ ਸ਼ਰਾਬ ਦੇ ਠੇਕੇ ਤੇ 500 ਦੀ ਬੋਤਲ ਲੈ ਲੈਂਦਾ ਪਰ ਜਦੋਂ ਕਥਾ ਕੀਰਤਨ ਦਰਬਾਰ ਕੋਈ ਸੇਵਾ ਵਾਲਾ ਚਲੇ ਜੇ 50 ਰੁਪਈਏ ਕੱਢ ਕੇ ਫੜ ਜੂ ਕੱਢ ਜੂ ਪਰਚੀ ਕੱਟ ਦਿਓ ਸਾਡੀ ਲੈ ਦੱਸ ਪ੍ਰਚਾਰ ਕਿੱਥੋਂ ਹੋ ਇਬਰਾਹੀਮਪੁਰ ਸਮਾਗਮ ਸੀ ਉੱਥੇ ਕਿੰਨਾ ਸੋਹਣਾ ਗੁਰਮੁਖਾ ਪ੍ਰਬੰਧ ਕੀਤਾ ਚਲੋ ਬਾਰਿਸ਼ ਪੈ ਗਈ ਤੇ ਸਿੰਘ ਮੁੜ ਕੇ ਮਿਲ ਨਹੀਂ ਸਕੇ ਸਾਨੂੰ ਕਹਿੰਦੇ ਉਹ ਜਿਹੜੇ ਸਾਊਂਡ ਵਾਲੇ ਵੀਰ ਸੀ TV ਵਾਲੇ ਵੀਰ ਜਿਹਨਾਂ ਸੂਚਨਾ ਦਿੱਤੀਆਂ ਉਹਨਾਂ ਦਾ ਖਰਚਾ ਵੀ ਨਹੀਂ ਦੇ ਸਕੇ ਕਹਿੰਦੇ ਸਾਨੂੰ ਗਰਾਹੀ ਨਹੀਂ ਦਿੱਤੀ ਸੰਗਤਾਂ ਨੇ ਮੈਂ ਕਿਹਾ ਫਿਰ ਮੀਂਹ ਤੁਹਾਡੇ ਤੇ ਕਾਹਦਾ ਪਿਆ ਵਿਚਾਰੇ ਸਾਊਂਡ ਵਾਲਿਆਂ ਤੇ ਪੈ ਗਿਆ ਮੀਂਹ ਤੇ ਉਹਨਾਂ ਦੇ ਪੈ ਗਿਆ ਕਹਿੰਦੇ ਉਬਰਾਲਾ ਹੀ ਨਹੀਂ ਮੁੜ ਕੇ ਕਿਸੇ ਨੇ ਖਿਆਲ ਹੀ ਨਹੀਂ ਕੀਤਾ ਬਾਰਿਸ਼ ਪੈ ਗਈ ਗੁਰਾਹੀ ਨਹੀਂ ਦਿੱਤੀ ਸੋ ਰਲ ਮਿਲ ਕੇ ਇਹੋ ਜਿਹੇ ਚੰਗੇ ਕੰਮ ਵਾਸਤੇ ਗੁਰਾਹੀ ਦਿਆ ਕਰੋ ਤਾਂ ਕਿ ਸੋਹਣਾ ਪ੍ਰਬੰਧ ਹੋਵੇ ਸੋਹਣੇ ਸਮਾਗਮ ਗੁਰੂ ਕੇ ਲੰਗਰ ਚੱਲਣ ਕਥਾ ਕੀਰਤਨ ਦਰਬਾਰ ਗੁਰਮਤ ਦਾ ਪ੍ਰਚਾਰ ਅੰਮ੍ਰਿਤ ਸੰਚਾਰ ਮੈਂ ਬੇਨਤੀ ਭੁੱਲ ਚੱਲਿਆ ਸੀ ਅੱਜ ਬੜੀ ਰਹਿਮਤ ਹੋਈ ਆ ਬੇਅੰਤ ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ ਅੱਜ ਦਿਨੇ ਅੰਮ੍ਰਿਤ ਸੰਚਾਰ ਵੀ ਹੋਇਆ ਜਿਹਨਾਂ ਮਾਈਆਂ ਭਾਈਆਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਾਣਾ ਕੀਤਾ ਉਹਨਾਂ ਨੂੰ ਲੱਖ ਲੱਖ ਮੁਬਾਰਕ ਹੈ
कि सतगुरु की कृपा नाल सुर नर मुन जाने अमृत खोजदे सो अमृत गुर के गुर ते पाया उन्हें अमृत की दात लई है खालसा पंथ च वाधा होया मुबारक चढ़दी कला सेवा सफली हुई है गुरु कृपा करे नदी नाव संजोगी मेले फिर कदे समा बनिया आप जी दे दर्शन दारे करांगे सतगुर कृपा करन जिन्ना संगत प्यार सत्कार दिखाया धन्यवाद इधर भावे सेवा तुसी ना ही रखो उधर रख दो सेवा प्रबंधकां नूं गुरु के लंगर चल रहे समागम उन्हां दा साथ दिओ जिन्ने माई भाई आए हो कोई भावे ना रहो सेवा च हिस्सा पाउणो उधर गुरु साहब दे अगे गुरु के लंगर समागम चल रहे उधर चढ़दी कला नाल हिस्सा माई भाई पाओ आ सेवा भी उधरले पासे भेटा कर दिओ ताकि इन्नी सेवा जिहड़ी गुरमुखां ने कीती है ਉਹ ਸੇਵਾ ਦੇ ਵਿੱਚ ਤੁਹਾਡਾ ਵੀ ਹਿੱਸਾ ਪਵੇ ਗੁਰੂ ਕੇ ਲੰਗਰ ਸੇਵਾਦਾਰ ਸੇਵਾ ਕਰ ਰਹੇ ਜੁੜੇ ਸਾਹਮਣੇ ਪ੍ਰਬੰਧ ਕੀਤਾ ਮੁਬਾਰਕ ਹੈ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਨਾਲ ਸੇਵਾ ਸੋ ਸਾਰੀਆਂ ਸੰਗਤਾਂ ਨਾਲ ਆਨੰਦ ਸਾਹਿਬ ਦਾ ਪਾਠ ਜਿਹੜੇ ਰਹਿ ਗਏ ਹੋ ਨਾ ਉਹ ਵੀ ਸੇਵਾ ਦੀ ਹਿੱਸਾ ਪਾ ਦਿਓ ਗੁਰੂ ਕੇ ਲੰਗਰ ਲਈ ਇਹਨਾਂ ਪ੍ਰਬੰਧਾਂ ਵਾਸਤੇ ਜਿਹੜੇ ਸਮਾਗਮ ਤਾਂ ਕਿ ਪ੍ਰਬੰਧਕਾਂ ਦਾ ਹੋਰ ਉਤਸ਼ਾਹ ਹੋਵੇ ਤੇ ਆਪਣਾ ਵੀ ਹਿੱਸਾ ਪੈ ਜਾਵੇ ਕਿਉਂਕਿ ਵਿਦਵਾਨਾਂ ਨੇ ਧਰਮ ਗ੍ਰੰਥਾਂ ਚ ਲਿਖਿਆ ਵੀ ਚਿੜੀ ਚੋਂਚ ਭਰ ਲੈ ਗਈ ਨਦੀ ਨਾ ਘਟਿਓ ਨੀਰ ਦਾਨ ਦੀਏ ਧਨ ਨਾ ਕਟੈ ਜੋ ਸਹਾਏ ਰਘਵੀਰ ਜੇ ਅਸੀਂ ਚੰਗੇ ਪਾਸੇ ਹਿੱਸਾ ਪਾ ਦਈਏ ਤੇ ਗੁਰਮੁਖ ਪਿਆਰਿਓ ਘਟਦਾ ਨਹੀਂ ਹੁਣ ਸਾਡੇ ਹਿਸਾਬ ਕਿਤਾਬ ਉਲਟੇ ਹੀ ਹੁੰਦੇ ਆ ਜੇਬ ਚ 100 ਰੁਪਇਆ 50 ਗੋਲਕ ਚ ਪਾ ਕੇ ਕਹਿੰਦੇ 50 ਗਏ 50 ਰਹਿ ਗਏ ਉਹ ਭਾਵੇਂ ਘਰ ਤੱਕ ਨਾ ਰਹਿਣ ਰਾਹ ਚ ਹੀ ਡਿੱਗ ਪੈਣ ਸ਼ਰਾਬ ਦੇ ਠੇਕੇ ਨੂੰ ਖਿੱਚ ਕੇ ਲੈ ਜਾਣ ਮਾੜੇ ਪਾਸੇ ਸਿਨੇਮੇ ਵਾਲ ਨੂੰ ਲੈ ਜਾਣ ਜਿਹੜੇ ਇੱਥੇ ਕਰਦੇ ਉਹ ਜਮਾ ਹੋ ਗਏ ਉਹ ਗਏ ਨੀ ਕਿਤੇ ਪੰਜਾਬ ਐਂਡ ਸਿੰਧ ਬੈਂਕ ਚ ਜਮਾ ਕਰਕੇ ਥੋੜੀ ਕਹੀਦਾ ਵੀ ਇਹ ਗਏ ਉਹਦਾ ਵਿਆਜ ਸਮੇਤ ਮਿਲਣੇ ਆ ਦਹਿ ਦੁਨੀਆਂ ਦੇ 70 ਆਖਰ ਜਿਹੜੇ ਧਰਮ ਕਰਮ ਲਈ ਤੁਸੀਂ ਜਮਾ ਕਰਾਉਂਦੇ ਹੋ ਕਿਤੇ ਗਏ ਨਹੀਂ ਉਹਦਾ ਤੁਹਾਨੂੰ ਵਿਆਜ ਸਮੇਤ ਮਿਲਣੇ ਆ ਜਿਹੜੇ ਮਾੜੇ ਕਰਮਾਂ ਤੇ ਲਾ ਤੇ ਉਹ ਤਾਂ ਗਏ ਸਗੋਂ ਉਹਨਾਂ ਨੇ ਪਾਪ ਕਰਮਾਂ ਦੇ ਭਾਗੀ ਵੀ ਬਣਾਇਆ ਸੋ ਇਸ ਕਰਕੇ ਆਓ ਇਹੋ ਜਿਹੇ ਕਾਰਜਾਂ ਤੇ ਸਹਿਯੋਗ ਦਿਆ ਕਰੋ ਚੜ੍ਹਦੀ ਕਲਾ ਦੇ ਨਾਲ ਸਾਰੇ ਹਿੱਸਾ ਪਾਇਆ ਕਰੋ ਤਨ ਮਨ ਧਨ ਦੇ ਨਾਲ ਇਹਨਾਂ ਸਮਾਗਮਾਂ ਚ ਪ੍ਰਬੰਧਕਾਂ ਦਾ ਸਾਥ ਤਾਂ ਕਿ ਉਹਨਾਂ ਦੇ ਹੌਸਲਾ ਅਫਜਾਈ ਹੋਵੇ ਤੇ ਸਾਰੇ ਚੜ੍ਹਦੀ ਕਲਾ ਨਾਲ ਹੋਰ ਵੀ ਸਮਾਗਮ ਸਜਣ ਗੁਰੂ ਕਿਰਪਾ ਕਰੇ ਇਹ ਪ੍ਰਚਾਰ ਆਪਾਂ ਨੂੰ ਖੁਦ ਕਰਨਾ ਪੈਣਾ ਜਿਨ੍ਹਾਂ ਦੀਆਂ ਡਿਊਟੀਆਂ ਸੀ ਅੱਜ ਉਹ ਸਿਆਸਤ ਦੀ ਭੇਟਾ ਚੜ੍ਹ ਕੇ ਜਿੰਨਾ ਚਿਰ ਉਹਨਾਂ ਸੰਸਥਾਵਾਂ ਨੂੰ ਆਪਣੇ ਤਖਤਾਂ ਆਪਣੇ ਗੁਰਦੁਆਰਿਆਂ ਨੂੰ ਅਸੀਂ ਉਹਨਾਂ ਹੱਥਾਂ ਚੋਂ ਆਜ਼ਾਦ ਨਹੀਂ ਕਰਾਉਂਦੇ ਉਹਨਾਂ ਚਿਰ ਇਹ ਆਸ ਨਹੀਂ ਹੈ ਇਸ ਕਰਕੇ ਆਪ ਹੰਭਲੇ ਮਾਰੀ ਆਓ ਸਾਰਿਆਂ ਦਾ ਧੰਨਵਾਦ ਜਿਹੜੇ ਸੇਵਾ ਜੀ ਹਿੱਸਾ ਪਾ ਰਹੇ ਸਾਰਿਆਂ ਨੇ ਸੇਵਾ ਜੀ ਹਿੱਸਾ ਪਾਇਆ ਸਾਰਿਆਂ ਦਾ ਧੰਨਵਾਦ ਗੁਰੂ ਕਿਰਪਾ ਕਰੇ ਸਭ ਦੀ ਸੇਵਾ ਸਫਲੀ ਹੋਵੇ ਚੱਲਿਆ ਕਦਮ ਕਦਮ ਸਤਿਗੁਰ ਲੇਖੇ ਲਾਉਣ ਆਓ ਸਾਰੇ ਹੁਣ ਆਨੰਦ ਸਾਹਿਬ ਦੇ ਪਾਠ ਵਿੱਚ ਸਾਰੇ ਰਲ ਕੇ ਸ਼ੁਕਰ ਗੁਜ਼ਾਰ ਹੋਈਏ ਗੁਰੂ